ਸੁਣਿਆ ਸਿੱਧ ਪੀਰ ਸੁਰਨਾ, ਸੁਣਿਆ ਅੰਨੇ ਪਾਵੇਰਾ। ਜਦੋਂ ਸੁਣਦਾ ਨਾ ਬੰਦਾ ਆਪਣੀ ਮਾਤਰ ਭਾਸ਼ਾ, ਆਪਣਾ ਸ਼ਬਦ, ਉਸ ਈਸ਼ਵਰ ਨੂੰ, ਉਸ ਅਨਨੋਨ ਦੀਆਂ ਜਦੋਂ ਆਵਾਜ਼ਾਂ ਸੁਣਦਾ, ਉਦੋਂ ਤਾਂ ਅੰਨੇ ਰਾਹ ਪੈ ਜਾਂਦੇ ਆ। ਆਪਣੇ ਮਾਤਾ ਨੂੰ ਚਿੱਤਰ ਕਰਦੇ ਹੋਏ ਦੇਖਦੇ ਹੋਏ ਵੱਡਾ ਹੋਇਆ, ਉਹਨੂੰ ਰੰਗਾਲੀ ਮਾਈ ਕਹਿੰਦੇ ਸਾਡੇ ਪਿੰਡ। ਅਸੀਂ ਤਾਂ ਸਿਰਫ ਪਾਠ ਕਰਕੇ ਆਪਦੇ ਆਪ ਨੂੰ ਵਧੀਆ ਸਮਝਣ ਲੱਗ ਪੈਂਦੇ ਹਾਂ। ਤੇ ਉਹ ਮਰਦਾਨਾ ਜਿਹਨੇ ਮੇਰੇ ਬਾਬੇ ਦੇ ਮੁੱਖ ਤੋਂ ਸਿੱਧਾ ਸਿੱਧਾ ਸੁਣਿਆ, ਸਾਰਾ ਕੁਛ ਸੁਣਿਆ ਹੀ ਨਹੀਂ, ਉਹਦੇ ਨਾਲ ਸਾਥ ਦਿੱਤਾ, ਉਹਦੇ ਨਾਲ ਉਹ ਸਵਰ ਵਜਾਇਆ, ਉਹਦੇ ਨਾਲ ਗਾਇਆ ਬੈਠ ਕੇ, ਉਹ ਕਿੱਡਾ ਵੱਡਾ ਸੋਚੋ। ਜਿਹੜਾ ਦਰਸ਼ਨ ਹੈ ਉਹ ਸੰਸਾਰ ਵਾਂਗੂ ਹੈ, ਜੀਣ ਵਾਂਗੂ ਹੈ, ਉਹ ਸਾਡੇ ਪਾਣੀ ਪੀਣ ਵਾਂਗੂ ਹੈ, ਉਹ ਉਸ ਤਰ੍ਹਾਂ ਜਿਵੇਂ ਸਾਨੂੰ ਹੁਣੇ ਭੁੱਖ ਲੱਗੀ ਤੇ ਖਾਣ ਵਾਂਗੂ ਹੈ। ਇਸ ਤੋਂ ਵੱਡਾ ਮੇਰੇ ਕੋਲ ਹੋਰ ਕੀ ਹੋ ਸਕਦਾ ਧਰਤੀ ਤੇ। ਤੁਹਾਡੀ ਮਾਂ ਬੋਲੀ ਦਾ ਲਹਿਜਾ ਵੀ ਸਰਾਇਕੀ ਹੈ। ਸਾਡੀ ਜਿਹੜੀ ਮਾਂ ਬੋਲੀ ਦਾ ਲਹਿਜਾ ਹੈ ਉਹ ਸਰਾਇਕੀ ਹੈ, ਇਸ ਕਰਕੇ ਗੰਗਾ ਤੇ ਜਾਈਆਂ ਸਾਡੇ ਕੋਲ ਤਾਂ ਹੈਗਾ, ਬਾਕੀ ਸਾਰੇ ਸੰਸਾਰ ਕੋਲ ਹੈ ਨਹੀਂ। ਆ ਤੱਤੇ ਤੋਂ 6 ਅੱਖਰ ਬਣ ਜਾਂਦੇ ਸਾਡੇ, ਇਸ ਤਰ੍ਹਾਂ ਹੀ ਫਿਰ ਸਾਡੀ ਟੈਂਕਾ ਹੈਗਾ, ਟੈਂਕੇ ਤੋਂ ਈੜੀ, ਦੱਦਾ, ਢੱਡਾ, ਚੱਚਾ, ਆਹ ਸਾਰੇ ਅੱਖਰ ਬਣ ਜਾਂਦੇ ਆ। ਅਤੇ ਮੇਰੀ ਮਾਂ ਨੇ ਫਿਰ ਮੈਨੂੰ ਇਸ ਤਰ੍ਹਾਂ ਸਿਖਾਇਆ, ਕਹਿੰਦੀ ਦੇਖ ਪੁੱਤਰਾ, ਇਸ ਤਰ੍ਹਾਂ ਗੁਰਮੁਖੀ ਸਿੱਖ ਹੁਣ ਵੀ ਮੈਨੂੰ ਜਦੋਂ ਸਵਾਦ ਆਉਂਦਾ ਪੇਂਟਿੰਗ ਕਰਨ ਦਾ, ਤੇ ਉਹ 24 ਫੁੱਟ 25 ਫੁੱਟ ਉਹਦੇ ਵਿੱਚ ਮੈਂ ਤੁਰਨਾ ਸ਼ੁਰੂ ਕਰ ਦਿੰਦਾ ਤੇ ਬੋਲਣਾ ਸ਼ੁਰੂ ਕਰ ਦਿੰਦਾ, ਓ ਬਈ ਕੁੱਕੂ ਸਿਆ, ਆ ਇੱਥੇ ਆ ਗਈ ਤੇਰੀ ਨਦੀ, ਆ ਗਿਆ ਤੇਰਾ ਪਹਾੜ, ਲੈ ਵੀ ਇੱਥੋਂ ਬੰਦਾ ਡਿੱਗ ਪਿਆ ਥੱਲੇ, ਆ ਗਿਆ ਗਧਾ। ਉੱਨੀ ਦੇ ਜੰਪਲ ਪਿੰਡ ਰਾਏਕੋਟ ਬਸੀਆਂ ਦੇ ਸਿਧਾਰਥ ਚਿੱਤਰਕਾਰ ਹਨ। ਉਹ ਕਥਾਵਾਂ ਵਾਲਾ ਬਾਬਾ ਹੈ। ਉਹਨਾਂ ਦੇ ਪੁਰਖੇ ਵੰਡ 47 'ਚ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਆਏ। ਸਿਧਾਰਥ ਗੁਰਾਂ ਦੇ ਨਾਮ ਜਿਉਂਦੇ ਪੰਜਾਬ ਦਾ ਵਾਸੀ ਹੈ ਸਿਧਾਰਥ ਆਰਟਿਸਟ। ਨੋਇਡਾ ਦੇ ਸਟੂਡੀਓ ਤੋਂ ਰੰਗਾਂ ਨਾਲ ਗੰਗਾ ਜਿਹੀ ਲੰਮੀ ਤਸਵੀਰ ਕਿਸੇ ਕਥਾ ਤੋਂ ਘੱਟ ਨਹੀਂ। ਉਹ ਰੰਗਾਂ ਵਾਲੀ ਮਾਈ ਦਾ ਪੁੱਤ ਹੈ। ਸਿਧਾਰਥ ਨਾਲ ਤੁਰਦਿਆਂ, ਉਹਨਾਂ ਨੂੰ ਸੁਣਦਿਆਂ ਪੰਜਾਬ ਦੇ ਦਰਸ਼ਨ ਦੀ ਬਾਤ ਤੁਰ ਪੈਂਦੀ ਹੈ। ਉਹ ਕਹਿੰਦੇ ਨੇ ਕਿ ਉਹਨਾਂ ਦੀ ਸੱਭਿਅਤਾ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੁੰਦੀ ਹੈ। ਉਹ ਤਸਵੀਰ ਬਣਾਉਂਦੇ ਨੇ, ਕਥਾ ਕਹਿੰਦੇ ਨੇ, ਗੀਤ ਗਾਉਂਦੇ ਨੇ। ਇਹ ਪੰਜਾਬ ਦਾ ਸਿਧਾਰਥ ਹੈ। ਧਵਲ ਆਕਾਸ਼ ਸੁਣਿਆ, ਦੀਪ ਲੋ ਪਾਤਾਲ ਸੁਣਿਆ, ਪੋਹ ਨਾ ਤਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ ਸੁਣਿਆ, ਅੰਨੇ ਪਾਵੇਰਾ। ਕਮਾਲ ਹੈ ਕਿ ਜਦੋਂ ਸੁਣਦਾ ਨਾ ਬੰਦਾ ਆਪਣੀ ਮਾਤਰ ਭਾਸ਼ਾ, ਆਪਣਾ ਸ਼ਬਦ, ਉਸ ਈਸ਼ਵਰ ਨੂੰ, ਉਸ ਅਨਨੋਨ ਦੀਆਂ ਜਦੋਂ ਆਵਾਜ਼ਾਂ ਸੁਣਦਾ, ਉਦੋਂ ਤਾਂ ਅੰਨੇ ਰਾਹ ਪੈ ਜਾਂਦੇ ਹੈ। ਉਦੋਂ ਦਿਖਣਾ ਸ਼ੁਰੂ ਹੁੰਦਾ, ਉਦੋਂ ਦਰਸ਼ਨ ਸ਼ੁਰੂ ਹੁੰਦਾ, ਉਦੋਂ ਅਵਲੋਕਨ ਸ਼ੁਰੂ ਹੁੰਦਾ। ਇਹ ਕਮਾਲ ਹੈ ਮੇਰਾ ਬਾਬਾ ਦੇ, ਕਿੰਨੀ ਸੋਹਣੀ ਗੱਲ ਕਰ ਗਿਆ। ਸੁਣਿਆ ਸਿੱਧ ਪੀਰ ਸੁਰਨਾਥ, ਵਾਹ! ਆਪਣੀ ਮਾਸਟਰ ਭਾਸ਼ਾ ਜਦੋਂ ਆਪਾਂ ਸੁਣਦੇ ਹਾਂ ਤਾਂ ਸਾਨੂੰ ਦਿਖਦਾ, ਜਦੋਂ ਅਸੀਂ
मातृ भाषा का शब्द न एक एक शब्द न जो पढ़ते हैं तो सानू कुछ दिखना शुरू हो जाता नाल। मैं अक्सर कहना कि भी तुसी पढ़ने वेले सुनने वेले ना भाई देखिया करो, सुनने का मतलब ही है कि तुसी देखना, तुसी दर्शन करना, एक एक शब्द का दर्शन करना पैना। ये कमाल है, ये दूसरी भाषा नाल नहीं हो सकता। जो असं अंग्रेजी बोलते हैं ज कोई दूसरी भाषा बोलते हैं तो सानू फिर दिखना बंद हो जाता, सानू वो शब्द दिखते नहीं है, उत्थे आकार नहीं दिखते, उत्थे बंदा नहीं दिखता, उत्थे सानू झूलते हुए दरख्त नहीं दिखते, उत्थे सानू हवावां नहीं दिखदियां, उत्थे सानू अग्नि नहीं दिखती, उत्थे पानी नहीं दिखता, उत्थे झरने नहीं दिखते, उत्थे कुछ नहीं दिखता। फिर वो अन्ने वाला रस्ता फिर नहीं। बिल्कुल सही है, जुबान नू बहुत सारे बंदे कह देंगे कि इट्स द वे ऑफ कम्यूनिकेशन। लगता है कि ये जी स्टेटमेंट है अपने आप दे विच बड़ी गड़बड़ वाली है। जुबान सिर्फ वे ऑफ कम्यूनिकेशन नहीं होंदा, जुबान ने एक पूरे का पूरा आकार लेना है, उन्हें अखर ने आकार लेना है। जुबान जी वे ऑफ कम्यूनिकेशन सिर्फ सर्वाइवल तक है जी, बिल्कुल सर्वाइवल तक, सिर्फ व्यापार तक। उस तो बाद बोल बोल के असि कि समझा लिया किसी हूं तक, पर जिंदगी तो व्यापार तो बहुत अगे की गल, तो उत्ते की गल असि कि समझा लें लोगों को, कि गल समझा ली। हूँ असी जो शब्द बोलते हैं, बहुत सारे शब्द जोड़े हैं उन्होंने अर्थ थोड़े वास्ते अलग है, मेरे वास्ते अलग है, किसी होर वास्ते अलग ने, अद्धे शब्द तो साढ़े इस तरह थले डिग पेंदे, साढ़े को पहुँचते नहीं है, क्योंकि साड़िया टर्मिनोलॉजीज जिहड़ियां साड़िया प्री कंसैप्शनस जिहड़ियां साड़ियां पुरातन जिहड़ियां सानू खून च बैठिया हुई हैं, जिहड़ियां साड़ियां साड़ी जिहड़ी अंडरसटैंडिंग जिहड़ी विजडम है, वह फिर सानू वह गल समझ ही नहीं दिंदी। बिल्कुल, आ व्यापार की गल समझी जा सकती है, सर्वाइवल की गल समझी जा सकती है, क्योंकि वह तो टर्मिनोलॉजी सीधिया सीधिया ने, वह बड़िया स्ट्रेट ने, पर जीवन तो भाई बहुत होर तरह का है। ये साइलेंस चो आता है, वह कहें है ना, एक कहावत है बड़ी खूबसूरत कहावत है, कहते दुनिया च बड़िया भाषावां बन गई, दुनिया च बड़िया सारिया डिक्शनरियां बढ़ गई, बड़िया सारिया लैंगुएज बन गई, बट साइलेंस इज गोल्ड। क्यों? वो चुप जी, चुप की आवाज़ है वह किमें फिर गोल्ड है। मेरे गुरु जी समझाते होंगे सी कहते कि भाई आ जड़ा तुसी आपस च गल करदे ना, ये तो तुहाडी सर्वाइवल का मसला है, आपस च बस लैण देण थोड़ा बहुत, तो लैण देण कोई जिंदगी है ये तो नहीं हैगी ना। असल जिहड़ियां आवाज़ां ने उन्हां वास्ते साडे कन्न बने हुए ने, पर असी उन्हां कन्नां दा इस्तेमाल नहीं करदे। वह फिर मैनूं कहिंदा सी सुन ला जे है कन्न, वह देख ला जे है अखां। मैं कहिंदा जी कन्न भी हैगे अखां भी हैगे, कहिंदा पर तैनूं दिखदा तेनू सुनदा। मैं क्या जी फिर सुनना की है? वह कहता बहुत कुछ है सुनन, इन्ना कुछ हैगा सुनन इस धरती के उत्ते, आ चहचहाते पंछी, आ हवा नाल लहर दे लेंदे खड़कते ताड़ियां बजाते पत्ते, आ झरने कल कल बहदियां नदियां, अब बहुत कुछ है सुननू, सुनना सीखो। फिर बाबा गाँवदा सुनिया सिद्ध पीर सुरनाथ, सुनिया अन्ने बावेरा, वो हद है ना, ते ताई ता सानू दिखूगा, ताई सानू समझ आऊगी। सुनना सीखना पैंदा सानू, वो चुप सुननी सीखनी पैंदी है पहला, ते एदिया फिर अगों बहुत एक्सप्लेनेशनस हैं सुनन दियां। जिस तरह एक कथा है तुहानू मैं कथा सुनाउणा, बहुत जबरदस्त कथा है वो जी। मारकंडे जी एक बहुत बड़े महारिषि होए ने, ते उन्होंने जदों विष्णु धर्मोत्तर पुराण लिखना शुरू किया, ते उन्होंने सिर्फ 6 लाइनां लिखियां सी हले, ते उदों बाद उन्होंने किते एक होर महारिषि दे सद्दे ते जाना पिया सी, ते उन्होंने सद्दा दे के आना सीगा, ते वो 6 लाइनां लिख के विष्णु धर्मोत्तर पुराण शुरू करके ते उन्होंने लैन चले गए हिमालिया, तो उत्थे रस्ते दे विच आउंदे होए उन्हां दी कितें एक्सीडेंटल डैथ हो गई, तो वह पूरी नहीं हुई कविता। वह कविता है मैं तुहानू स्ट्रेट जिहड़ी संस्कृत तों दी ट्रांसलेशन सुनाउणा। वो कहता हे गुरु सिखा दो मुझे चित्रकला, लिखना चित्रकला,
हे गुरु सिखा दो मुझे लिखना चित्र, तथा अस्तु सिखा दूंगा, जाओ पहले सीख लो शिल्प कला। हे शिल्प गुरु सिखा दो मुझे मूर्ति कला, सिखा दूंगा तथास्तु, पर जाओ पहले सीख लो नृत्य कला। हे नृत्य गुरु सिखा दे मुझे नृत्य कला, इस शरीर का ज्ञान कुछ विज्ञान कुछ हमारे शरीर का समझ, सिखा दो हे गुरु नृत्य कला। सिखा दूंगा तथास्तु, जाओ पहले सीख लो सुरताल। हे सुरताल संगीत आचार्य सिखाने वाले, सिखा दो मुझे सुरताल। अच्छा जाओ पहले सुनना सीखो, जाओ उस बहते हुए झरने के पास, जाओ उस जंगल में, जाओ सुनो पेड़ों को, जाओ सुनो पक्षियों को, जाओ सुनो उस महासंगीत को जो इस जंगल में बज रहा है, जाओ जाओ सुनो प्रकृति को, फिर आना मेरे पास। कमाल है, क्या कथा है, बिल्कुल है, कितना कुछ जुड़ा हुआ है। ये सिर्फ चित्रकला की कथा नहीं है, ये नृत्य कला की कथा नहीं है, ये इंसान के जीवन जांच की कथा है, ये कमाल की कथा है। असी सुनते ही कितने, असी तो आपदे आप नूं भी कितने सुन रहे हूँ, असी तो साड़ियाँ जिहड़ियाँ पुरातन साढ़े दिमागों के पाइया हुई चीज़ें जिहड़ियाँ पता नहीं कदों दियाँ कहड़ियाँ सदियाँ दियाँ साढ़े जिहड़े मनां च विचारां च पाइया हुई, असी तो उन्हां नूं सुनते रहिंदे आ, असी तो आपदे आप नूं नहीं सुनते ना। फिर बाबा नानक गाउंदा कहिंदा, चैत बसंत भला भवर सुहावड़े, बन फूले मंझ बार में फिर घर बावड़े। ये ऐसे ही थोड़ा पिर घर आता है, अपना घर जो पहुँचता है ना बंदा, वो कैसे पहुँचता है, वो ता ही तो पहुँचूगा जो आपदे आप सुनूगा, जो आपदे को आऊगा तो वह साइलेंस चो आऊगा, वह साढ़ी अपनी मातृ भाषा चो आऊगा, वह साढ़ी अपनी धरती चो आऊगा, वह साढ़े अपने आप चो आऊगा, वो औखा हो गया। जड़ी ज्ञान की यह तरतीब है, ये मैं देखना कि शायद इस करके एक वड्डा विगाड़ है साढ़े च, क्योंकि सानू इंज लगता है कि ज्ञान सिखाउण दी तरतीब पछम दे विच साढ़े नालों बेहतर है। हुण जदों असीं इह गल करदे उहदा मतलब ये नहीं कि पछम माड़ा है, गल है कि उहनां दे हिसाब दे नाल उहनां दी आबो हवा दे हिसाब नाल ठीक होणगे, हुण साढ़े हिसाब दे नाल उह नहीं ठीक। जिवें उदाहरण दे तौर ते उहनां दीआं कवितावां च इह हैगा वी मतलब कि मीह ना जे ना आएगा, जे तू आ गया मैं खेडांगा किवें, साढ़े इत्थे हैगा रब्बा रब्बा मीह वरसा साढ़े कोठी दाणे पर, कोठी दाणे पर। मतलब मैं पिछे जे देख रहा सी कि जी डबल्यू लाइटनर हुणां दी किताब है हिस्टरी ऑफ इंडिजीनियस एजुकेशन इन पंजाब, मतलब वह भी ये जिक्र करते हैं कि जिहड़े पंजाबी दे कैदे ने खालसा राज दे टाइम दे, जां जो साडी एक गुरद्वारिआं दे अंदर जिस तरह की तरबीयत हुंदी सी अखरां दी, उन्हां अखरां दा सिर्फ ये नहीं सी कि वह अखर बोध सी, अखर बोध दे अंदर वह एक पूरे दे पूरी सभ्यता नूं आकार देंदे सी। जिवें बुंगा लखारियां भी हुंदा सी, मतलब सिख राज दे विच बुंगे हुए ने, एक खास तौर ते बुंगा लखारियां हुंदा सी, कहिंदे ज्ञानियां दा बुंगा सी, ते उन्हां दी जिहड़ा पैंती पढ़ाउण दी तरतीब सी वह बड़ी खूबसूरत हुंदी सी, मतलब हुण वांगो नहीं कि ऊड़ा ऊठ ते थथा थरमस, यानी कि उस दे विच बच्चा किस तरह का आकार लाएगा। जिहड़ा ऊड़ा आ पिछे जे एक मैं देख रहा सी कॉन्वेंट स्कूल दी, जदों कोविड आया तो उन्होंने वो वीडियो दे राहीं पढ़ाउणा शुरू किया, तो बच्चों नूं पढ़ा रहे हैं कि स्टूडेंट मतलब कि अज आपां डड्डे दी फॉर्मेशन बनाउणी सिखांगे, मतलब पहलां तो पढ़ाउण दी तरतीब ही बड़ी है, डड्डा तुसीं मतलब फस्ट यू ड्रॉ द फस्ट लाइन, तो मतलब कि दैन इस तरह वो दस रही है बीबी। तो मतलब जिहड़ा उस वक्त सी, उस वक्त असीं ऐ देखदे हां कि वो बच्चों दे अंदर एक तस्वीर बनाते अखर की, अखर की तस्वीर बननी जरूरी है, ता ही वह आकार लेगा किसी ना किसी तरह
ਤਾਂ ਹੀ ਉਹ ਸੱਭਿਅਤਾ ਦੇ ਤੌਰ 'ਤੇ ਵਿਕਸਿਤ ਹੋਏਗਾ। ਉਹ ਕਹਿੰਦੇ ਸੀ ਕਿ ਜਿਵੇਂ ਊੜਾ ਐੜੇ ਸਿਸ ਈੜੀ ਸੱਸਾ ਹਾਹਾ ਪੜਾਉਣਾ ਆ, ਅਤੇ ਉਹ ਈੜੀ ਇੱਲ ਦੀ ਅੱਖ ਵਰਗੀ, ਹੈ ਨਾ, ਹਾਹਾ ਢੋਲ ਦੀ ਡਗੇ ਵਰਗਾ, ਹੈ ਨਾ, ਕੱਕਾ ਮਮੋਲੇ ਦੀ ਅੱਖ ਵਰਗਾ। ਸੋ ਇਹ ਜਿਹੜਾ ਇੱਕ ਸ਼ਾਨਦਾਰ ਤਰੀਕਾ ਸੀ, ਉਹਦੇ ਨਾਲ ਬੱਚੇ ਦੇ ਮਨ ਦੇ ਅੰਦਰ ਵੱਸ ਜਾਂਦਾ ਸੀ। ਅਤੇ ਇਸ ਨੂੰ ਵੀ ਆਪਾਂ ਹੋਰ ਅੱਗੇ ਦੇਖੀਏ ਤਾਂ ਮਤਲਬ ਸਾਡੇ ਕੋਲ ਤਾਂ ਇਸ ਤਰ੍ਹਾਂ ਦੀ ਵੀ ਇੱਕ ਉਦਾਹਰਣ ਹੈ, ਮਿਸਾਲ ਹੈ, ਵੀ ਜਿਹੜੀ ਮੈਨੂੰ ਨਹੀਂ ਪਤਾ ਹੋਰ ਕਿਤੇ ਹੈ ਜਾਂ ਨਹੀਂ ਹੈ, ਪਰ ਸਾਡੇ ਖਿੱਤੇ 'ਚ ਹੈਗੀ ਹੈ ਕਿ ਸਾਡੀਆਂ ਮਾਵਾਂ ਆਪਣੇ ਬੱਚਿਆਂ ਨੂੰ ਅੱਖਰ ਦੀ ਗੁੜਤੀ ਦਿੰਦੀਆਂ। ਬਿਲਕੁਲ ਬਿਲਕੁਲ, ਹੈ ਨਾ, ਗੁਰਦੁਆਰਾ ਲਿਖਣਸਰ ਸਾਹਿਬ, ਲਿਖਣਸਰ ਸਾਹਿਬ, ਉੱਥੇ ਜਾ ਕੇ ਉਹਨਾਂ ਨੇ, ਅੱਜ ਕੱਲ੍ਹ ਤਾਂ ਉਹਨਾਂ ਸਲੇਟਾਂ ਵੀ ਰੱਖ ਦਿੱਤੀਆਂ ਜਿਉਂ ਜਿਉਂ ਦੁਨੀਆ ਹੋ ਰਹੀ ਹੈ, ਪਰ ਉਹ ਬੱਚੇ ਦੀ ਉਂਗਲ ਫੜ ਕੇ ਉਹਨੂੰ ਪਹਿਲਾਂ ਊੜਾ ਐੜਾ ਲਿਖਾਉਂਦੀਆਂ ਨੇ। ਅਤੇ ਉਹ ਯਾਨੀ ਕਿ ਬੱਚੇ ਨੂੰ ਜਦੋਂ ਅਜਿਹੀ ਗੁੜਤੀ ਮਿਲਦੀ, ਉਹ ਆਕਾਰ ਹੈ, ਮਤਲਬ ਇਸ ਕਰਕੇ ਕਹਿੰਦੇ ਜ਼ੁਬਾਨ ਸਿਰਫ ਦੀ ਵੇ ਆਫ ਕਮਿਊਨੀਕੇਸ਼ਨ ਨਹੀਂ ਹੈ, ਉਹ ਆਪਣੇ ਆਪ ਦੇ ਵਿੱਚ ਪੂਰੀ ਇੱਕ ਤੁਹਾਡੀ ਪੁਰਖਿਆਂ ਦਾ ਇੱਕ ਪੂਰਾ ਚੱਲਦਾ ਆ ਰਿਹਾ ਖਜ਼ਾਨਾ ਆ, ਹੈ ਨਾ। ਅਸਲ ਵਿੱਚ ਹਰ ਇੱਕ ਸਵਰ ਦਾ ਪਹਿਲਾ ਚਿੱਤਰ ਜੋ ਹੈ ਉਹ ਅੱਖਰ ਹੈ ਜੀ। ਇਹ ਗੱਲ ਬਹੁਤ ਮਹੱਤਵਪੂਰਨ ਹੈ। ਅਤੇ ਅੱਖਰ ਜਿਹੜੇ ਨੇ ਉਹ ਅਸਲ 'ਚ ਬਹੁਤ ਵੱਡੇ ਚਿੱਤਰ ਨੇ। ਸਭ ਤੋਂ ਪਹਿਲੇ ਪੁਰਾਤਨ ਅਤੇ ਸਭ ਤੋਂ ਖੂਬਸੂਰਤ ਚਿੱਤਰ ਉਹ ਨੇ ਜਿਨ੍ਹਾਂ ਨੂੰ ਰਿਕੋਗਨਾਈਜ਼ ਕੀਤਾ ਸਵਰਾਂ ਦੇ ਵਿੱਚ, ਨਾਦ ਦੇ ਵਿੱਚ। ਜਦੋਂ ਅਸੀਂ ਹੁਣ ਕਹਿੰਦੇ ਹਾਂ ਸੱਸਾ ਸੱਸਾ, ਇਹ ਇੱਕ ਨਾਦ ਸਵਰ ਹੈ ਜਿਹੜਾ ਇੱਕ ਉਹਦਾ ਰੂਪ, ਇੱਕ ਸ਼ਕਲ, ਇੱਕ ਉਹਦੀ ਖੂਬਸੂਰਤ ਚਿੱਤਰ ਉਹ ਮਹਾਂਪੁਰਖਾਂ ਨੇ ਬਣਾ ਦਿੱਤਾ, ਮਹਾਂਰਿਸ਼ੀਆਂ ਨੇ ਬਣਾ ਦਿੱਤਾ। ਅਸੀਂ ਪੜ੍ਹਨਾ ਲਿਖਣਾ ਸਿੱਖ ਕੇ ਉਹਨਾਂ ਤੋਂ, ਅਸੀਂ ਉਹ ਸਵਰਾਂ ਨੂੰ ਜੋੜ ਜੋੜ ਕੇ ਸ਼ਬਦ ਬਣਾਉਣੇ ਸਿੱਖਤੇ। ਇਹ ਅਸਲ 'ਚ ਨਾਦ ਯੋਗ ਹੈ, ਨਾਦ ਯੋਗ ਦਾ ਅਵਲੋਕਨ ਹੈ ਜੀ ਹਰ ਇੱਕ ਅੱਖਰ। ਅਤੇ ਉਹਨਾਂ ਦੇ ਜੋੜ ਤੋਂ ਬਣੇ ਸ਼ਬਦਾਂ ਦਾ ਫਿਰ ਇੱਕ ਪੂਰਾ ਪੂਰਾ ਆਕਾਰ ਹੈ, ਕੰਪਲੀਟ। ਜਦੋਂ ਮੈਂ ਛੋਟਾ ਜਿਹਾ ਸੀਗਾ ਅਤੇ ਮੇਰੀ ਪਿਤਾ ਜੀ ਅਤੇ ਮੇਰੇ ਮਾਤਾ ਜੀ ਮੈਨੂੰ ਲਿਖਣਸਰ ਗੁਰਦੁਆਰੇ ਲੈ ਕੇ ਗਏ ਪਹਿਲੀ ਵਾਰ, ਪਹਿਲਾਂ ਉਹਨਾਂ ਨੇ ਮੈਨੂੰ ਬੈਠ ਕੇ ਉੱਥੇ ਕਥਾ ਸੁਣਾਈ, ਮੇਰੇ ਪਿਤਾ ਜੀ ਨੇ, ਕਿ ਕਿਵੇਂ ਸਾਡੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ, ਜਿੰਨੇ ਵੀ ਆਰਮੀ ਦੇ ਲੋਕ ਸੀ ਉਹਨਾਂ ਦੇ, ਉਹਨਾਂ ਨੂੰ ਗੁਰਮੁਖੀ ਲਿਖਣੀ ਸਿਖਾਈ, ਰੇਤੇ ਦੇ ਉੱਤੇ ਬਰਸ਼ੇ ਦੇ ਨਾਲ ਊੜਾ ਵਾਹ ਕੇ ਸਿਖਾਇਆ, ਆੜਾ ਵਾਹ ਕੇ ਸਿਖਾਇਆ, ਈੜੀ ਵਾਹ ਕੇ ਸਿਖਾਈ, ਅਤੇ ਉਹਨਾਂ ਨੇ ਨਾਲ ਨਾਲ ਬਰਸ਼ਿਆਂ ਦੇ ਨਾਲ ਲਿਖਿਆ। ਅਤੇ ਬਾਅਦ 'ਚ ਫਿਰ ਇੱਕ ਗੁਰੂ ਗ੍ਰੰਥ ਸਾਹਿਬ ਪੂਰਾ ਪੂਰਾ ਲਿਖਣ ਦਾ ਇੱਕ ਪ੍ਰਥਾ ਬਣੀ, ਜਿਹੜੀ ਉੱਥੇ ਬੈਠ ਕੇ ਜਿਹੜਾ ਲਿਖਣਸਰ ਗੁਰਦੁਆਰੇ ਦੇ ਪਿੱਛੇ ਜਿਹੜੀ ਡੱਲੇ ਵਾਲਿਆਂ ਦੀ ਜਗ੍ਹਾ ਹੈਗੀ ਹੈ, ਉੱਥੇ ਜਾ ਕੇ ਭੋਲੇ ਦੇ ਵਿੱਚ ਬੈਠ ਕੇ ਲਿਖਿਆ ਗਿਆ। ਮੈਂ ਕਿਹਾ ਵਾਹ, ਇਹ ਤਾਂ ਬਹੁਤ ਕਮਾਲ ਦੀ ਗੱਲ ਹੈ ਪਿਤਾ ਜੀ, ਅਤੇ ਆਪਾਂ ਵੀ ਲਿਖੀਏ ਫਿਰ ਰੇਤੇ ਵਿੱਚ। ਕਹਿੰਦੇ ਹਾਂ ਪੁੱਤਰਾ, ਆਪਾਂ ਉਹਨਾਂ ਨੇ ਫਿਰ ਮੇਰੀ ਉਂਗਲ ਫੜੀ, ਮੇਰੀ ਇੱਕ ਪਾਸਿਓਂ ਮੇਰੀ ਮਾਂ ਨੇ ਉਂਗਲ 'ਤੇ ਹੱਥ ਰੱਖਿਆ, ਇੱਕ ਪਾਸੇ ਪਿਤਾ ਨੇ ਰੱਖਿਆ। ਪਹਿਲਾਂ ਊੜਾ ਪਾਇਆ, ਉਹਦਾ ਮੂੰਹ ਖੋਲ੍ਹਿਆ, ਇਹ ਓਮਕਾਰ ਹੀ, ਫਿਰ ਏਕਾ ਪਾਇਆ ਉਹਦੇ ਅੱਗੇ, ਕਹਿੰਦੇ ਹੁਣ ਏਕ ਓਮਕਾਰ ਹੈ ਹੀ। ਇਸ ਤਰ੍ਹਾਂ ਸਾਰੇ ਅੱਖਰ ਉਹਨਾਂ ਨੇ ਮੇਰੀ ਉਂਗਲ ਫੜ ਕੇ, ਸਾਰੇ ਅੱਖਰ ਰੇਤੇ ਦੇ ਉੱਤੇ, ਉਸ ਵਕਤ ਰੇਤੇ ਦਾ ਹੁੰਦਾ ਸੀਗਾ, ਹੁਣ ਤਾਂ ਖੈਰ ਸਲੇਟਾਂ ਸਲੂਟਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਰੱਖਣੀਆਂ ਸ਼ੁਰੂ ਕਰਤੀਆਂ, ਅਤੇ ਮੈਂ ਪ੍ਰੈਫਰ ਕਰੂੰਗਾ ਕਿ ਰੇਤਾ ਹੀ ਰੱਖਣ। ਇਹ ਕਮਾਲ ਸੀਗਾ। ਅਤੇ ਉਸ ਤੋਂ ਬਾਅਦ ਮੇਰੀ ਮਦਰ ਨੇ ਮੈਨੂੰ ਇਹ ਗੱਲ ਇੱਕ ਸਮਝਾਈ ਕਿ ਕਿਵੇਂ ਸਾਡੇ ਦੂਜੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੇ ਸਿਰਫ ਚਾਰ ਆਕਾਰ ਚੂਜ਼ ਕੀਤੇ ਸਵਰਾਂ ਨੂੰ ਸਮਝਣ ਵਾਸਤੇ, ਚਾਰ ਆਕਾਰ ਬਸ। ਉਹਨਾਂ ਚਾਰ ਅੱਖਰਾਂ ਤੋਂ ਇੱਕ ਵਰਾਇਟੀ ਬਣਾਈ ਉਹਨਾਂ ਨੇ ਸਾਰੀ, ਅਤੇ 35 ਅੱਖਰ ਬਣਾ ਦਿੱਤੇ ਚਾਰ ਅੱਖਰਾਂ ਤੋਂ, ਸਿਰਫ ਚਾਰ ਅੱਖਰਾਂ ਤੋਂ। ਉਹ ਜਿਹੜੇ 35 ਅੱਖਰਾਂ ਦੇ ਵਿੱਚ ਵਿੱਚ ਹੁਣ ਹਾਲਤ ਇਹ ਹੈ ਕਿ ਸੰਸਾਰ ਦੀ ਕੋਈ ਵੀ ਸਵਰ ਹੈ, ਕੋਈ ਵੀ ਸਵਰ ਸੰਸਾਰ ਦਾ ਕਿਸੇ ਪਾਸੇ ਵੀ, ਚਾਹੇ ਅਫਰੀਕਾ ਦੇ ਵਿੱਚ, ਚਾਹੇ ਉਹ ਸਕੈਂਡੀਨੇਵੀਆ ਦੇ ਵਿੱਚ ਇੱਧਰੋਂ ਦੂਜੇ ਪਾਸੇ, ਚਾਹੇ ਅੰਟਾਰਕਟਿਕਾ ਦੇ ਜਿਹੜੇ ਏਰੀਆ ਨੇ ਉਸ ਵਿੱਚ, ਜਿੱਥੇ ਜਿੱਥੇ ਈਵਨ ਗੋਲਫ ਕੰਟਰੀਜ਼ ਦੇ ਵਿੱਚ, ਜਿੱਥੇ ਜਿੱਥੇ ਜਿਹੜਾ ਵੀ ਕੋਈ ਸਵਰ ਹੈਗਾ, ਉਹ ਸਵਰ ਅਸੀਂ ਇਹਨਾਂ 35 ਅੱਖਰਾਂ ਦੇ ਵਿੱਚ ਪੂਰਾ ਕਰ ਸਕਦੇ ਹਾਂ। ਹੈ ਕਿ ਨਹੀਂ ਕਮਾਲ ਦੀ ਗੱਲ? ਇਹ ਬਹੁਤ ਵੱਡੀ ਘਟਨਾ ਹੋਈ ਸਾਡੇ ਇੱਥੇ।
ਅਤੇ ਗੁਰੂ ਜੀ ਨੇ ਜਿਸ ਤਰ੍ਹਾਂ ਹੁਣ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਇਹੋ ਜਿਹੇ ਦੋ ਅੱਖਰ ਵੀ ਬਣਾਏ ਆ ਜਿਹੜੇ ਵਿਹਲੇ ਬਿਠਾ ਤੇ ਹੁਣ ਸਾਰੀ ਦੁਨੀਆ ਨੇ, ਉਹ ਸਾਰੀ ਦੁਨੀਆ ਕੋਲ ਸਵਾਰੀ ਨਹੀਂ ਹੈਗਾ, ਕਿਤੇ ਵੀ ਨਹੀਂ ਹੈਗਾ। ਆਹ ਸਿਰਫ ਕੁਛ ਇੱਕ ਸਰਾਇਕੀ ਵਾਲੇ ਭਾਸ਼ਾ ਜਿਹੜੇ ਆਪਣੇ ਇੱਧਰ ਪਾਕਿਸਤਾਨ ਏਰੀਆ ਰਹਿ ਗਿਆ, ਜਿਹੜਾ ਸਾਡਾ ਪੰਜਾਬ ਰਹਿ ਗਿਆ, ਉੱਧਰ ਹੈਗਾ ਹਾਲੇ। ਤੁਹਾਡੀ ਮਾਂ ਬੋਲੀ ਦਾ ਲਹਿਜਾ ਵੀ ਸਰਾਇਕੀ ਹੈ? ਸਾਡੀ ਜਿਹੜੀ ਮਾਂ ਬੋਲੀ ਦਾ ਲਹਿਜਾ ਹੈ ਉਹ ਸਰਾਇਕੀ ਹੈ, ਇਸ ਕਰਕੇ ਗੰਗਾ ਤੇ ਜਾਈਆਂ ਸਾਡੇ ਕੋਲ ਤਾਂ ਹੈਗਾ, ਬਾਕੀ ਸਾਰੇ ਸੰਸਾਰ ਕੋਲ ਹੈ ਨਹੀਂ। ਉਹ ਵਿਹਲਾ ਬਿਠਾ ਤਾ। ਕਮਾਲ ਦੀ ਗੱਲ ਇਹ ਹੋ ਗਈ ਕਿ ਚਾਰ ਅੱਖਰ, ਚਾਰ ਆਕਾਰ ਨੇ। ਜਿਸ ਤਰ੍ਹਾਂ ਹੁਣ ਤੁਸੀਂ ਕਹੋ ਕਿ ਵੀ ਤੱਤਾ ਪਹਿਲਾ ਆਕਾਰ ਹੈ, ਤੀਆ ਜਾਂ ਉਲਟਾ ਤੀਆ ਮੰਨ ਲਓ ਸਾਡਾ, ਜਾਂ ਤੁਸੀਂ ਹਿੰਦੀ ਦਾ ਤੀਆ ਮੰਨ ਲਓ। ਉਸ ਤੀਏ ਨੂੰ ਜਦੋਂ ਤੁਸੀਂ ਉੱਪਰ ਮੋੜ ਕੇ ਲਿਜਾ ਕੇ ਮੂੰਹ ਖੁੱਲ੍ਹਾ ਛੱਡ ਦਿੰਦੇ, ਸਾਰਾ ਸੰਸਾਰ ਵਿੱਚ ਸਮਾ ਜਾਂਦਾ। ਕਮਾਲ ਹੋ ਗਈ ਹਰਕਤ, ਹੱਦ ਹੋ ਗਈ ਹੱਦ, ਵਾਹ। ਇਸ ਤੋਂ ਵੱਡੀ ਇਹ ਸਾਰੇ ਸੰਸਾਰ ਨੂੰ ਜੋੜਨ ਵਾਲੀ ਘਟਨਾ ਹੋਰ ਕੀ ਹੋ ਸਕਦੀ ਹੈ? ਆ ਇੱਕ ਅੱਖਰ ਦੇ ਨਾਲ, ਆ ਅੱਖਰ ਦੀ ਬਣਤਰ ਦੇ ਨਾਲ ਸਾਰਾ ਸੰਸਾਰ ਇਕੱਠਾ ਕਰਤਾ, ਉਹਦੇ ਵਿੱਚ ਸਮਾਤਾ, ਫਿਰ ਉਹਦਾ ਮੂੰਹ ਬੰਦ ਕਰ ਦਿਓ ਊੜਾ ਹੋ ਜਾਂਦਾ, ਉਹਦਾ ਮੂੰਹ ਥੱਲੋਂ ਗੋਲਾ ਪਾ ਦਿਓ ਡੱਡਾ ਹੋ ਜਾਂਦਾ। ਆ ਤੱਤੇ ਤੋਂ ਛੇ ਅੱਖਰ ਬਣ ਜਾਂਦੇ ਸਾਡੇ। ਇਸ ਤਰ੍ਹਾਂ ਹੀ ਫਿਰ ਸਾਡੀ ਟੈਂਕਾ ਹੈਗਾ, ਟੈਂਕੇ ਤੋਂ ਈੜੀ, ਦੱਦਾ, ਢੱਡਾ, ਚੱਚਾ, ਆਹ ਸਾਰੇ ਅੱਖਰ ਬਣ ਜਾਂਦੇ ਆ। ਅਤੇ ਮੇਰੀ ਮਾਂ ਨੇ ਫਿਰ ਮੈਨੂੰ ਇਸ ਤਰ੍ਹਾਂ ਸਿਖਾਇਆ, ਕਹਿੰਦੀ ਦੇਖ ਪੁੱਤਰਾ, ਇਸ ਤਰ੍ਹਾਂ ਗੁਰਮੁਖੀ ਸਿੱਖ, ਇੰਜ ਸਿੱਖੀ ਦੀ ਹੈ ਗੁਰਮੁਖੀ। ਮੈਨੂੰ ਕਿਹਾ ਵਾਹ, ਅਤੇ ਤੁਸੀਂ ਬਿਲੀਵ ਕਰੋ, ਮੈਂ ਆਪਣੀ ਪਤਨੀ ਨੂੰ ਪਿੱਛੇ ਜਿਹਾ, ਜਿਹੜੀ ਬਿਲਕੁਲ ਹਿੰਦੀ ਸਪੀਕਿੰਗ, ਬ੍ਰਾਹਮਣ ਘਰ 'ਚ ਪੈਦਾ ਹੋਈ, 7 ਦਿਨ ਦੇ ਵਿੱਚ ਉਸਨੇ ਲਿਖਣਾ ਪੜ੍ਹਨਾ ਸਿੱਖ ਲਿਆ ਗੁਰਮੁਖੀ, 7 ਡੇਜ਼ ਓਨਲੀ, ਸਿਰਫ ਆਕਾਰਾਂ ਤੋਂ। ਅਤੇ ਉਹ ਜਿਹੜੇ ਸਾਡੇ ਸਵਰ ਨੇ ਉਹਨਾਂ ਦੇ ਨਾਲ ਰਿਲੇਟ ਕਰਕੇ ਜਦੋਂ ਅਸੀਂ ਅੱਖਰਾਂ ਨੂੰ ਸਮਝਾਇਆ ਉਹਨਾਂ ਨੂੰ, ਤਾਂ ਉਹ ਕਮਾਲ ਹੀ ਹੋ ਗਿਆ, ਹੈ ਨਾ, ਕਿੰਨਾ ਆਸਾਨ ਹੋ ਗਿਆ ਦੇਖੋ। ਪਰ ਇਹ ਮੇਰਾ ਗੁਰੂ, ਦੂਸਰਾ ਗੁਰੂ, ਅੱਜ ਵੀ ਜਦੋਂ ਮੈਂ ਗੁਰਮੁਖੀ ਲਿਖਦਾ ਮੈਨੂੰ ਐਂ ਲੱਗਦਾ ਮੇਰਾ ਗੁਰੂ ਮੇਰਾ ਹੱਥ ਫੜ ਕੇ ਬੈਠਾ। ਉਹ ਯਾਰ ਮੇਰੇ ਮਾਤਾ ਪਿਤਾ ਮੇਰੇ ਹੱਥ ਫੜ ਕੇ ਬੈਠੇ, ਹੈ ਮਤਲਬ ਇੰਨਾ ਪਿਆਰ ਆ ਜਾਂਦਾ ਉੱਥੇ, ਹੈ ਹੰਝੂ ਆ ਜਾਂਦੇ ਅੱਖਾਂ 'ਚ ਕਈ ਵਾਰੀ ਕਿ ਯਾਰ ਮੇਰਾ ਇਹ ਮੂਲ ਮੰਤਰ ਜਦੋਂ ਮੈਂ ਲਿਖਦਾ ਅੱਜ ਕੱਲ੍ਹ ਕਿ ਰੱਬ ਨੇ ਮੇਰੇ ਦੂਸਰੇ ਗੁਰੂ ਨੇ ਮੇਰੇ 'ਚ ਐਡਾ ਵੱਡਾ ਗੁਣ ਭਰਤਾ ਕਿ ਅੱਜ ਆਹ ਸਿਰਫ ਮੂਲ ਮੰਤਰ ਲਿਖ ਕੇ ਆਹ ਕਿੰਨੇ ਲੋਕਾਂ ਦੀ ਸੇਵਾ ਹੋ ਜਾਂਦੀ ਉਹਦੇ 'ਚੋਂ, ਤੁਸੀਂ ਸੋਚ ਨਹੀਂ ਸਕਦੇ। ਕਿ ਅਸੀਂ ਅੱਜ ਜਦੋਂ ਦਾ 84 ਦਾ ਜਦੋਂ ਮਸਲਾ ਹੋਇਆ ਇੱਥੇ ਦਿੱਲੀ ਦੇ ਵਿੱਚ, ਅਤੇ ਮੂਲ ਮੰਤਰ ਲਿਖ ਲਿਖ ਕੇ ਅਸੀਂ ਬੱਚਿਆਂ ਨੂੰ ਜਿਹੜੇ ਉਹਨਾਂ ਵਾਸਤੇ ਪੈਸਾ ਇਕੱਠਾ ਕਰਤਾ ਉੱਥੇ, ਕਿ ਮੇਰੇ ਗੁਰੂ ਨੇ ਇਸ ਤਰ੍ਹਾਂ ਮੇਰੇ ਨਾਲ ਕੀਤਾ, ਇਹੋ ਜਿਹਾ ਹੱਥ ਫੜਿਆ, ਇਹ ਕਮਾਲ ਹੋ ਗਿਆ ਸਾਡੇ ਨਾਲ। ਅੱਛਾ, ਬਾਕੀ ਰਹੀ ਗੱਲ ਵੈਸਟ ਦੀ ਗੱਲ ਜਿਹੜੀ ਆ, ਉਹਨਾਂ ਦਾ ਆਪਦਾ ਕਲਚਰ ਹੈ, ਉਹ ਦੇ ਆਰ ਓਕੇ, ਦੇ ਆਰ ਵੈਰੀ ਗੁੱਡ ਪੀਪਲ। ਮੈਂ ਉੱਥੇ ਵੀ ਰਿਹਾ, ਸਕੈਂਡੀਨੇਵੀਆ 'ਚ ਰਿਹਾ। ਇਸ ਵਕਤ ਵਰਲਡ ਦੇ ਸਿਰਫ 4-5 ਦੇਸ਼ ਐਸੇ ਆ ਇਸ ਸਾਰੀ ਧਰਤੀ ਦੇ ਉੱਤੇ, ਗਲੋਬ ਦੇ ਉੱਤੇ, ਜਿੱਥੇ ਮੈਂ ਜਾਣ ਬੁੱਝ ਕੇ ਹਾਲੇ ਨਹੀਂ ਗਿਆ ਕਿ ਉੱਥੇ ਦੇਖਾਂਗੇ, ਆਖਰ 'ਚ ਜਾਵਾਂਗੇ। ਉਹਨਾਂ 'ਚੋਂ ਪਾਕਿਸਤਾਨ ਇੱਕ ਹੈ, ਕਿਉਂਕਿ ਹਾਲੇ ਤਕਲੀਫ ਹੁੰਦੀ ਆ ਉੱਥੇ ਜਾਣ 'ਚ, ਹਾਲੇ ਪੂਰਾ ਨਾ ਮਨ ਨਹੀਂ ਲੱਗਦਾ ਕਿ ਵੀ ਨਹੀਂ ਯਾਰ ਉਹ ਮੇਰੀ ਜਿਹੜੀ ਧਰਤੀ ਹੈ ਉਹ ਹਾਲੇ ਮੈਂ ਉਸ ਯੋਗ ਨਹੀਂ, ਮੈਂ ਹਾਲੇ ਨਹੀਂ ਜਾ ਸਕਦਾ। ਤੁਹਾਡੇ ਪੁਰਖੇ ਉੱਥੋਂ ਆਏ ਸੀ? ਉੱਥੋਂ? ਤੁਹਾਡਾ ਜਨਮ ਤਾਂ ਇੱਧਰ ਦਾ? ਮੇਰਾ ਜਨਮ ਇੱਥੇ ਦਾ ਹੈਗਾ 1956, 10 ਸਾਲ ਤੋਂ ਬਾਅਦ, 10 ਸਾਲ ਬਾਅਦ, ਇਸ ਉਜਾੜੇ ਤੋਂ 10 ਸਾਲ ਬਾਅਦ ਮੇਰਾ ਜਨਮ ਹੋਇਆ। ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਸੀ? ਜਗਤਾਰ ਸਿੰਘ ਉਹਨਾਂ ਦਾ ਨਾਮ ਸੀਗਾ। ਅਤੇ ਮੁਲਤਾਨ ਤੋਂ? ਹਾਂਜੀ, ਮੁਲਤਾਨ ਦੇ ਆ। ਉਹ ਕਿਵੇਂ ਆਏ ਸਾਨੂੰ? ਉਹ ਜਦੋਂ ਆਏ ਉੱਥੋਂ ਤਾਂ 13 ਅਗਸਤ ਸੀਗੀ, ਅਤੇ ਮੇਰੇ ਵੱਡੇ ਭਰਾ ਦੀ ਛਟੀ ਸੀ ਉਸ ਦਿਨ। ਉਸ ਛਟੀ ਵਾਲੇ ਦਿਨ ਜਦੋਂ ਮਾਤਾ ਪੂਤਾ ਕੀ ਅਸੀਸ ਗਾਇਆ ਜਾ ਰਿਹਾ ਸੀਗਾ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਕੋਲ, ਅਤੇ ਬੱਚੇ ਨੂੰ ਜਦੋਂ ਮੱਥਾ ਟਿਕਾਇਆ ਜਾ ਰਿਹਾ ਸੀਗਾ, ਅਤੇ ਬਾਹਰ ਘੋੜੀਆਂ ਦਾ ਡਾਂਸ ਹੋ ਰਿਹਾ ਸੀਗਾ, ਹਿੰਦੂ ਮੁਸਲਿਮ ਸਾਰੇ ਇਕੱਠੇ, ਸਾਰੇ ਪਿੰਡ 'ਚ ਝੰਡੀਆਂ ਲੱਗੀਆਂ ਸੀਗੀਆਂ, ਜਸ਼ਨ ਹੋ ਰਿਹਾ ਸੀਗਾ, ਉਸ ਵਕਤ ਧਾੜਵੀ ਪੈ ਗਏ, ਉਹਨਾਂ ਨੇ ਮਾਰ ਕਾਟ ਕਰਤੀ, ਸਾਰਾ ਮੇਲਾ ਵਿਛੜ ਗਿਆ, ਬਹੁਤ ਮਾਰਕਾਟ ਹੋ ਗਈ ਉਸ ਗਲੀ ਦੇ ਵਿੱਚ ਜਿੱਥੇ ਝੰਡੀਆਂ ਲੱਗੀਆਂ ਸੀ, ਜਿੱਥੇ ਡਾਂਸ ਹੋ ਰਹੇ ਸੀ, ਜਿੱਥੇ ਮਾਵਾਂ ਦੇ ਗੀਤ ਗਾਏ ਜਾ ਰਹੇ ਸੀ, ਜਿੱਥੇ ਬੱਚੜਿਆਂ ਦੇ ਗੀਤ ਗਾਏ ਜਾ ਰਹੇ ਸੀਗੇ, ਉਹ ਸਾਰਾ ਮੇਲਾ ਉਜੜ ਗਿਆ। ਅਤੇ ਉਹ ਸਾਰੇ ਜਣੇ ਉੱਥੋਂ ਫਿਰ ਜੋ ਜੋ ਸਮਾਨ ਹੱਥ 'ਚ ਆਇਆ ਉਹ ਚੱਲ ਪਏ ਸਤਲੁਜ ਵੱਲ,
ਤੇ ਪਿੱਛੋਂ ਧੜ ਵੀ ਆ ਰਿਹਾ, ਅੱਗੋਂ ਹੜ ਆ ਗਿਆ ਸਤਲੁਜ ਵਿੱਚ। ਲੱਖਾਂ ਲੋਕ ਉਸ ਵਕਤ ਜਿਹੜੇ ਉਸ ਵਕਤ ਕ੍ਰੋਸ ਕਰ ਰਹੇ ਸੀਗੇ ਤੇ ਪਿੱਛੇ ਧੜ ਵੀ ਆ ਰਹੇ ਸੀਗੇ, ਉਹ ਉਸ ਪਾਣੀ ਦੇ ਵਿੱਚ ਰੁੜ ਗਏ। ਕੁਛ ਕੁ ਬਚ ਗਏ, ਜਿਹੜਾ ਸਾਡਾ ਪਰਿਵਾਰ ਵੀ ਬਚ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ, ਬੱਚਿਆਂ ਨੂੰ ਪਿੱਠਾਂ ਤੇ ਬੰਨ ਕੇ, ਉਹ ਜਦੋਂ ਪਾਣੀਆਂ ਨੂੰ ਕ੍ਰੋਸ ਕੀਤਾ, ਉਹਨਾਂ ਨੇ ਹਵੇਲੀਆਂ ਦੇ ਉੱਤੇ ਮੌਣਾਂ ਦੇ ਉੱਤੇ ਬੈਠੇ ਸੀ, ਸਾਹਮਣੇ ਛੱਤਾਂ ਡਿੱਗ ਰਹੀਆਂ, ਕੰਧਾਂ ਡਿੱਗ ਰਹੀਆਂ, ਸਾਹਮਣੇ ਜਦੋਂ ਬਿਜਲੀ ਕੜਕਦੀ ਹੈ ਰਾਤ ਦੇ ਵਕਤ, ਉੱਥੇ ਉਹ ਲਾਸ਼ਾਂ ਰੁੜਦੀਆਂ ਜਾ ਰਹੀਆਂ, ਕੋਈ ਹਾਹਾਕਾਰ ਹੋਈ ਵੀ ਹੈ, ਕੋਈ ਜਪ ਜੀ ਪੜ੍ਹ ਰਿਹਾ, ਕੋਈ ਰਮਾਇਣ ਪੜ੍ਹ ਰਿਹਾ, ਕੋਈ ਹਿੰਦੂ ਜਿਹੜੇ ਭਜਨ ਨੇ ਉਹ ਗਾ ਰਿਹਾ ਹੈਗਾ, ਕੋਈ ਰਾਮ ਰਾਮ ਕਰ ਰਿਹਾ ਹੈਗਾ, ਕੋਈ ਅੱਲਾਹ ਨੂੰ ਯਾਦ ਕਰ ਰਿਹਾ। ਇਹ ਕੌਣ ਲੋਕ ਸੀਗੇ ਸਾਰੇ? ਇਹ ਤਾਂ ਸਾਰੇ ਇਕੱਠੇ ਸੀਗੇ, ਇਹ ਤਾਂ ਉਸ ਬਾੜ ਵਿੱਚ ਉਸ ਪਾਣੀ ਵਿੱਚ ਸਾਰੇ ਇਕੱਠੇ ਰੁੜੇ ਜਾ ਰਹੇ ਸੀਗੇ। ਅਤੇ ਉਹ ਕੌਣ ਸੀ ਜਿਹੜੇ ਉੱਥੋਂ ਪਿੱਛੇ ਲੱਗੇ ਸੀ ਮਰਨ ਵਾਸਤੇ? ਉਹ ਕੌਣ ਸੀ ਜਿਹੜੇ ਲੜ ਰਹੇ ਸੀਗੇ? ਉਹ ਕੌਣ ਸੀ ਜਿਨ੍ਹਾਂ ਨੇ ਆ ਵੰਡ ਕੀਤੀ ਸੀਗੀ? ਮੇਰੀ ਭੂਆ ਕਹਿੰਦੀ ਨੀ ਮਾਂ, ਇਹ ਪਾਕਿਸਤਾਨ ਕਿਤੇ ਹੀ, ਇਹ ਹਿੰਦੁਸਤਾਨ ਕਿਤੇ ਹੀ। ਉਹ ਕਹਿੰਦੀ ਮੈਨੂੰ ਵੀ ਕੁਝ ਨਹੀਂ ਪਤਾ ਕਿਤੇ ਹੀ। ਤੇ ਫਿਰ ਉਹ ਕੌਣ ਸੀਗੇ ਜਿਨ੍ਹਾਂ ਨੂੰ ਇਹ ਪਤਾ ਸੀਗਾ? ਇਹ ਕੌਣ ਨੇ ਜਿਹੜੇ ਆਜ਼ਾਦੀ ਦਾ ਜਸ਼ਨ ਮਨਾ ਰਹੇ ਆ? ਉਹ ਕੌਣ ਨੇ ਜਿਹੜੇ ਉਜੜ ਕੇ ਆਏ ਸੀ, ਜਿਨ੍ਹਾਂ ਨੂੰ ਉਹ ਸਾਰਾ ਉਜਾੜਾ ਹੁਣ ਤੱਕ ਜ਼ਿਆਦਾ, ਜਿਨ੍ਹਾਂ ਦੀ ਅੱਖਾਂ 'ਚ ਹੰਝੂ ਨੇ? ਜਦੋਂ ਵੀ ਗੱਲ ਕਰੋ ਤਾਂ ਉਹਨਾਂ ਦੀ ਅੱਖਾਂ 'ਚੋਂ ਹਾਲੇ ਤੱਕ ਹੰਝੂ ਹੈ, ਉਹ ਜਿਹੜਾ ਸਾਰਾ ਕੁਛ ਛੱਡ ਕੇ ਆਏ ਸੀਗੇ। ਸਮਾਨ ਨਹੀਂ, ਸਮਾਨ ਨਹੀਂ ਯਾਦ ਕਰਦੇ ਉਹ ਗੁਰੂ ਕੇ ਸਿੱਖ ਸਮਾਨ ਨਹੀਂ ਯਾਦ ਕਰਦੇ, ਉਹ ਗੁਰੂ ਕੇ ਬੰਦੇ ਸਾਰੇ ਕੇ ਸਾਰੇ ਸਮਾਨ ਨਹੀਂ ਯਾਦ ਕਰ ਰਹੇ। ਅਬ ਤੱਕ ਸਮਾਨ ਛੁੱਟ ਗਿਆ, ਉਹ ਵਿੱਚ ਬਿਰਲਾ ਹੈਗਾ ਕੋਈ। ਉਹ ਕਹਿੰਦੇ ਸਾਡਾ ਭਰਾ ਛੁੱਟ ਗਿਆ ਉੱਥੇ, ਸਾਡੇ ਭਾਈ ਛੁੱਟ ਗਏ, ਸਾਡੇ ਉਹ ਛੁੱਟ ਗਿਆ, ਸਾਡੇ ਤਾਏ ਛੁੱਟ ਗਏ। ਉਹ ਤਾਏ ਚਾਚੇ ਕੌਣ ਸੀਗੇ? ਉਹ ਤਾਂ ਅਲੱਗ ਅਲੱਗ ਧਰਮਾਂ 'ਚੋਂ ਲੋਕ ਸੀਗੇ, ਇਹ ਹੋਇਆ ਕੀ? ਤੁਹਾਡੇ ਪਿਤਾ ਜੀ ਵੀ ਗ੍ਰੰਥੀ ਸਿੰਘ ਸੀ? ਮੇਰੇ ਪਿਤਾ ਜੀ ਤਾਂ ਖੈਰ ਉਹ ਜਦੋਂ ਅਸੀਂ, ਕਿਉਂਕਿ ਸ਼ੁਰੂ ਤੋਂ ਹੀ ਅਸੀਂ ਗੁਰੂ ਨਾਲ ਜੁੜੇ ਹੋਏ ਪਰਿਵਾਰ ਸੀ, ਸਾਡਾ ਬਹੁਤ ਪੁਰਾਤਨ ਸਮੇਂ ਤੋਂ ਜੁੜਿਆ ਸਾਡਾ ਪਰਿਵਾਰ, ਜਿਹਦੇ 'ਚ ਸਾਡੇ ਮਾਮੇ ਸਾਡੇ ਨਾਨੇ ਵਾਲੀ ਪਰਿਵਾਰ ਦੇ ਵਿੱਚੋਂ ਅਤੇ ਮੇਰੀ ਦਾਦੀ ਦੇ ਪਰਿਵਾਰ ਵੱਲੋਂ ਸਾਰੇ ਹੀ ਜਿਹੜੇ ਗੁਰਬਾਣੀ ਗਾਉਂਦੇ ਸੀਗੇ ਅਤੇ ਗੁਰਬਾਣੀ ਦੇ ਕੀਰਤਨ ਹੀ ਸੀਗੇ। ਅਤੇ ਪਿਤਾ ਜੀ ਵੀ ਸੀ, ਮਾਤਾ ਵੀ ਬਹੁਤ ਅੱਛਾ ਗਾਉਂਦੀ ਸੀਗੀ, ਗੁਰਬਾਣੀ ਗਾਉਂਦੀ ਸੀ ਹਰ ਵਕਤ 24 ਘੰਟੇ ਦਾ ਸੀਗਾ। ਸਾਡੇ ਘਰ ਵਿੱਚ ਮੈਂ ਜਦੋਂ ਹੋਸ਼ ਸੰਭਾਲੀ ਹੈ, ਮੈਂ ਸੰਤਾਂ ਭਗਤਾਂ ਨੂੰ ਗੁਰੂਆਂ ਨੂੰ ਸੁਣਦੇ ਹੋਏ ਵੱਡਾ ਹੋਇਆ। ਇਹ ਸ਼ਾਇਦ ਮੇਰੇ 'ਤੇ ਕੋਈ ਕਿਰਪਾ ਹੈ, ਇਹ ਮਹਾਂ ਕਿਰਪਾ ਮੇਰੇ 'ਤੇ ਹੋਈ ਹੈ ਕਿ ਮੈਂ ਉਸ ਗੁਰਦੁਆਰੇ 'ਚ ਪੈਦਾ ਹੋਇਆ ਜਿੱਥੇ ਇਹ ਸਵੇਰੇ 2:30 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ, ਜਦੋਂ ਲੰਗਰ ਖਾਣ ਤੋਂ ਪਹਿਲਾਂ ਤੱਕ ਅਸੀਂ ਆਹ ਸਾਰੇ ਗੁਰੂਆਂ ਨੂੰ, ਮਹਾਂ ਰਿਸ਼ੀਆਂ ਨੂੰ, ਸੰਤਾਂ ਨੂੰ ਸੁਣਦੇ ਹੋਏ ਵੱਡੇ ਹੋਏ। ਫਿਰ ਮੈਂ ਆਪਣੇ ਮਾਤਾ ਨੂੰ ਚਿੱਤਰ ਕਰਦੇ ਹੋਏ ਦੇਖਦੇ ਹੋਏ ਵੱਡਾ ਹੋਇਆ। ਉਹ ਰੰਗਾਂ ਵਾਲੀ ਮਾਈ ਸੀਗੀ, ਉਹਨੂੰ ਰੰਗਾਂ ਵਾਲੀ ਮਾਈ ਕਹਿੰਦੇ ਸਾਡੇ ਪਿੰਡ। ਉਹਨੂੰ ਸਾਰੇ ਰੰਗ ਬਣਾਉਣੇ ਆਉਂਦੇ ਸੀ, ਕਿੱਕਰ ਦੇ ਫੁੱਲਾਂ ਤੋਂ ਉਹਨੂੰ ਰੰਗ ਬਣਾਉਂਦੇ ਆਉਂਦੇ ਸੀਗੇ, ਸਾਰੇ ਸਾਰੀ ਛੱਲਾਂ ਤੋਂ ਉਹਨੂੰ ਖਾਕੀ ਰੰਗ ਬਣਾਉਣਾ ਆਉਂਦਾ ਸੀ, ਉਹਨੂੰ ਪੀਲਾ ਰੰਗ ਬਣਾਉਂਦਾ ਸੀ, ਨਿੰਮ ਤੋਂ ਹਰਾ ਰੰਗ ਬਣਾਉਂਦੀ ਸੀਗੀ, ਮਿੱਟੀਆਂ ਘੋਟ ਲੈਂਦੀ ਸੀ ਆਪਦੇ ਕਿਸਮ ਦੀਆਂ ਕਈ ਰੰਗ ਦੀਆਂ, ਅਤੇ ਉੱਥੇ ਦੀਵਾਰਾਂ ਦੀ ਸੱਜਾ ਕਰਦੀ ਸੀਗੀ। ਉਹ ਪੇਪਰ ਮੇਸ਼ੀ ਬਣਾਉਣੀ ਆਉਂਦੀ ਸੀ ਉਹਨੂੰ, ਪੇਪਰ ਮੇਸ਼ੀ ਦੇ ਛੋਟੇ ਛੋਟੇ ਬਰਤਨ ਖਿਲਾਉਣੇ, ਆਹ ਸਾਰਾ ਕੁਛ ਬਣਾਉਂਦੀ ਸੀਗੀ। ਅਤੇ ਮੈਂ ਉਹਨੂੰ ਦੇਖਦੇ ਹੋਏ ਵੱਡਾ ਹੋਇਆ ਅਤੇ ਉਹਦੇ ਖਿਲਾਉਣਿਆਂ 'ਚ, ਉਹਦੇ ਬਰਤਨਾਂ 'ਚ ਰੰਗ ਭਰਦੇ ਹੋਏ ਅਤੇ ਪਿਤਾ ਦੇ ਨਾਲ ਗਾਇਨ ਕਰਦੇ ਹੋਏ ਗੁਰਬਾਣੀ ਦਾ, ਜਪ ਜੀ ਸਾਹਿਬ ਸਵੇਰੇ ਸਵੇਰੇ ਤੋਂ ਸ਼ੁਰੂ ਕਰਨਾ ਅਤੇ ਗੁਰੂ ਸਾਹਿਬ ਦੀ ਤਾਬਿਆ 'ਚ ਸੇਵਾ ਕਰਦੇ ਹੋਏ ਰਾਤ ਤੱਕ। ਸਾਡੀ ਪੜ੍ਹਾਈ ਤਾਂ ਇਹ ਹੈ ਭਾਈ, ਦੂਜੀ ਪੜ੍ਹਾਈ ਤਾਂ ਮੈਨੂੰ ਨਹੀਂ। ਇਹ ਬੜੀ ਖੂਬਸੂਰਤ ਗੱਲ ਹੈ ਕਿ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਮਾਈ ਵਾਲੇ ਬੰਦਿਆਂ ਤੋਂ ਸੁਣਦੇ ਹਾਂ, ਜਿਵੇਂ ਤੁਹਾਡੇ ਤੋਂ ਸੁਣਿਆ ਜਾਂ ਬਜ਼ੁਰਗਾਂ ਤੋਂ ਸੁਣਦੇ ਹਾਂ, ਤਾਂ ਪੰਜਾਬ ਦਾ ਇੱਕ ਨਾ, ਪੰਜਾਬ ਦੀ ਇੱਕ ਤਾਲ ਸੀ, ਇੱਕ ਲੈਅ ਸੀ ਪੰਜਾਬ ਦੀ। ਪੰਜਾਬ ਦੀ ਸਵੇਰ ਇੱਦਾਂ ਹੀ ਹੁੰਦੀ ਆ, ਜਪਜੀ ਸਾਹਿਬ ਸਾਡੇ ਕੰਨਾਂ ਨੂੰ ਪਹੁੰਚਦਾ ਆ ਅਤੇ ਉਹ ਨਾਮ ਜਪਣ ਦੇ ਨਾਲ ਬਾਅਦ ਦੇ ਵਿੱਚ ਸਵੇਰੇ ਉੱਠਦੇ ਹੀ ਆਪੋ ਆਪਣੀਆਂ ਮਧਾਣੀਆਂ ਰਿੜਕਣੀਆਂ ਸ਼ੁਰੂ ਹੋ ਜਾਣੀਆਂ,
ਕਿਸਾਨ ਪਰਿਵਾਰਾਂ ਨੇ ਖੇਤਾਂ ਨੂੰ ਚਲੇ ਜਾਣਾ ਹੈ, ਕਿਰਤ ਵੀ ਚੱਲ ਪੈਂਦੀ ਹੈ, ਬਲਦਾਂ ਦੀਆਂ ਟੱਲੀਆਂ ਨਾਲ ਉਧਰ ਜਪਜੀ ਸਾਹਿਬ ਚੱਲ ਰਿਹਾ। ਪੰਜਾਬ ਦੀ ਜਿਹੜੀ ਇਹ ਲੈਕ ਆ ਰਹੀ ਹੈ, ਹਾਂਜੀ, ਚਾਹੇ ਉਹ ਕੰਮ ਕਾਜ 'ਚ ਹੈ, ਚਾਹੇ ਉਹ ਰੋਜ਼ਾਨਾ ਜ਼ਿੰਦਗੀ ਦੇ ਡੇਲੀ ਆਪਾਂ ਰੂਟੀਨ 'ਚ ਕਹਿ ਸਕਦੇ ਹਾਂ, ਅਤੇ ਚਾਹੇ ਉਹ ਸਾਡੀਆਂ ਸ਼ਕਲਾਂ ਸੂਰਤਾਂ 'ਚ ਹੈ, ਮਤਲਬ ਇਸ ਦੇ ਅੰਦਰ ਰਫ਼ਤਾਰ ਬੜੀ ਦੇਖੀ ਮੈਂ, ਬਹੁਤ ਲਿਰੀਕਲ, ਬਹੁਤ ਹੈ ਲਿਰੀਕਲ ਤਾਂ ਹੈ, ਪਰ ਇਹ ਰਫ਼ਤਾਰ ਕਿਤੇ ਨਾ ਕਿਤੇ ਬੜੀ ਬੇਤਰਤੀਬੀ ਵੀ ਹੋਈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜਿਵੇਂ ਮੈਂ ਦੇਖਦਾ ਕਿ ਮੈਨੂੰ ਹੋਰ ਕਿਸੇ ਖਿੱਤੇ ਦੇ ਅੰਦਰ ਇਸ ਤਰ੍ਹਾਂ ਬੰਦੇ ਘੱਟ ਨਜ਼ਰ ਆਉਂਦੇ ਆ, ਪਰ ਸਾਡਾ ਦਾਦਾ, ਸਾਡਾ ਪਿਓ ਅਤੇ ਅੱਗੋਂ ਪੁੱਤ ਅਤੇ ਅੱਗੋਂ ਪੋਤਰਾ, ਚਾਰਾਂ ਦੀਆਂ ਸ਼ਕਲਾਂ 'ਚ ਬੜਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਜਿਹੜੀਆਂ ਪੱਗਾਂ ਨੇ, ਦਸਤਾਰਾਂ ਨੇ, ਚਲੋ ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੈ ਸਾਡੇ 'ਤੇ, ਸਿੱਖਾਂ ਨੇ ਉਸ ਦਸਤਾਰ ਨੂੰ ਸੰਭਾਲਿਆ, ਪਰ ਦਸਤਾਰ ਤਾਂ ਹਿੰਦੂ ਵੀ ਬਣਦਾ ਸੀ, ਮੁਸਲਮਾਨ ਵੀ ਬਣਦਾ ਸੀ, ਅਤੇ ਹੁਣ ਤਾਂ ਸਿੱਖਾਂ ਦੇ ਘਰਾਂ 'ਚ ਵੀ ਦਸਤਾਰ ਖਤਮ ਹੁੰਦੀ ਜਾ ਰਹੀ ਹੈ, ਉੱਥੋਂ ਵੀ ਚਲੀ ਗਈ। ਅਤੇ ਮਤਲਬ ਇਹ ਸਾਰੀ ਤਰਤੀਬ ਨੂੰ ਤੁਸੀਂ ਜਦੋਂ ਮਹਿਸੂਸ ਕਰਦੇ ਹੋ, ਮਤਲਬ ਥੋੜ੍ਹਾ ਜਿਹਾ ਇਸ ਨੂੰ ਆਪਣੇ ਗੱਲਾਂ ਤੋਂ ਐਕਸਪਲੇਨ, ਥੋੜ੍ਹਾ ਜਿਹਾ ਪਿੱਛੋਂ ਸ਼ੁਰੂ, ਜਿਵੇਂ ਮਤਲਬ ਮੈਂ ਸੁਣਿਆ ਵੀ ਤੁਹਾਡੇ ਫਾਦਰ ਸਾਹਿਬ ਜਪਜੀ ਸਾਹਿਬ, ਉਹਨਾਂ ਦਾ ਪੜ੍ਹਨ ਦਾ ਅੰਦਾਜ਼ ਵੀ ਵੱਖਰਾ ਸੀ, ਮਤਲਬ ਪਾਠ ਜਿਵੇਂ ਕਰਦੇ ਸੀ, ਮਤਲਬ ਉਹ ਜਿਵੇਂ ਹੁਣ ਬਹੁਤ ਕੁਝ ਬਦਲ ਗਿਆ। ਆਪਾਂ ਥੋੜ੍ਹੇ ਜਿਹੇ ਪਿੱਛੋਂ ਚੱਲਦੇ ਹਾਂ, 47 ਤੋਂ ਵੀ ਪਿੱਛੇ, ਪਿੱਛੋਂ ਗੁਰੂ ਨਾਨਕ ਤੋਂ ਸ਼ੁਰੂ ਕਰਦੇ ਹਾਂ ਕਹਾਣੀ। ਇਹ ਲਿਰਿਸਿਜ਼ਮ ਉੱਥੋਂ ਆਇਆ ਸਾਰਾ, ਉਸ ਤੋਂ ਵੀ ਪਹਿਲਾਂ ਸੀਗਾ, ਪਰ ਮੇਰੇ ਬਾਬੇ ਨੇ ਉਹਨੂੰ ਸਾਨੂੰ ਜਿਸ ਤਰ੍ਹਾਂ ਫੋਕਸ ਕਰਕੇ, ਸਾਹਮਣੇ ਕਰਕੇ ਦਿਖਾ ਦਿੱਤਾ। ਬਾਬਾ ਸਾਡਾ ਨਾਦ ਯੋਗੀ ਹੈ, ਉਹ ਰਾਗੀ ਨਹੀਂ ਹੈ। ਰਾਗੀ ਤਾਂ ਸਿਆਣੇ ਲੋਕ ਹੁੰਦੇ ਆ ਜਿਹੜੇ ਕੈਲਕੂਲੇਸ਼ਨ ਕਰਦੇ ਆ, ਉਸ ਨਾਦ ਨੂੰ ਜਦੋਂ ਕੈਲਕੂਲੇਟ ਕਰਦੇ ਆ ਇੱਕ ਸਮੇਂ ਦੇ ਹਿਸਾਬ ਨਾਲ, ਇੱਕ ਭਾਵ ਦੇ ਹਿਸਾਬ ਨਾਲ, ਉਹ ਕੋਈ ਛੋਟਾ ਕੰਮ ਨਹੀਂ, ਉਹ ਵੀ ਬਹੁਤ ਇੰਟੈਲੈਕਚੁਅਲ ਇੰਟੈਲੀਜੈਂਟ ਵਰਕ ਹੈ। ਪਰ ਮੇਰਾ ਬਾਬਾ ਉਸ ਇੰਟੈਲੀਜੈਂਸ ਤੋਂ ਥੋੜ੍ਹਾ ਉੱਤੇ ਹੈ, ਥੋੜ੍ਹਾ ਕਿਹਾ ਬਹੁਤ ਉੱਤੇ ਹੈ। ਉਹ ਉਸ ਸਮੇਂ ਦੇ ਜਿਹੜੇ ਸਮੇਂ 'ਚ ਬੈਠਾ ਉਹ, ਜਿਹੜੀ ਧਰਤੀ 'ਤੇ ਬੈਠਾ, ਜਿਹੜੇ ਰੰਗ 'ਚ ਬੈਠਾ, ਜਿਹੜੀ ਭਾਵ ਦਸ਼ਾ 'ਚ ਬੈਠਾ, ਉੱਥੋਂ ਉਹ ਸਵਰ ਚੁੱਕਦਾ ਮੇਰਾ ਬਾਬਾ। ਫਿਰ ਨਾਲ ਬੈਠਾ ਮਰਦਾਨਾ, ਮਰਦਾਨਾ ਕੋਈ ਛੋਟੀ ਬੰਦਾ ਹੈ, ਅਸੀਂ ਤਾਂ ਸਿਰਫ ਪਾਠ ਕਰਕੇ ਆਪਦੇ ਆਪ ਨੂੰ ਵਧੀਆ ਸਮਝਣ ਲੱਗ ਪੈਂਦੇ ਹਾਂ, ਅਤੇ ਉਹ ਮਰਦਾਨਾ ਜਿਹਨੇ ਮੇਰੇ ਬਾਬੇ ਦੇ ਮੁੱਖ ਤੋਂ ਸਿੱਧਾ ਸਿੱਧਾ ਸੁਣਿਆ ਸਾਰਾ ਕੁਛ, ਸੁਣਿਆ ਹੀ ਨਹੀਂ ਉਹਦੇ ਨਾਲ ਸਾਥ ਦਿੱਤਾ, ਉਹਦੇ ਨਾਲ ਉਹ ਸਵਰ ਵਜਾਇਆ, ਉਹਦੇ ਨਾਲ ਗਾਇਆ ਬੈਠ ਕੇ, ਉਹ ਕਿੱਡਾ ਵੱਡਾ ਸੋਚੋ ਜੀ। ਮੇਰੀ ਸਿਵਿਲਾਈਜੇਸ਼ਨ ਜਿਹੜੀ ਆ ਉਹ ਬਾਬੇ ਨਾਨਕ ਨਾਲ ਸ਼ੁਰੂ ਹੁੰਦੀ ਹੈ, ਉਹਦੇ ਸ਼ਬਦ ਨਾਲ ਸ਼ੁਰੂ ਹੁੰਦੀ ਹੈ, ਜਿਹੜਾ ਉਹ ਭਾਵ ਉਸ ਅਨਨੋਨ ਦੁਨੀਆ ਤੋਂ ਆਇਆ ਹੈਗਾ, ਉਹ ਇਸੇ ਕਰਕੇ ਉਹਨੂੰ ਗੁਰਬਾਣੀ ਕਹਿੰਦੇ ਹਾਂ ਆਪਾਂ, ਕਿਉਂਕਿ ਉਹ ਅਨਨੋਨ ਤੋਂ ਆਇਆ ਹੋਇਆ ਭਾਵ ਹੈ, ਉਹ ਅਨਨੋਨ ਤੋਂ ਆਇਆ ਹੋਇਆ ਸਵਰ ਹੈ। ਉਸ ਸਵਰ ਦੀ ਵਿਆਖਿਆ ਓਨਾ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਅਸੀਂ ਉਸ ਅਨਨੋਨ ਨਾਲ ਨਹੀਂ ਜੁੜਦੇ, ਉਸ ਅਨਨੋਨ ਜਿਹੜੀ ਸਥਿਤੀ ਹੈ ਉਹਦੇ ਨਾਲ, ਉਸ ਭਾਵ ਨਾਲ, ਉਸ ਭਾਵ ਦਸ਼ਾ ਨਾਲ ਅਸੀਂ ਨਹੀਂ ਜੁੜਦੇ, ਇਹ ਅਕਲਾਂ ਨਾਲ ਨਹੀਂ। ਇਹ ਜਦੋਂ ਜਦੋਂ ਅਕਲਾਂ ਵੱਧਦੀਆਂ ਜਾਂਦੀਆਂ ਨੇ, ਉਦੋਂ ਅਸੀਂ ਉਸ ਸਵਰ ਨਾਲੋਂ, ਉਸ ਸ਼ਬਦ ਨਾਲੋਂ, ਉਸ ਗੁਰੂ ਦੇ ਸ਼ਬਦ ਨਾਲੋਂ, ਉਸ ਮਹਾਂਵਾਕ ਨਾਲੋਂ ਅਸੀਂ ਟੁੱਟਦੇ ਹਾਂ, ਫਿਰ ਅਸੀਂ ਫਿਰ ਦੂਰ ਹੁੰਦੇ ਹਾਂ, ਅਸੀਂ ਉਸ ਪ੍ਰਕਿਰਤੀ ਨਾਲੋਂ ਦੂਰ ਹੁੰਦੇ ਹਾਂ, ਅਸੀਂ ਉਸ ਆਕਾਸ਼ ਨਾਲੋਂ ਦੂਰ ਹੁੰਦੇ ਹਾਂ, ਕਿਉਂਕਿ ਅਸੀਂ ਆਪਦੀਆਂ ਵਿੱਚ, ਅਕਲਾਂ ਸਾਡੀਆਂ ਵਿੱਚ ਆ ਜਾਂਦੀਆਂ। ਹੁਣ ਦੀ ਸਥਿਤੀ ਜਿਹੜੀ ਤੁਸੀਂ ਕਹਿੰਦੇ ਹੋ, ਇਹਦੇ 'ਚ ਕੀ ਹੈਗਾ ਕਿ ਸਾਡਾ ਲੌਜਿਕ ਸਿਸਟਮ, ਅਕਲਾਂ, ਇਹ ਕੁਝ ਜ਼ਿਆਦਾ ਆ ਗਈਆਂ। ਇਹ ਜਿਹੜਾ ਤਰੀਕਾ ਸੀਗਾ, ਇਹ ਵੈਸਟ ਦਾ ਤਰੀਕਾ ਸੀਗਾ, ਇਹ ਨਹੀਂ ਕਿ ਉਹ ਨੇਚਰ ਨਾਲ ਜੁੜੇ ਹੋਏ ਨਹੀਂ ਸੀਗੇ, ਨੋ, ਐਸਾ ਨਹੀਂ ਹੈ। ਸਕੈਂਡੀਨੇਵੀਆ ਤੁਸੀਂ ਜਾਓ, ਅੱਜ ਵੀ ਉਹ ਨੇਚਰ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੀ ਭਾਸ਼ਾ 'ਚ ਨੇਕਡ ਵਰਡ ਨਹੀਂ ਹੈ, ਇਮੈਜਿਨ ਕਰੋ, ਨੰਗਾ ਸ਼ਬਦ ਨਹੀਂ ਹੈ ਉਹਨਾਂ ਦੀ ਭਾਸ਼ਾ 'ਚ। ਆਪਣੇ ਇੱਥੇ ਨੰਗਾ ਸ਼ਬਦ ਕਿੱਥੋਂ ਆ ਗਿਆ ਭਾਈ? ਸਾਡੇ ਵੀ ਕਿੱਥੇ ਸੀਗਾ, ਹੈ ਨਾ, ਸਾਡੇ ਵੀ ਬਹੁਤ ਨੈਚੁਰਲ ਸੀਗਾ ਸਿਸਟਮ, ਪਰ ਅਸੀਂ ਥੋੜ੍ਹੇ ਥੋੜ੍ਹੇ, ਹੁਣ ਕੀ ਹੋਇਆ ਕਿ ਹੁਣ ਤੱਕ ਆਉਂਦੇ 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 ਜਦੋਂ ਸਾਡੇ 'ਤੇ ਬਹੁਤ ਸਾਰੀ ਲੰਬੀ ਚੌੜੀ ਗੁਲਾਮੀ ਰਹੀ ਆ,
ਪਹਿਲਾਂ ਕਿਸੇ ਹੋਰ ਕਲਚਰ ਦੀ ਗੁਲਾਮੀ ਰਹੀ, ਫਿਰ ਇੱਕ ਵੈਸਟ ਦੇ ਕਲਚਰ ਦੀ ਗੁਲਾਮੀ ਰਹੀ 300-400 ਸਾਲ। ਉਸ ਵਕਤ ਕੀ ਹੁੰਦਾ ਕਿ ਸਾਨੂੰ ਸਭ ਤੋਂ ਪਹਿਲਾਂ ਸਾਡੀ ਭਾਸ਼ਾ ਤੋਂ ਤੋੜਿਆ ਜਾਂਦਾ। ਸਭ ਤੋਂ ਪਹਿਲਾਂ ਜਿਹੜਾ ਸਾਨੂੰ ਗੁਲਾਮ ਕਰਦਾ ਹੈਗਾ ਬੰਦਾ, ਉਹ ਕਹਿੰਦਾ ਤੇਰੀ ਭਾਸ਼ਾ ਠੀਕ ਨਹੀਂ ਹੈ, ਭਾਸ਼ਾ ਠੀਕ ਕਰ। ਫਿਰ ਉਹ ਕਹਿੰਦਾ ਤੇਰਾ ਖਾਣਾ ਠੀਕ ਨਹੀਂ ਹੈ, ਇਹ ਤੇਰਾ ਖਾਣਾ ਨਿੰਦਤਾ। ਆਹ ਦੋ ਮੇਨ ਚੀਜ਼ਾਂ ਤੁਹਾਡੀਆਂ ਨਿੰਦਤੀਆਂ। ਤੀਸਰਾ ਉਹ ਕਹਿੰਦਾ ਨਹੀਂ ਨਹੀਂ ਤੇਰੀ ਹੈਲਥ ਠੀਕ ਨਹੀਂ ਆ, ਤੇਰੀ ਦਵਾਈਆਂ ਠੀਕ ਨਹੀਂ ਆ, ਆਹ ਤੇਰੀਆਂ ਜੜੀਆਂ ਬੂਟੀਆਂ ਠੀਕ ਨਹੀਂ ਆ, ਸਾਡੀ ਹੈਲਥ ਖਰਾਬ ਕਰਤੀ। ਉਹ ਫਿਰ ਇਸ ਤਰੀਕੇ ਨਾਲ ਸਾਨੂੰ ਗੁਲਾਮ ਬਣਾਉਂਦਾ ਹੈਗਾ। ਅਤੇ ਹੁਣ ਤੱਕ ਅਸੀਂ ਉਸ ਨਾਦ ਸਵਰ ਨਾਲ ਤਾਂ ਕੀ ਜੁੜਨਾ ਸੀਗਾ, ਅਸੀਂ ਤਾਂ ਗੁਲਾਮੀ ਦੀ ਸਥਿਤੀ 'ਚ ਜੀ ਰਹੇ ਹਾਂ। ਆਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਹੁਣ ਸ਼ਕਲਾਂ ਤਾਂ ਬਦਲਦੀਆਂ ਜਾ ਰਹੀਆਂ ਨੇ, ਕਿਉਂਕਿ ਸਾਡੀ ਭਾਸ਼ਾ ਬਦਲ ਰਹੀ ਆ, ਸਾਡਾ ਸੋਚਣ ਦਾ ਤਰੀਕਾ ਬਦਲ ਰਿਹਾ, ਸਾਡੀ ਲਗਜ਼ਰੀ ਵੱਧ ਰਹੀਆਂ, ਸਾਨੂੰ ਸਧਾਰਨ ਰਹਿਣਾ ਨਹੀਂ ਆਉਂਦਾ। ਸਾਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਵੀ ਰਾਤ ਨੂੰ ਜਿਹੜੀ ਬਣਾਈ ਹੋਈ ਰੋਟੀ ਆ ਉਹ ਤਾਂ ਸਵੇਰੇ ਖਾਓਗੇ ਤਾਂ ਉਹ ਤਾਂ ਅੰਮ੍ਰਿਤ ਹੈ। ਅਸੀਂ ਕਹਿੰਦੇ ਨਾ ਜੀ, ਅਸੀਂ ਬ੍ਰੈਡ ਖਾਵਾਂਗੇ, ਤਾਜ਼ੀ ਰੋਟੀ ਖਾਵਾਂਗੇ, ਹੈ ਨਾ। ਅਸੀਂ ਕਹਿੰਦੇ ਨਾ ਜੀ, ਨਾ ਤੁਹਾਡਾ ਇਹ ਕੀ ਆ ਜੜੀ ਬੂਟੀਆਂ ਕੀ ਚੀਜ਼ ਹੈ, ਅਸੀਂ ਤਾਂ ਜੀ ਸਿੱਧੇ ਸਿੱਧੇ ਹਸਪਤਾਲ ਜਾਵਾਂਗੇ ਅਤੇ ਉਹ ਅਸੀਂ ਇੰਨੇ ਚਿਰ ਅਸੀਂ ਤਕਲੀਫ ਕਿਉਂ ਝੱਲੀਏ, ਅਸੀਂ ਗੋਲੀ ਖਾ ਲਾਂਗੇ, ਅਸੀਂ ਇੰਜੈਕਸ਼ਨ ਲਗਵਾ ਲਾਂਗੇ। ਸਾਡਾ ਜਿਹੜਾ ਭਾਸ਼ਾ ਤੋਂ ਲੈ ਕੇ ਸਾਡੇ ਬੇਸਿਕ ਜਿਹੜਾ ਪਹਿਲਾ ਸਵਰ ਹੈ ਉਸ ਤੋਂ ਜਿਹੜੀ ਸਾਡੀ ਅੰਡਰਸਟੈਂਡਿੰਗ ਹੈ, ਜਿਹੜਾ ਇੱਕ ਲਿਰੀਕਲ ਸਵਰ ਹੈ ਜਿਹਦੇ 'ਚ ਇੱਕ ਜਿਹੜਾ ਸੱਪ ਵਾਂਗੂ ਮੇਲਦਾ ਐਂ ਤੁਰਦਾ, ਮੇਲਦਾ ਉਹ ਸਾਡਾ ਜਿਹੜਾ ਕਲਚਰ ਆ ਉਹ ਮੇਲਦਾ ਸੀ, ਉਹ ਕਲਹਿਰੀ ਮੋਰ ਵਾਂਗੂ ਪਹਿਲਾਂ ਪਾਉਂਦਾ ਸੀ, ਜਿਹੜਾ ਸਾਡੇ ਉਹ ਸੀਗੇ ਇਮੇਜਸ ਸਾਡੇ ਬਹੁਤ ਕਮਾਲ ਦੇ। ਅਤੇ ਆਹ ਜਿਹੜੇ ਸ਼ਬਦ ਸਾਡੇ ਚੋਣ ਉਸ ਤਰ੍ਹਾਂ ਦੀ ਸੀਗੀ, ਉਹਦੇ ਨਾਲ ਕੀ ਹੋਇਆ ਜਦੋਂ ਸਾਡਾ ਅਸੀਂ ਉਸ ਤੋਂ ਟੁੱਟੇ, ਸਾਡਾ ਵਿਜ਼ੂਅਲ ਟੁੱਟ ਗਿਆ, ਸਾਡਾ ਅਵਲੋਕਨ ਟੁੱਟ ਗਿਆ, ਸਾਡਾ ਦਰਸ਼ਨ ਟੁੱਟ ਗਿਆ, ਉਹ ਫਿਲਾਸਫੀ 'ਚ ਬਦਲ ਗਿਆ। ਦਰਸ਼ਨ ਇਜ਼ ਦ ਵਰਡ, ਦੇਖਣਾ ਆਪਣੇ ਦਰਸ਼ਨ ਹੁੰਦਾ, ਸਾਡੇ ਫਿਲਾਸਫੀ ਨਹੀਂ ਹੁੰਦੀ, ਸਾਡੇ ਫਿਲਾਸਫੀ ਤਾਂ ਲੌਜਿਕ ਸਿਸਟਮ ਹੈ, ਫਿਲਾਸਫੀ ਵਿਗਿਆਨ ਵਾਂਗੂ ਹੈ, ਜਿਹੜਾ ਦਰਸ਼ਨ ਹੈ ਉਹ ਸੰਸਾਰ ਵਾਂਗੂ ਹੈ, ਜੀਣ ਵਾਂਗੂ ਹੈ, ਉਹ ਸਾਡੇ ਪਾਣੀ ਪੀਣ ਵਾਂਗੂ ਹੈ, ਉਹ ਉਸ ਤਰ੍ਹਾਂ ਜਿਵੇਂ ਸਾਨੂੰ ਹੁਣੇ ਭੁੱਖ ਲੱਗੀ ਤਾਂ ਖਾਣ ਵਾਂਗੂ ਹੈ। ਇਸ ਤੋਂ ਵੱਡਾ ਮਿਰੇਕਲ ਹੋਰ ਕੀ ਹੋ ਸਕਦਾ ਧਰਤੀ ਦੇ ਉੱਤੇ, ਕਿ ਸਾਡਾ ਜਿਹੜਾ ਜੀਣ ਹੈ ਉਹ ਤਾਂ ਇੰਨਾ ਸਧਾਰਨ ਹੈ, ਪਰ ਇੱਥੇ ਲੌਜਿਕ ਸਿਸਟਮ ਫਿਲਾਸਫੀ ਦਰਸ਼ਨ ਹਟ ਗਿਆ, ਸਾਡਾ ਅਵਲੋਕਨ ਬੰਦ ਹੋ ਗਿਆ। ਜਿਵੇਂ ਸਾਡੇ ਗੁਰੂ ਜੀ ਕਹਿੰਦੇ ਆ, ਪੰਜਵੇਂ ਗੁਰੂ ਕਹਿੰਦੇ ਆ ਚਤੁਰ ਦਸਾ ਕੀ ਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਚਤੁਰ ਦਸਾ ਕੀ ਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀ ਨੋ ਦਾਸ ਕਾ ਦੁੱਖ ਬਿਗੜ ਰਿਹਾ, ਕਿ ਦਾਸ ਕਾ ਦੁੱਖ ਤਾਂ ਵਿਦਾਰਿਆ ਜਾਂਦਾ ਜਦੋਂ ਉਹਨੂੰ ਅਵਲੋਕਨ ਹੁੰਦਾ, ਜਦੋਂ ਉਹਨੂੰ ਦਰਸ਼ਨ ਹੁੰਦਾ, ਜਦੋਂ ਦੇਖਣਾ ਸਿੱਖ ਜਾਂਦਾ, ਜਦੋਂ ਸੁਣਨਾ ਸਿੱਖ ਜਾਂਦਾ, ਜਦੋਂ ਉਹ ਸਵਰ ਨੂੰ ਸੁਣਨਾ ਸਿੱਖ ਜਾਂਦਾ, ਉਸ ਲਿਰਿਸਿਜ਼ਮ ਨੂੰ ਸੁਣਨਾ ਸਿੱਖ ਜਾਂਦਾ, ਉਹ ਆਪਣੀ ਮਾਤਰ ਭਾਸ਼ਾ ਨਾਲ ਆਉਂਦਾ ਹੈਗਾ। ਸਾਡੀ ਮਾਤਰ ਭਾਸ਼ਾ ਜਿਵੇਂ ਜਿਵੇਂ ਟੁੱਟੀ ਹੈ ਉਵੇਂ ਉਵੇਂ ਸਾਡੀਆਂ ਸ਼ਕਲਾਂ ਚੇਂਜ ਹੋਈਆਂ, ਉਵੇਂ ਉਵੇਂ ਸਾਡੀਆਂ ਲਗਜ਼ਰੀ ਹੋ ਗਈਆਂ, ਸਾਡਾ ਫੂਡ ਖਤਮ ਹੋ ਗਿਆ, ਅਸੀਂ ਲਗਜ਼ਰੀ ਵੱਲ ਵੱਧ ਗਏ ਬਹੁਤ ਜ਼ਿਆਦਾ। ਹੁਣ ਲਗਜ਼ਰੀ ਕਿਵੇਂ ਪੂਰੀ ਹੋਊਗੀ, ਉਹ ਤਾਂ ਵਪਾਰ ਨਾਲ ਹੋਣੀ ਆ। ਤਾਂ ਹੀ ਤਾਂ ਕੁਛ ਇੱਕ ਸਾਡੇ ਵਿਚਾਰੇ ਬੱਚੇ ਲੋਕ ਜੋ ਕਹਿ ਦਿੰਦੇ ਆ ਲੈਂਗੁਏਜ ਸਿਰਫ ਜਿਹੜੀ ਹੈ ਉਹ ਕਮਿਊਨੀਕੇਸ਼ਨ ਦਾ, ਉਹ ਭਈਆ ਕਮਿਊਨੀਕੇਸ਼ਨ ਦਾ ਤੁਸੀਂ ਇਸ ਕਰਕੇ ਕਹਿ ਰਹੇ ਹੋ ਕਿ ਤੁਸੀਂ ਲਗਜ਼ਰੀਆਂ ਵੱਧ ਗਈਆਂ ਤੁਹਾਡੀਆਂ, ਤੁਸੀਂ ਵਪਾਰ ਕਰਨਾ ਹੈਗਾ, ਹੁਣ ਤੁਸੀਂ ਵਪਾਰ ਕਰਨਾ ਆਏ ਹੋ। ਉਹ ਇੱਦੋਂ ਵੱਡਾ ਵਪਾਰੀ ਹੋਰ ਕਿਹੜਾ ਹੋਣਾ ਜਿਹੜਾ ਉਹ ਸਵਰ ਦੇ ਨਾਲ ਜੁੜ ਗਿਆ, ਉਹ ਤਾਂ ਬਹੁਤ ਵੱਡਾ ਵਪਾਰੀ ਹੈ। ਆਹ ਕਿਹੜਾ ਵਪਾਰ ਆ ਜਿਹੜਾ, ਆਹ ਤਾਂ ਕੋਈ ਵਪਾਰ ਨਾ ਹੋਇਆ ਹੈ, ਕਿ ਕਿੰਨੇ ਕੁ ਪੈਸੇ ਤੁਹਾਨੂੰ ਚਾਹੀਦੇ, ਕਿੰਨਾ ਕੁ ਤੁਸੀਂ ਧਨ ਇਕੱਠਾ ਕਰਨਾ। ਹੁਣ ਅਸੀਂ ਕੋਠੀਆਂ 'ਚ ਰਹਿਣਾ ਚਾਹੁੰਦੇ ਹਾਂ, ਅਸੀਂ ਰਾਤ ਨੂੰ ਇੰਗਲਿਸ਼ ਦਾਰੂਆਂ ਪੀਣਾ ਚਾਹੁੰਦੇ ਹਾਂ, ਅਸੀਂ ਫੂਡ ਖਾਣਾ ਉਸ ਤਰ੍ਹਾਂ ਦਾ ਚਾਹੁੰਦੇ ਹਾਂ, ਅਸੀਂ ਹੋਟਲਾਂ 'ਚ ਜਾਣਾ ਚਾਹੁੰਦੇ ਹਾਂ, ਅਸੀਂ ਜੀਨਾਂ ਪਹਿਨਣਾ ਚਾਹੁੰਦੇ ਹਾਂ, ਅਸੀਂ ਉਸ ਤਰ੍ਹਾਂ ਦੇ ਸ਼ੂਜ਼ ਪਹਿਨਣਾ ਚਾਹੁੰਦੇ ਹਾਂ, ਅਸੀਂ ਉਹੋ ਜਿਹੀਆਂ ਕਾਰਾਂ ਦੀ ਲਗਜ਼ਰੀ ਲੈਣਾ ਚਾਹੁੰਦੇ ਹਾਂ। ਇਸ ਕਰਕੇ ਸਾਨੂੰ ਹੁਣ ਫਿਰ ਸਾਡਾ ਦੇਸ਼ ਲੱਗਦਾ ਕਿ ਇਹ ਤਾਂ ਕੁਛ ਨਹੀਂ ਹੈ, ਇੱਥੇ ਕੀ ਆ, ਇੱਥੇ ਤਾਂ ਹੈ ਨਹੀਂ। ਕਨੇਡਾ ਚੱਲੋ, ਇੰਗਲੈਂਡ ਚੱਲੋ, ਕਿਸੇ ਹੋਰ ਪਾਸੇ ਅਮਰੀਕਾ ਚੱਲੋ, ਕਿਉਂਕਿ ਉਹਨਾਂ ਦੀ ਕਮਾਈ ਇਹੀ ਹੈ, ਲਗਜ਼ਰੀ ਵੱਲ ਗਏ ਨੇ ਹੁਣ ਉਹ ਉੱਥੇ ਤੰਗ ਹੋ ਚੁੱਕਿਆ ਹੈ।
ਜਦੋਂ ਮੈਂ ਹੁਣ ਜਦੋਂ ਵੀ ਸਕੈਂਡੀਨੇਵੀਆ ਜਾਂਦਾ ਜਾਂ ਬ੍ਰਿਟੇਨ ਜਾਂਦਾ ਜਾਂ ਕਿਸੇ ਪਾਸੇ ਵੀ ਜਾਂਦਾ ਹੈਗਾ, ਉੱਥੇ ਉਹ ਲੋਕ ਕਹਿੰਦੇ ਕੋਈ ਉਹ ਗੱਲ ਸੁਣਾ ਦਿਓ, ਉਹ ਸਨਨੋਨ ਦੀ ਕੋਈ ਗੱਲ ਸੁਣਾ ਦਿਓ ਸਾਨੂੰ, ਉਹ ਸਾਨੂੰ ਕਦੇ ਉੱਥੇ ਤਾਂ ਲੈ ਚੱਲੋ, ਕਦੇ ਉਸ ਨਦੀ ਦੇ ਵਿੱਚ ਤਾਂ ਲੈ ਚੱਲੋ ਜਿਹਦੀ ਤੁਸੀਂ ਗੱਲ ਕਰਦੇ, ਉਸ ਗੰਗਾ ਦੀ ਉਸ ਗੰਗੋਤਰੀ 'ਚ ਤਾਂ ਸਾਨੂੰ ਲੈ ਚੱਲੋ, ਉਹ ਸਾਨੂੰ ਉਸ ਸਤਲੁਜ ਕੋਲ ਲੈ ਚੱਲੋ, ਉਹ ਕਹਿੰਦੇ ਉੱਥੇ ਬੈਠੇ। ਹੁਣ ਸਾਡੇ ਉੱਥੇ ਮੁੰਡੇ ਵੀ ਇਹੀ ਕਹਿੰਦੇ, ਉੱਥੇ ਜਾ ਕੇ ਬੜੀ ਪੰਜਾਬੀ ਸਮਝ ਆਉਂਦੀ ਹੈ। ਸੱਚਮੇ ਤੁਸੀਂ ਆ ਜੈਜ਼ੀ ਬੀ ਹੋਣੀ ਅਤੇ ਆ ਜਿੰਨੇ ਸਾਡੇ ਮੁੰਡੇ ਨੇ ਜਿਹੜੇ ਉੱਥੇ ਗਏ ਨੇ, ਉਹ ਕਿੰਨੀ ਸੋਹਣੀ ਪੰਜਾਬੀ ਬੋਲਦੇ ਨੇ, ਦੇਖਿਆ ਤੁਸੀਂ ਮਲਵਈ ਕਿੰਨੀ ਵਧੀਆ ਬੋਲਦੇ ਆ, ਉੱਥੇ ਜਾ ਕੇ ਯਾਦ ਆਈ ਹੈ। ਇੱਕ ਦਿਨ ਕੀ ਹੋਇਆ ਕਿ ਅਸੀਂ ਇੱਕ ਰਾਈਟਰ ਹੈ ਸਾਡਾ ਬਹੁਤ ਵੱਡਾ, ਨਾਂ ਨਹੀਂ ਲੈ ਰਿਹਾ ਮੈਂ, ਨਾਮ ਵੱਡਾ ਹੋ ਗਿਆ ਉਹਦਾ, ਹੈ ਨਾ, ਅਤੇ ਉਹ ਰਾਈਟਰ ਜਿਹੜਾ ਮੈਨੂੰ ਲੈ ਕੇ ਇੱਕ ਪਾਸੇ ਇੱਕ ਵਾਰੀ ਲੰਡਨ ਦੇ ਇੱਕ ਪਾਰਕ 'ਚ ਅਸੀਂ ਜਾ ਰਹੇ ਸੀਗੇ, ਪਾਰਕ ਕਰੋਸ ਕਰ ਰਹੇ ਸੀਗੇ ਸਾਊਥ ਹਾਲ ਦੇ ਪਾਰਕ 'ਚ, ਅਤੇ ਉੱਥੇ ਇੱਕ ਬਜ਼ੁਰਗ ਬੈਠਾ ਸੀਗਾ, ਉਹਦੇ ਕੋਲ ਲਗਭਗ 7-8 ਅਖਬਾਰਾਂ ਇਸ ਤਰ੍ਹਾਂ ਰੱਖੀਆਂ ਪੰਜਾਬੀ ਦੀਆਂ, ਅਕਾਲੀ ਪੱਤਰਿਕਾ, ਅਜੀਤ, ਅਤੇ ਉਹ ਸਾਰੀਆਂ ਡੇਟਾਂ ਜਿਹੜੀਆਂ ਸੀਗੀਆਂ ਇੱਕ ਇੱਕ ਮਹੀਨਾ ਪੁਰਾਣੀਆਂ, ਅਤੇ ਉਹ ਵਾਰ ਵਾਰ ਪੜ੍ਹੀ ਜਾ ਰਿਹਾ, ਵਾਰ ਵਾਰ ਪੜ੍ਹੀ ਜਾ ਰਿਹਾ। ਅਤੇ ਮੈਂ ਕਿਹਾ ਬਾਬਾ ਇਹ ਤਾਂ 7 ਦਿਨ ਪੁਰਾਣੀ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਮੇਰੇ ਪਿੰਡ 'ਤੇ ਕਰ ਲੈ, ਇੱਥੇ ਦੇਖ ਆਹ ਦੇਖ, ਇੱਕ ਇੱਕ ਅੱਖਰ ਮੇਰਾ ਪਿੰਡ ਹੈ ਇਹਦੇ 'ਚ ਜੀ, ਹੈਂ, ਇਸ ਕਰਕੇ ਮੈਨੂੰ ਪਿੰਡ ਦਿਖਦਾ। ਅਤੇ ਫਿਰ ਮੈਂ ਕਿਹਾ ਵੀ ਜਿਹੜਾ ਉਹ ਰਾਈਟਰ ਸੀਗਾ ਸਾਡੇ ਨਾਲ, ਮੈਂ ਕਿਹਾ ਫਿਰ ਤੇਰੇ ਅਤੇ ਇਹਨਾਂ 'ਚ ਫਰਕ ਕੀ ਹੈ ਇਸ ਬਜ਼ੁਰਗ ਦੇ ਵਿੱਚ, ਤੂੰ ਵੀ ਹੁਣ ਉੱਥੇ ਬੈਠਾ, ਛੱਡ ਕੇ ਆਇਆ ਤੂੰ ਪੰਜਾਬ, ਅਤੇ ਹੁਣ ਤੂੰ ਗੱਲ ਸਦਾ ਪੰਜਾਬ ਦੀ ਕਰਦਾ ਰਹਿੰਦਾ ਬੈਠਾ ਉੱਥੇ, ਅਤੇ ਪੰਜਾਬ ਦੇ ਦੁੱਖੜੇ ਰੋਂਦੇ ਰਹਿੰਦੇ ਹੈ, ਤੁਸੀਂ ਭਾਸ਼ਾ ਦੇ ਦੁੱਖੜੇ ਰੋਂਦੇ ਰਹਿੰਦੇ ਹੈ, ਅਤੇ ਇਹ ਕੀ ਗੱਲ ਹੈ ਫਿਰ ਛੱਡ ਕੇ ਕਿਉਂ ਆਏ ਹਾਂ। ਫਿਰ ਉਹ ਹੱਸਣ ਲੱਗ ਪਿਆ, ਕਹਿੰਦਾ ਛੱਡ ਕੇ ਆਏ ਹਾਂ, ਉੱਥੇ ਰੋਟੀ ਨਹੀਂ ਮਿਲੀ, ਕਿਉਂਕਿ ਜਦੋਂ ਮੈਂ ਲਾਸਟ ਉਹਨੂੰ ਮਿਲਿਆ ਸੀਗਾ ਪੰਜਾਬ ਦੇ ਪਿੰਡ 'ਚ, ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਦੋਸਤ ਹੈ ਪੁਰਾਣਾ, ਉਹਨੇ ਇੱਕ ਸੁੱਕੀ ਰੋਟੀ ਦੇ ਉੱਤੇ ਮੱਖਣ ਲਾਇਆ ਸੀ ਅਤੇ ਮਿਰਚਾਂ ਦਾ ਅਚਾਰ ਰੱਖਿਆ ਹੋਇਆ ਸੀਗਾ, ਅਤੇ ਉਹ ਖੜ੍ਹਾ ਹੋਇਆ ਇੱਕ ਪਾਸੇ ਹਨੇਰੇ 'ਚ ਇੱਕ ਜਗ੍ਹਾ ਦੇ ਉੱਤੇ ਖਾਈ ਜਾ ਰਿਹਾ ਉਹਨੂੰ ਬੈਠਾ, ਹੈ ਨਾ, ਜਦੋਂ ਉਹਨੂੰ ਲਾਸਟ ਮਿਲਿਆ ਸੀ। ਅਤੇ ਮੈਂ ਜਾ ਕੇ ਕਿਹਾ ਹਾਂ ਬਈ ਕਿਵੇਂ, ਉਹ ਰੋਟੀ ਖਾ ਰਿਹਾ ਸੀ, ਕਹਿੰਦਾ ਮੈਂ ਦੇਖ ਹੈ ਨਾ ਖਾਣੀ ਆ। ਮੈਨੇ ਕਿਹਾ ਹੁਣ ਤਾਂ ਤੂੰ ਖਾ ਚੁੱਕਿਆ ਯਾਰ, ਕਹਿੰਦਾ ਹੋਰ ਤਾਂ ਫਿਰ ਹੈ ਨਹੀਂ, ਮੈਂ ਇਸੇ ਕਰਕੇ ਤਾਂ ਇੱਧਰ ਆ ਗਿਆ ਸੀਗਾ, ਕਹਿੰਦਾ ਤੈਨੂੰ ਯਾਦ ਹੈ, ਮੈਂ ਕਿਹਾ ਯਾਦ ਹੈ, ਅਤੇ ਮੈਨੇ ਕਿਹਾ ਹੁਣ ਤੈਨੂੰ ਰੋਟੀ ਮਿਲ ਗਈ, ਉਹ ਤਾਂ ਕਹਿੰਦਾ ਮਿਲ ਗਈ ਪਰ ਬੇਬੇ ਨਹੀਂ ਮਿਲੀ, ਮੇਰੀਆਂ ਕਿੱਕਰਾਂ ਨਹੀਂ ਮਿਲੀਆਂ, ਮੇਰੇ ਛੱਪੜ ਨਹੀਂ ਮਿਲੇ, ਮੇਰੇ ਲੋਕ ਨਹੀਂ ਮਿਲੇ, ਮੇਰੀ ਭਾਸ਼ਾ ਨਹੀਂ ਮਿਲੀ, ਹੁਣ ਮੈਂ ਇੱਕ ਇੱਕ ਸ਼ਬਦ ਲੱਭਦਾ ਫਿਰਦਾ ਰਹਿੰਦਾ ਮੇਰੇ ਪਿੰਡ ਦਾ ਕਿਸੇ ਪਾਸਿਓਂ ਮਿਲ ਜਾਵੇ ਤਾਂ ਉਹ ਮੇਰੀ ਕਵਿਤਾ 'ਚ ਮੈਂ ਚਿਣ ਦਿੰਦਾ, ਉਹ ਕਵਿਤਾ ਬਣੇ ਭਾਵੇਂ ਨਾ ਬਣੇ। ਕਹਿੰਦਾ ਮੇਰੀ ਕਵਿਤਾ ਹੈ ਕੀ, ਆਹ ਸਿਰਫ ਸ਼ਬਦ ਨੇ ਬਸ, ਹੋਰ ਕੁਛ ਨਹੀਂ, ਆਹ ਸ਼ਬਦਾਂ ਦਾ ਮੋਹ ਹੈ ਬਸ ਮੇਰੇ, ਹੋਰ ਕੁਛ ਨਹੀਂ, ਇਹ ਕਵਿਤਾ ਹੈ ਨਹੀਂ, ਕਹਿੰਦਾ ਇਹ ਉਹ ਨਹੀਂ ਹੈ ਜਿਹੜਾ ਬਾਬਾ ਨਾਨਕ ਜਦੋਂ ਗਾਉਂਦਾ, ਉਹ ਨਹੀਂ ਹੋਇਆ, ਇਹ ਹੋਣਾ ਵੀ ਨਹੀਂ ਕਹਿੰਦਾ ਸਾਡੇ ਤੋਂ। ਸੋ ਇਹ ਹੈ ਗੱਲ ਸਾਡੀ, ਅਸੀਂ ਹੁਣ ਰੋਟੀ ਲੱਭਦੇ ਫਿਰਦੇ ਹਾਂ, ਉਸ ਚੱਕਰ 'ਚ ਅਸੀਂ ਲੋਜਿਸਟਿਕ ਸਿਸਟਮ ਲੱਭਦੇ ਫਿਰਦੇ ਹਾਂ, ਅਸੀਂ ਆਪਦੇ ਆਪ ਨੂੰ ਸਿੰਪਲ ਨਹੀਂ ਕੀਤਾ, ਸਧਾਰਨ ਕਰਨ ਦੀ ਬਜਾਏ ਅਸੀਂ ਲਗਜ਼ਰੀ 'ਚ ਪੈ ਗਏ, ਅਤੇ ਉੱਤੋਂ ਇੱਕ ਐਜੂਕੇਸ਼ਨ ਸਿਸਟਮ ਨੇ ਸਾਡਾ ਜਿਹੜਾ ਸਿਸਟਮ ਕੀਤਾ ਹੈ, ਇਹ ਗੱਲ ਬਹੁਤ ਜ਼ਰੂਰੀ ਹੈ ਕਰਨੀ। ਆਜ਼ਾਦੀ ਤੋਂ ਬਾਅਦ ਕੀ ਹੋਇਆ ਕਿ ਜਿੰਨੀਆਂ ਸਾਡੀਆਂ ਯੂਨੀਵਰਸਿਟੀਆਂ ਹੈਗੀਆਂ ਉਹਦੇ ਵਿੱਚ ਜਿਹੜੇ ਅਧਿਆਪਕ ਆਏ ਨੇ, ਪ੍ਰੋਫੈਸਰ ਆਏ ਨੇ, ਉਹ ਕੌਣ ਨੇ ਭਲਾ, ਆਪਾਂ ਜੇ ਆਪਸ 'ਚ ਸਵਾਲ ਕਰੀਏ, ਇਹ ਸਾਰੇ ਸੋ ਕਾਲਡ ਪੜ੍ਹੇ ਲਿਖੇ ਬੰਦੇ ਆ, ਸੋਰੀ ਟੂ ਸੇ, ਇਹ ਦੁੱਖਦਾਇਕ ਘਟਨਾ ਹੈ, ਬਹੁਤ ਦੁੱਖਦਾਇਕ ਘਟਨਾ ਹੈ। ਇਹ ਉਦਾਸ ਕਵਿਤਾ ਗਾਣੇ ਜਾ ਰਹਾ ਹਾਂ ਮੈਂ ਆਪਕੇ ਸਾਥ, ਅਬ ਇਹ ਮੇਰੀ ਉਦਾਸ ਕਵਿਤਾ ਹੈ, ਕਵਿਤਾ ਵਰਗੀ ਨਹੀਂ ਹੈ ਪਰ ਉਦਾਸ ਕਵਿਤਾ ਹੈ, ਕਿ ਮੇਰੇ ਉਸ ਵਕਤ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਉਹ ਲੋਕ ਆਏ ਜਿਹੜੇ ਸ਼ੇਕਸਪੀਅਰ ਨੂੰ ਤਾਂ ਜ਼ਿਆਦਾ ਜਾਣਦੇ ਸੀ, ਫੂਕੋ ਨੂੰ ਜਾਣਦੇ ਸੀ, ਜੁੰਗ ਨੂੰ ਜ਼ਿਆਦਾ ਜਾਣਦੇ ਸੀ, ਫਰਾਇਡ ਨੂੰ ਜ਼ਿਆਦਾ ਜਾਣਦੇ ਸੀ, ਦਰਿਦਾ ਤੱਕ ਪਹੁੰਚ ਗਏ, ਪੋਸਟ ਮਾਡਰਨਿਜ਼ਮ ਤੱਕ, ਪਰ ਮੇਰੇ ਬਾਬੇ ਨਾਨਕ ਨੂੰ ਨਹੀਂ ਪੜ੍ਹਿਆ ਕਿਸੇ ਨੇ, ਨਾ ਕਬੀਰ ਨੂੰ ਪੜ੍ਹਿਆ,
ना भिखण नू पड़िया है आ साडा मिसिंग हो गया बच्चों टोटल असी उल्टा उन्हां दे खिलाफ खड़े हो गए असी ये कहन लग पए तो ऑर्थोडॉक्स है ये ऑर्थोडॉक्स सिस्टम है ये गुरुद्वारा जदके बच्चा पैदा होया सिख घर दे विच गुरुद्वारे जांदा उत्थे लंगर छक के आउंदा उत्थे प्रसाद खा के आउंदा खुशी खुशी बचपन दे विच वो जदों ही स्कूल कॉलेज जांदा उत्थे जाके उहदे विरोध च आ जांदा खड़ा हो जांदा उत्थे वो काल मार्क्स की गल करन लग पैंदा उत्थे जंग की गल करन लग पैंदा फ्राइड की गल करन लग पैंदा सारे फिलासफरां की गल करन लग पैंदा पोस्ट मॉडर्न तक पहुँच जांदा मॉडर्न तो पोस्ट मॉडर्न तक पहुँच जांदा ते असली गल उहदे कोलों पल्ले पैंदी नहीं ते वो एक आइडेंटिटी क्राइसिस बहुत वड्डा कि तुम कौन हो किहड़ी धरती नूं बिलोंग करदे आ भाई क्योंकि वह तो तुहाडे पूरी समझ आउणी नहीं सवाल नहीं पैदा हुंदा भुल जाओ वो धरती तुहाडे समझ नहीं आउणी क्योंकि तुसीं उत्थे जाके भी जे फिर पंजाब याद करी जाणा बैठे होए उत्थे जाके तुसीं वो नहीं होए ਸਾਡੇ ਜਿੰਨੇ ਵੀ ਇੰਟਲੈਕਚੁਅਲਸ ਹੈ ਜਿੰਨੇ ਗਏ ਨੇ ਤੂੰ ਸਮਝਦਾਰ ਬੰਦੇ ਜਾਂ ਨਾ ਸਮਝਦਾਰ ਬੰਦੇ ਤਾਂ ਚਲੋ ਵਿਚਾਰੇ ਠੀਕ ਹੈ ਉਹ ਤਾਂ ਟਰੱਕ ਚਲਾ ਰਿਹਾ ਕੋਈ ਕੁਛ ਹੋਰ ਕਰ ਰਿਹਾ ਕੋਈ ਮਜ਼ਦੂਰੀ ਕਰ ਰਿਹਾ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਆਪਾਂ ਕੁਛ ਨਹੀਂ ਕਹਿ ਸਕਦੇ ਉਹ ਠੀਕ ਨੇ ਓਕੇ ਉਹਨਾਂ ਵਿਚਾਰਿਆਂ ਨੂੰ ਤਾਂ ਨਾ ਇੱਥੇ ਪਤਾ ਸੀ ਨਾ ਉੱਥੇ ਪਤਾ ਸੀ ਕੁਛ ਪਤਾ ਲੱਗਣਾ ਕੁਛ ਅਤੇ ਇੱਥੇ ਇਹਨਾਂ ਨੂੰ ਮਾਰਿਆ ਕੀ ਨੇ ਆ ਜਿਹੜੇ ਵਿੱਚ ਵਿਚਾਲੇ ਬੈਠੇ ਆ ਭਾਈ ਸਾਡੇ ਧਾਰਮਿਕ ਲੋਕਾਂ ਨੇ ਜਿਹੜੇ ਸੋ ਕਾਲਡ ਧਾਰਮਿਕ ਲੋਕ ਨੇ ਅਤੇ ਸਾਡੇ ਜਿਹੜੇ ਬਹੁਤ ਸੋ ਕਾਲਡ ਪੜ੍ਹੇ ਲਿਖੇ ਲੋਕ ਨੇ ਸਾਡੀ ਯੂਨੀਵਰਸਿਟੀਆਂ ਨੇ ਉਹਨਾਂ ਨੇ ਸਾਨੂੰ ਆ ਵਿੱਚ ਵਿਚਾਲੇ ਇੱਕ ਫਸਾਦ 'ਤੇ ਕੁਛ ਬੰਦੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੁਛ ਸਮਝ ਹੀ ਨਹੀਂ ਆ ਰਹੀ ਕਿ ਵੀ ਇਹ ਠੀਕ ਕਹਿ ਰਹੇ ਨੇ ਕਿ ਇਹ ਠੀਕ ਕਹਿ ਰਹੇ ਨੇ ਇਹ ਇੱਕ ਹੋਰ ਵੱਡਾ ਆਈਡੈਂਟੀ ਕ੍ਰਾਈਸਿਸ ਹੈ ਉੱਥੇ ਇੱਕ ਭੀੜ ਇਕੱਠੀ ਹੋ ਗਈ ਭੇਡ ਚਾਲ ਇਕੱਠੀ ਹੋ ਗਈ ਲੰਬੀ ਚੌੜੀ ਉਸ ਭੇਡ ਚਾਲ ਨੂੰ ਹੁਣ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਕੋਈ ਕਹਿੰਦਾ ਆ ਕੇ ਤੁਰ ਪੈਂਦਾ ਜੀ ਸਾਡਾ ਤਾਂ ਜੀ ਸਿੱਖ ਸਿੱਖ ਜਿਹੜਾ ਸਾਡਾ ਉਹ ਖਤਰੇ 'ਚ ਹੈ ਕੋਈ ਕਹਿੰਦਾ ਸਾਡਾ ਹਿੰਦੂ ਖਤਰੇ 'ਚ ਹੈ ਕੋਈ ਕਹਿੰਦਾ ਸਾਡਾ ਮੁਸਲਮਾਨ ਖਤਰੇ 'ਚ ਹੈ ਕੋਈ ਕਹਿੰਦਾ ਸਾਡੀ ਭਾਸ਼ਾ ਖਤਰੇ 'ਚ ਹੈ ਕੋਈ ਕਹਿੰਦਾ ਜੀ ਆਹ ਤਾਂ ਕੁਛ ਨਹੀਂ ਹੈਗਾ ਉਹ ਵਿਚਾਰੇ ਜਿਹੜੇ ਵਿੱਚ ਬੈਠੇ ਨੇ ਅਸਲ 'ਚ ਆਪਾਂ ਉਹਨਾਂ ਦੀ ਗੱਲ ਕਰੀਏ ਇਸ ਦੇ ਵਿੱਚ ਮੈਂ ਵੀ ਮਹਿਸੂਸ ਕਰਦਾ ਜਦੋਂ ਆਪਾਂ ਜ਼ੁਬਾਨ ਦੀ ਗੱਲ ਕਰਦੇ ਹਾਂ ਹਾਂਜੀ ਜਿਵੇਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਕਿ ਜ਼ੁਬਾਨ ਨੇ ਇੱਕ ਆਕਾਰ ਦੇਣਾ ਉਸ ਆਕਾਰ ਨੇ ਤੁਹਾਡਾ ਨਿਰਮਾਣ ਕਰਨਾ ਉਸੇ ਨੇ ਹੀ ਇੱਕ ਇਹ ਤੈਅ ਕਰਨਾ ਵੀ ਇਹ ਸੱਭਿਅਤਾ ਦਾ ਬੰਦਾ ਆ ਅਤੇ ਪੀੜ੍ਹੀ ਦਰ ਪੀੜ੍ਹੀ ਫਿਰ ਇਹ ਇੱਕ ਤਰ੍ਹਾਂ ਦਾ ਇੱਕ ਸੰਦੇਸ਼ ਹੈ ਜਿਹੜਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਜਾਂਦਾ ਆ ਅਤੇ ਉਹਦੇ ਵਿੱਚ ਜਦੋਂ ਅਸੀਂ ਆਪਣੇ ਅੱਖਰਾਂ ਨੂੰ ਸ਼ਬਦਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਵਿੱਚ ਕੋਈ ਕਹਿੰਦੇ ਆ ਵੀ ਨਹੀਂ ਮਤਲਬ ਉਦਾਹਰਣ ਦੇ ਤੌਰ 'ਤੇ ਆਪਾਂ ਕੋਈ ਵੀ ਸ਼ਬਦ ਲੈ ਲਈਏ ਜਿਵੇਂ ਉਦਾਹਰਣ ਦੇ ਤੌਰ 'ਤੇ ਕੋਈ ਕਹਿੰਦਾ ਕਿ ਭੁੰਜੇ ਬਹਿ ਜਾ ਥੱਲੇ ਬਹਿ ਜਾ ਉਹਨੂੰ ਕੋਈ ਕਹਿਣ ਲੱਗ ਜੇ ਨੀਚੇ ਬਹਿ ਜਾ ਅਤੇ ਉਹ ਇੱਕ ਰਲਾ ਆ ਗਿਆ ਉਹ ਰਲਾ ਆ ਗਿਆ ਅਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਕੋਸ਼ਿਸ਼ ਕਿਉਂ ਨਹੀਂ ਹੋ ਸਕਦੀ ਭੁੰਜੇ ਥੱਲੇ ਇਹ ਸ਼ਬਦ ਸਮਝ ਆਉਂਦੇ ਨੇ ਨਾ ਅਤੇ ਇਹਨਾਂ ਨੂੰ ਕਿਉਂ ਨਹੀਂ ਬੋਲਿਆ ਜਾ ਸਕਦਾ ਅਤੇ ਬੰਦੇ ਕਹਿੰਦੇ ਨਹੀਂ ਇਹ ਤਾਂ ਤੁਸੀਂ ਬਹੁਤ ਕੱਟੜ ਹੋ ਰਹੇ ਹੋ ਫਿਰਕੂ ਹੋ ਰਹੇ ਹੋ ਦੂਸਰੀ ਗੱਲ ਜਦੋਂ ਆਪਾਂ ਧਰਮ ਦੀ ਵੀ ਕਰਦੇ ਹਾਂ ਧਰਮ ਦੀ ਸੰਸਥਾਵਾਂ ਦੇ ਅੰਦਰ ਸਮੇਂ ਦਰ ਸਮੇਂ ਰੁਕਾਵਟਾਂ ਆ ਗਈਆਂ ਜਾਂ ਕੁਛ ਹੋ ਗਿਆ ਉਹ ਇੱਕ ਅਲੱਗ ਦੀ ਗੱਲ ਹੈ ਪਰ ਜਿਹੜੀਆਂ ਸੰਸਥਾਵਾਂ ਗੁਰੂ ਨਾਨਕ ਪਾਤਸ਼ਾਹ ਨੇ ਖੜ੍ਹੀਆਂ ਕੀਤੀਆਂ ਜਿਹੜਾ ਨਾਨਕ ਰਾਜ ਚਲਾਇਆ ਜਾਂ ਜਿਹੜਾ ਫਿਰ ਉਸ ਤੋਂ ਬਾਅਦ ਸਿਲਸਿਲੇ ਦਰ ਸਿਲਸਿਲੇ ਸਾਡੇ ਕੋਲ ਪਹੁੰਚਦਾ ਹੈ ਨਾ ਦਸਾਂ ਗੁਰੂਆਂ ਦੀ ਇੱਕ ਜੋਤ ਗੁਰੂ ਗ੍ਰੰਥ ਸਾਹਿਬ ਤੱਕ ਮਤਲਬ ਉਸਦੇ ਵਿੱਚ ਤਾਂ ਸਾਨੂੰ ਜੋ ਸਿਖਾਇਆ ਗਿਆ ਉਹ ਨਾਮ ਜਪਣ ਦਾ ਕਿਰਤ ਕਰਨ ਦਾ ਵੰਡ ਛਕਣ ਦਾ ਆ ਅਤੇ ਉਸੇ ਦੇ ਵਿੱਚ ਬੰਦੇ ਦਾ ਸਹਿਜ ਹੈ ਉਸੇ 'ਚ ਸਬਰ ਸੰਤੋਖ ਹੈ ਉਸੇ 'ਚ ਉਹਦਾ ਉਹਦੇ ਭਾਣੇ 'ਚ ਰਹਿਣ ਦਾ ਹੈ ਅਤੇ ਉਸੇ ਦੇ ਵਿੱਚ ਉਹਦਾ ਜੁਝਾਰੂ ਪਾਉਣਾ ਅਤੇ ਉਸੇ ਦੇ ਵਿੱਚ ਜਿਵੇਂ ਲੰਗਰ ਦੀ ਗੱਲ ਹੈ ਲੰਗਰ ਸਾਨੂੰ ਬਣਾਉਣ ਵਾਲੇ ਦਾ ਸਾਨੂੰ ਵਰਤਾਉਣ ਵਾਲੇ ਦਾ ਅਤੇ ਸਾਨੂੰ ਸਾਡੇ ਨਾਲ ਖਾਣ ਵਾਲੇ ਦਾ ਨਹੀਂ ਪਤਾ ਮਤਲਬ ਕਿ ਉੱਥੇ ਸਭ ਕੁਛ ਇੱਕ ਮਿੱਕ ਹੈ ਜਾਂ ਹੁਣ ਵੀ ਵਾਰ ਵਾਰ ਗੱਲ ਹੋ ਜਾਂਦੀ ਹੈ ਪਿੱਛੇ ਜੇ ਆਈ ਪੀ ਸਿੰਘ ਹੋਣਾ ਦੀ ਟਾਈਮਸ ਆਫ ਇੰਡੀਆ 'ਚ ਹੀ ਸਟੋਰੀ ਸੀ ਅਤੇ ਮਤਲਬ ਜਿਵੇਂ ਹੁਣ ਦੀ ਐੱਸ ਜੀ ਪੀ ਸੀ ਹੈ ਉਸ ਦੇ ਵਿੱਚ ਕਦੀ ਕੋਈ ਇਸ ਤਰ੍ਹਾਂ ਜਾਤ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਹੈ ਪਰ ਫਿਰ ਵੀ ਇੱਕ ਅਲਾਮਤ ਲੱਗ ਜਾਂਦੀ ਹੈ ਜੀ ਵੀ ਸਿੱਖ ਹੀ ਨਹੀਂ ਇਸ 'ਤੇ ਕੰਟਰੋਲ ਕਰ ਸਕੇ ਇੱਕ
उस तरह की कैटागरी चलनी एक अलग गल है, ये नहीं है भी मसला नहीं है, पर बंदियां ने इंस्टीट्यूशन ने उदाहरण रखिया ने, तो ये उदाहरण तो उदों भी सी, मतलब अजे मैं देख रहा भी इस हफ्ते ज्ञानी दित सिंह होना की बरसी सी जी, ज्ञानी दित सिंह होना का विआह जटा की कुड़ी च होया, जटा की कुड़ी नाल जी, उन्हों का विआह उन्होंने सहुरा साहब ने आप करवाया जी, तो यानी कि जेड़े सिख जो मिसाल खड़िया करनिया चाहते सन वो तो कीतिया, पर असी जिन्या भी साड़िया ये खूबसूरतियाँ असी इस तो मुनकर हो जाने जो इस गल करिए फिर ये ऐलान दिता जाता कि एक फिरकू है जां एक कट्टड़ है, कितने ना कि मैं लगता इस तो भी बचन की लोड़ है। फॉर एग्जाम्पल जे असी गंगा की गल करांगे तो कोई कह दूगा कि भगवा करन हो गया, बिल्कुल बिल्कुल, मतलब एक सभ्यतावां की गल अलहदी हो सकती है, मतलब साड़ी सभ्यता होर है, गंगा जमुना सभ्यता होर है जी, पर उस सभ्यता दे विच तां बंदा विचरदा ही आ, उस दे विच तां साडे साडे पातशाह गुरु नानक पातशाह भी विचरे आ, विचरे ते उस दे विच फिर गल है भी असी किते ना किते बहुत ज़्यादा एक तो रैशनल हो गए हैं, एक बहुत बाइनरी हो चीज़ां वेखण लग गए हैं, जिहड़ा साडा एक वडप्पण सी जां एक जिहड़ा साडा एक वड्डा कैनवस सी, चित्रकार नूं तो ज्यादा समझ आउंदा, बिल्कुल बिल्कुल। वैसे आपां शुरू ही इत्थों करदे हां, तुसीं चित्र पहला कदों बनाया सी, कुछ याद है? मैनूं असल च एक दिन भी ऐसा याद नहीं है कि जदों मैं पेंटिंग चित्र ना कीता होवे बचपन तों, ते मैनूं इन्ना याद है कि भी मैं जदों मेरी मदर दीवार दे उत्ते एक फुल बूटा पा रही सी ते उत्ते फल ला रही सी, फुल ला रही सी, तो एक पासे एक उन्हें जिहड़ा मिट्टी का कुत्ता सी बनाया हुआ, तो उस कुत्ते दे विच रंग भर रही सी, तो वो फल सारे सारी पेंटिंग दे विच रंग भर रही सी, तो मैं भी ब्रश उहदा ब्रश तक ही हुंदे सी, वह तो एक डंडी दे उत्ते रूं लपेट के ते धागे नाल बन्नी हुंदी सी, ਤੇ ਉਹ ਛੋਟੇ ਵੱਡੇ ਬਣਾਏ ਹੁੰਦੇ ਸੀਗੇ ਡੈਬਰ ਜਿਹਨੂੰ ਕਹਿੰਦੇ ਆਪਾਂ ਅੱਜ ਦੀ ਭਾਸ਼ਾ, ਇਹ ਯਾਦਾਂ ਰਾਏਕੋਟ ਬਸੀਆਂ ਪਿੰਡ ਦੀਆਂ, ਓਕੇ, ਡੈਬਰ ਬਣਾਉਂਦੀ ਹੁੰਦੀ ਸੀ, ਤੇ ਉਹ ਜਦੋਂ ਭਰ ਰਹੀ ਸੀਗੀ ਤੇ ਮੈਂ ਕੀ ਕੀਤਾ ਕਿ ਉਹ ਇੱਕ ਵੱਡਾ ਡੈਬਰ ਚੁੱਕਿਆ ਤੇ ਉਹਨੂੰ ਲਾਲ ਰੰਗ ਭਰਿਆ ਉਹਦੇ 'ਚ, ਤੇ ਜਿੱਥੇ ਉਹਨੇ ਉਹ ਫਲ ਬਣਾਉਣਾ ਸੀਗਾ ਉੱਥੇ ਜਾ ਕੇ ਪੂਰਾ ਪੂਰਾ ਵੱਡਾ ਡੈਬਰ ਲਗਾ ਦਿੱਤਾ। ਮੈਂ ਕਿਹਾ ਦੇਖ ਮਾਈ, ਮੈਂ ਮਾਈ ਕਹਿੰਦਾ ਹੁੰਦਾ ਸੀਗਾ ਜਾਂ ਬੀਬੀ ਕਹਿੰਦਾ ਹੁੰਦਾ ਸੀਗਾ, ਇੱਕ ਮਾਈ ਆਹ ਤਾਂ ਸੇਬ ਬਣ ਗਿਆ। ਉਹ ਕਹਿੰਦੀ ਹਾਂ ਤੂੰ ਤਾਂ ਬੜਾ ਸਿਆਣਾ ਹੈ, ਤੂੰ ਇੱਕ ਵਾਰੀ 'ਚ ਬਣਾ ਦਿੱਤਾ ਹੀ ਹੈ ਨਾ, ਅਤੇ ਮੈਂ ਤਾਂ ਇਸ ਤਰ੍ਹਾਂ ਲਾਈਨ ਮਾਰ ਕੇ ਅਤੇ ਫਿਰ ਉਹਦੇ ਵਿੱਚ ਰੰਗ ਭਰਦੀ ਰਹਿੰਦੀ ਹਾਂ, ਇਹ ਤਾਂ ਠੀਕ ਹੋ ਗਿਆ ਹੈ ਨਾ। ਇਟ ਵਾਜ਼ ਸੱਚ ਏ ਹੰਬਲ ਸਿਚੁਏਸ਼ਨ ਹੈ ਨਾ, ਕਿ ਆਪਣੇ ਬੇਟੇ ਕੋ ਕਹਿ ਦਈਏ ਕਿ ਤੂੰ ਤੂੰ ਤਾਂ ਕਮਾਲ ਹੈ, ਤੂੰ ਇੱਕ ਵਾਰੀ 'ਚ ਸੇਬ ਬਣਾ ਤਾ ਲਾਲ ਰੰਗ ਦਾ ਇਸ ਤਰ੍ਹਾਂ ਮਾਰ ਕੇ ਵੱਡਾ ਸਾਰਾ ਗੋਲਡ ਹੈ ਹੈ ਨਾ। ਅਤੇ ਮੈਂ ਕਿਹਾ ਹਾਂ ਮੈਂ ਵੀ ਹੁਣ ਰੰਗ ਭਰਸਾ ਤੇਰੇ ਨਾਲ ਹੈ ਨਾ, ਅਤੇ ਮੈਂ ਫਿਰ ਉਹਦੇ ਨਾਲ ਸਾਰੇ ਰੰਗ ਭਰਨੇ ਸ਼ੁਰੂ ਕੀਤੇ, ਹਰੇ ਰੰਗ ਚੁੱਕ ਕੇ ਪੱਤੀਆਂ ਦੇ ਵਿੱਚ ਵਿੱਚ ਭਰਤੇ ਜਿਹੜੇ ਉਹਨੇ ਲਾਈਨ ਪਾਈ ਹੋਈ ਸੀਗੀ। ਫਿਰ ਉਸ ਤੋਂ ਬਾਅਦ ਉਹ ਮੈਂ ਇੰਨਾ ਕੁ ਐਕਸਪਰਟ ਹੋ ਗਿਆ ਸੀ ਕਿ ਲਾਈਨ ਦੇ ਵਿੱਚ ਰੰਗ ਭਰਨ ਦਾ, ਛੋਟਾ ਜਿਹਾ ਛੋਟੂ ਜਿਹਾ ਸੀਗਾ, ਅਤੇ ਜਦੋਂ ਮੈਂ ਚੌਥੀ ਪੰਜਵੀਂ ਸੀਗਾ ਤਾਂ ਮੈਨੂੰ ਉੱਥੇ ਸਾਡੇ ਤਾਰਾ ਮਿਸਤਰੀ ਸੀਗਾ ਪਿੰਡ ਦਾ ਜਿਹੜਾ ਫਰੈਸਕੋ ਪੇਂਟਰ ਸੀਗਾ, ਉਹ ਕਹਿੰਦਾ ਉਹ ਕੁੱਕੂ ਤੂੰ ਇਸ ਤਰ੍ਹਾਂ ਕਰ ਮੇਰੇ ਨਾਲ ਆ ਕੇ ਮੈਂ ਜਿੱਥੇ ਜਿੱਥੇ ਲਾਈਨਾਂ ਲਾਉਂਦਾ ਤੂੰ ਉੱਥੇ ਉੱਥੇ ਆ ਕੇ ਵਿੱਚ ਵਿੱਚ ਰੰਗ ਭਰ ਦਿਆ ਕਰ। ਮੈਂ ਕਿਹਾ ਜੀ ਠੀਕ ਹੈ। ਉਹ ਮੈਨੂੰ 10 ਰੁਪਏ ਦਿੰਦਾ ਹੁੰਦਾ ਸੀਗਾ ਮਹੀਨੇ ਦੇ, ਅਤੇ 10 ਰੁਪਏ ਬਹੁਤ ਵੱਡੀ ਗੱਲ ਸੀਗੀ ਜੀ ਉਸ ਵਕਤ ਸਾਡੇ ਵਾਸਤੇ, 15 ਰੁਪਏ ਦਾ ਤਾਂ ਸਾਈਕਲ ਆ ਜਾਂਦਾ ਸੀ ਹੈ ਨਾ। ਉਹ ਫਿਰ ਮੈਂ ਉਹਦੇ ਨਾਲ ਪਿੱਛੇ ਪਿੱਛੇ ਰੰਗ ਭਰੀ ਜਾਣੇ ਅਤੇ ਉਹਦਾ ਕੰਮ ਆਸਾਨ ਹੋ ਗਿਆ। ਬਾਅਦ 'ਚ ਫਿਰ ਮੈਂ ਡਰਾਇੰਗ ਵੀ ਕਰਨ ਲੱਗ ਪਿਆ ਅਤੇ ਉਹ ਗਾਉਂਦਾ ਹੁੰਦਾ ਸੀਗਾ, ਕਹਿੰਦਾ ਹੁੰਦਾ ਸੀ ਓਏ ਕੁੱਕੂ ਥੱਲੇ ਖੜਾ, ਉਹਨੇ ਕਹਿਣਾ ਇੱਥੇ ਬਣਾ ਦੇ ਵੇਲ, ਵੇਲ 'ਚ ਲਾ ਦੇ ਪੱਤੀਆਂ, ਉਹ ਪੱਤੀਆਂ 'ਤੇ ਬਿਠਾ ਦੇ ਮੱਖੀਆਂ, ਤਿਤਲੀਆਂ ਨੂੰ ਮੱਖੀਆਂ ਕਹਿੰਦਾ ਸੀ, ਇੱਥੇ ਬਿਠਾ ਦੇ ਕੁੱਤਾ, ਇੱਥੇ ਬਣਾ ਦੇ ਕਪੱਤਾ, ਉੱਧਰ ਉਹ ਪਰੀ। ਉਹ ਜਿਵੇਂ ਜਿਵੇਂ ਬੋਲੀ ਜਾਂਦਾ ਸੀ ਮੈਂ ਉਵੇਂ ਉਵੇਂ ਡਰਾਇੰਗਾਂ ਕਰੀ ਜਾਂਦਾ ਰਹਿੰਦਾ ਸੀਗਾ। ਉਹ ਮੇਰੀ ਆਦਤ ਹੁਣ ਤੱਕ ਪੈ ਗਈ ਕਿ ਮੈਂ ਅੰਦਰ ਆਪਦੇ ਬੋਲਦਾ ਜਦੋਂ ਮੈਂ ਨਾ, ਆਈ ਵਾਕ ਇਨ ਮਾਈ ਪੇਂਟਿੰਗ ਸਪੀਕਿੰਗ।
एक ये गल है मैं महसूस करदा पिंडां दी ते जिहड़े मतलब कमाई वाले बंदे उन्हां दी इक अपनी जुबान है। हाँ आपदी जुबान है जिवें हुण इस नूं आपां किवें डिफाइन करांगे कोई कोई अकैडमिक किवें करेगा जिवें कोई कह दिंदा हुंदा कि मान लो कोई किसे डॉक्टर दे जा रहा तो उहनूं कहिंदा कित्थे चलिया ਕਹਿੰਦਾ ਡਾਕਟਰ ਦੇ ਮਕਾਨ ਦੇਣ ਚੱਲਿਆ ਮਤਲਬ ਕਿ ਕੋਈ ਜੇ ਕੋਈ ਸਿੱਧ ਪੱਧਰਾ ਹੋ ਤਾਂ ਇਹੀ ਸਮਝੂਗਾ ਕੋਈ ਅਫਸੋਸ ਚੱਲਿਆ ਪਰ ਉਹ ਸਾਰੀ ਗੱਲ ਦੇ ਵਿੱਚ ਐਂ ਲੱਗਦਾ ਉਹ ਦੱਸਦੇ ਹੀ ਰਿਹਾ ਵੀ ਮੈਂ ਉਹਦੇ ਕੋਲ ਦਵਾਈ ਲੈਣ ਚੱਲਿਆ ਇਸੇ ਤਰ੍ਹਾਂ ਜਿਵੇਂ ਮਤਲਬ ਨਿਹੰਗ ਸਿੰਘਾਂ ਦੀ ਜ਼ੁਬਾਨ ਉਹ ਕਿੰਨੀ ਖੂਬਸੂਰਤ ਹੈ ਉਹ ਚੜ੍ਹਦੀ ਕਲਾ ਵਾਲੀ ਜ਼ੁਬਾਨ ਮਤਲਬ ਕਿ ਉਹਨਾਂ ਨੇ ਛੋਲਿਆਂ ਨੂੰ ਬਦਾਮ ਬਣਾ ਦਿੱਤਾ ਉਹਨਾਂ ਨੇ ਮਤਲਬ ਜਿਵੇਂ ਕਹਿੰਦੇ ਸਿੰਘੋ ਸਮੁੰਦਰ ਵਿਹੜੇ 'ਚ ਛਕੋਗੇ ਕਿ ਚੁਬਾਰੇ 'ਚ ਬੋਲੋ ਕਹਿੰਦੇ ਵੀ ਚੁਬਾਰੇ 'ਚ ਕੌਣ ਚੜੇਗਾ ਹੈ ਨਾ ਵੀ ਵਿਹੜੇ 'ਚ ਛੱਕ ਲੈਂਦੇ ਹਾਂ ਉਹ ਕਹਿੰਦੇ ਵਿਹੜੇ 'ਚ ਛੱਕ ਲਾਂਗੇ ਉਹ ਜਦੋਂ ਵਿਹੜਾ ਗਿਆ ਤਾਂ ਉਹਨਾਂ ਨੇ ਖੁੱਲ੍ਹੇ ਬਾਟੇ ਦੇ ਵਿੱਚ ਸਮੁੰਦਰ ਲੈ ਆਉਂਦਾ ਉੱਥੋਂ ਉਹਨਾਂ ਨੂੰ ਪਤਾ ਲੱਗਾ ਵੀ ਚੁਬਾਰਾ ਵੱਡੇ ਗਲਾਸ ਨੂੰ ਕਹਿੰਦੇ ਆ ਜਿਵੇਂ ਤੁਹਾਡੇ ਤਾਰਾ ਮਿਸਤਰੀ ਵਾਲੀ ਤਾਰਾ ਮਿਸਤਰੀ ਦੇਖੋ ਭਾਈ ਮੈਨੂੰ ਜਦੋਂ ਮੈਂ ਆਪਣੇ ਪਿੰਡ ਦੀ ਗੱਲ ਯਾਦ ਕਰਦਾ ਖੁਸ਼ੀ 'ਚ ਖੰਘ ਆ ਜਾਂਦੀ ਹੈ ਨਾ ਇਹ ਨੈਚੁਰਲ ਹੁਣ ਵੀ ਹੁਣ ਪਿੰਡ ਯਾਦ ਆਉਂਦਾ ਜਦੋਂ ਮੈਂ ਪੇਂਟਿੰਗ ਕਰਦਾ ਬਲੀਵ ਮੀ ਮੈਂ ਬੋਲ ਰਿਹਾ ਹੁੰਦਾ ਅਤੇ ਉਹਦੇ 'ਚ ਵਾਕ ਕਰ ਰਿਹਾ ਹੁੰਦਾ ਕਿਉਂਕਿ ਮੈਂ ਪੇਂਟਿੰਗ ਵੀ ਮੈਨੂੰ ਛੋਟੀ ਪੇਂਟਿੰਗ ਕਰਨੀ ਨਹੀਂ ਆਉਂਦੀ ਸਵਾਦ ਨਹੀਂ ਆਉਂਦਾ ਕਰਦੇ ਤਾਂ ਹੈਗੇ ਜੀ ਕਿਉਂਕਿ ਮੈਂ ਫਰੈਸਕੋ ਤੋਂ ਸਿੱਖਿਆ ਵੱਡੀਆਂ ਦੀਵਾਰਾਂ ਅਨਲਿਮਿਟਡ ਹੈ ਨਾ ਉਸ ਸਪੇਸ ਦੇ ਵਿੱਚ ਮੈਂ ਪਹਿਲੇ ਆਪਣੀ ਮਾਂ ਤੋਂ ਸਿੱਖਿਆ ਉਸ ਤੋਂ ਬਾਅਦ ਮੈਂ ਤਾਰੇ ਮਿਸਤਰੀ ਨਾਲ ਸਿੱਖਿਆ ਜਿੱਥੇ ਅੰਡੇ ਨਹੀਂ ਹੈ ਕੋਈ ਹਵੇਲੀ ਦਾ ਕਿੱਥੇ ਅੰਡਾ ਮੇਰੇ ਹਿਸਾਬ ਨਾਲ ਮੈਂ ਛੋਟਾ ਜਿਹਾ ਬੱਚਾ ਮੇਰੇ ਹਿਸਾਬ ਨਾਲ ਤਾਂ ਬਹੁਤ ਵੱਡੀ ਸਪੇਸ ਹੈ ਹੁਣ ਵੀ ਮੈਨੂੰ ਜਦੋਂ ਸਵਾਦ ਆਉਂਦਾ ਪੇਂਟਿੰਗ ਕਰਨ ਦਾ ਤਾਂ ਉਹ 24 ਫੁੱਟ 25 ਫੁੱਟ ਹੈ ਉਹਦੇ ਵਿੱਚ ਮੈਂ ਤੁਰਨਾ ਸ਼ੁਰੂ ਕਰ ਦਿੰਦਾ ਅਤੇ ਬੋਲਣਾ ਸ਼ੁਰੂ ਕਰ ਦਿੰਦਾ ਉਹ ਬਾਈ ਕੁੱਕੂ ਸਿਆਂ ਆ ਇੱਥੇ ਆ ਗਈ ਤੇਰੀ ਨਦੀ ਆ ਗਿਆ ਤੇਰਾ ਪਹਾੜ ਲੈ ਬਈ ਇੱਥੋਂ ਬੰਦਾ ਡਿੱਗ ਪਿਆ ਥੱਲੇ ਆ ਗਿਆ ਕਦਾ ਹੈ ਉਹ ਲੈ ਬਈ ਆ ਕੇ ਸਾਧੂ ਬੈਠੇ ਨੇ ਇੱਥੇ ਭਾਈ ਸਾਡੇ ਚੰਡੀਗੜ੍ਹ 'ਤੇ ਇੱਥੇ ਆ ਹੋ ਗਿਆ ਇੱਥੇ ਹੋ ਗਿਆ ਇਸ ਤਰ੍ਹਾਂ ਕਹਿੰਦਾ ਕਹਿੰਦਾ ਮੈਂ ਪੇਂਟਿੰਗ ਕਰਦਾ ਰਹਿੰਦਾ ਅਤੇ ਲੋਕ ਬੜੇ ਹੈਰਾਨ ਹੁੰਦੇ ਆ ਕਿ ਯਾਰ ਇਤਨੀ ਬੜੀ ਪੇਂਟਿੰਗ ਕੋ ਕੰਪੋਜ਼ ਕੈਸੇ ਕਰਦੇ ਮੈਂ ਹਮ ਕੰਪੋਜ਼ ਨਹੀਂ ਕਰਤੇ ਹਮ ਸਿਆਣੇ ਲੋਕ ਨਹੀਂ ਹੈ ਸਿਆਣੇ ਇਨ ਦਾ ਸੈਂਸ ਇਟਸ ਨੋਟ ਇਨ ਦੈਟ ਇੰਟਲੈਕਚੁਅਲਿਜ਼ਮ ਦਿਸ ਇਜ਼ ਅ ਕਾਇੰਡ ਆਫ ਇੰਟੈਲੀਜੈਂਸ ਜਿਹੜੀ ਨੈਚੁਰਲ ਵਿਜ਼ਡਮ ਹੈ ਇਹ ਸਾਡੀ ਅਸੀਂ ਸ਼ਬਦ ਨੂੰ ਬੋਲਦੇ ਹੋਏ ਫਿਰ ਜਾ ਕੇ ਅਸੀਂ ਚਿੱਤਰ ਦਾ ਨਿਰਮਾਣ ਕਰਦੇ ਹੋਏ ਨਿਕਲ ਜਾਂਦੇ ਹਾਂ ਸਾਡੇ ਪਿੰਡ ਦੇ ਵਿੱਚ ਦੇਖੋ ਸਾਡਾ ਜੱਟ ਹੈ ਉਹ ਕਮਾਲ ਵਿਜ਼ਡਮ ਆ ਉਹਦੀ ਚਿੱਤਰਕਾਰੀ ਦੇਖੋ ਤੁਸੀਂ ਸਾਡੇ ਜੱਟ ਦੀ ਮੈਂ ਕਹਿੰਦਾ ਸਾਡਾ ਜਿਹੜਾ ਜੱਟ ਹੈ ਜਿਹੜਾ ਸਾਡਾ ਕਿਸਾਨ ਹੈ ਉਸ ਤੋਂ ਵੱਡਾ ਤਾਂ ਕੋਈ ਚਿੱਤਰਕਾਰ ਹੀ ਨਹੀਂ ਹੈਗਾ ਧਰਤੀ ਦੇ ਉੱਤੇ ਉਹ ਕਿਵੇਂ ਉਹ ਕੀ ਕਰਦੇ ਨੇ ਉਹਦੇ ਵਰਗਾ ਆਰਕੀਟੈਕਟ ਕੋਈ ਨਹੀਂ ਦੂਸਰਾ ਇਹ ਵੀ ਤੁਹਾਨੂੰ ਦੱਸਦੀ ਹੈ ਗੱਲ ਆਰਕੀਟੈਕਟ ਉਸ ਵਿਜ਼ਡਮ ਨੂੰ ਅੰਡਰਸਟੈਂਡ ਨਹੀਂ ਕਰਦੇ ਉਸ ਤਰ੍ਹਾਂ ਦੀ ਵਿਜ਼ਡਮ ਨੂੰ ਉਹ ਇੰਨੇ ਔਰਗੈਨਿਕ ਨਹੀਂ ਹੋਏ ਹੁਣ ਤੱਕ ਕਿਵੇਂ ਇੱਕ ਖੱਤਾ ਹੈ ਪੂਰਾ ਪੂਰਾ ਉਹਦੇ 'ਚ ਉਹਨਾਂ ਨੇ ਬਲਦਾਂ ਦੀ ਜੋੜੀ ਲਾ ਕੇ ਹਲ ਵਾਹੁਣਾ ਸ਼ੁਰੂ ਕਰਨਾ ਅਤੇ ਇੱਕ ਪਾਸਿਓਂ ਹਲ ਵਾਹੁੰਦੇ ਹੋਏ ਖੱਤਾ ਜਿੰਨਾ ਕੁ ਹੈਗਾ ਉੱਥੇ 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 ਵਿੱਚੋਂ ਘੁੰਮਦੇ ਜਾਣਾ ਚੱਕਰ ਕੱਟੀ ਜਾਣਾ ਹਲ ਵਾਹੀ ਜਾਣਾ ਪਲਟਾ ਜ਼ਮੀਨ ਪਲਟਾ ਹੋ ਰਹੀ ਹੈ ਕਰਦੇ ਫਿਰ ਇੱਕ ਜਗ੍ਹਾ ਸੈਂਟਰ ਆਊਗਾ ਜੀ ਉਹ ਕਹਿੰਦੇ ਆਹ ਸਾਡਾ ਸੈਂਟਰਿੰਗ ਹੈ ਆਹ ਸਾਡਾ ਯੂਨੀਵਰਸ ਆਹ ਸਾਡਾ ਰੱਬ ਹੈ ਉੱਥੇ ਉਹ ਕੀ ਕਰਦੇ ਨੇ ਕਿ 3 ਮੰਜ਼ਲੀ ਇੱਕ ਕੋਠੀ ਬਣਾ ਦਿੰਦੇ ਛੋਟੀ ਜਿਹੀ ਮਟੀ ਜਿਹਨੂੰ ਕਹਿੰਦੇ ਆ ਮਟੀ ਦਾ ਮਤਲਬ ਸੀਗਾ ਮਿੱਟੀ ਨੂੰ ਇਕੱਠਾ ਕਰਦੇ ਆ ਉਹ ਕੋਈ ਵਹਿਮ ਨਹੀਂ ਸੀਗਾ ਨਾ ਕੋਈ ਕਿਸੇ ਦੀ ਕਬਰ ਸੀ ਨਾ ਕੁਛ ਹੋਰ ਹੈ ਫਿਰ ਉੱਥੇ ਝੰਡੀ ਕੱਢ ਦਿੰਦੇ ਆ ਉਹਦੀ ਲਾਲ ਰੰਗ ਦੀ ਕੋਈ ਪੀਲੇ ਰੰਗ ਦੀ ਕੋਈ ਹਰੇ ਰੰਗ ਦੀ ਹੈ ਨਾ ਉਹ ਵਿੱਚੋਂ ਦਿਖਦੀ ਆ ਉਹ ਪਈ ਆ ਸੈਂਟਰ ਦੇ ਵਿੱਚ ਹੈ ਨਾ ਅਤੇ ਉਹਦੇ ਵਿੱਚ ਫਿਰ ਕਣਕ ਦਾਣੇ ਮੱਕੀ ਜੋ ਵੀ ਸੀ ਉਹਦੇ ਵਿੱਚ ਰੱਖ ਦਿੰਦੇ ਸੀ ਫਿਰ ਜਦੋਂ ਉਹਦੇ 'ਤੇ ਸੁਹਾਗਾ ਕਰਕੇ ਫਿਰ ਦੁਬਾਰਾ ਹੁਣ ਸੁਹਾਗਾ ਕਰ ਦੇਣਾ ਸੈਂਟਰ ਤਾਂ ਮਿਲ ਗਿਆ ਸੈਂਟਰ ਤੋਂ ਬਾਅਦ ਫਿਰ ਸੁਹਾਗਾ ਕਰ ਦੇਣਾ ਉਹਨਾਂ ਨੇ ਕਿਆ ਆਰਕੀਟੈਕਚਰ ਹੈ ਸੋਚ ਕੇ ਦੇਖੋ ਜਰਾ ਤੁਸੀਂ ਇੱਕ ਲਿਮਿਟਡ ਜੋ ਵੀ ਲੈਂਡ ਤੁਹਾਨੂੰ ਮਿਲੀ ਹੈ ਉਹਦੀ ਸੈਂਟਰਿੰਗ ਕਿਵੇਂ ਕੱਢਣੀ ਹੈ ਆਹ ਵੱਡੇ ਤੋਂ ਵੱਡੇ ਜਿਹੜੇ ਆਰਕੀਟੈਕਟਸ ਹੈ ਉਹਨਾਂ ਨੂੰ ਮੁਸ਼ਕਿਲ ਪੈ ਜਾਂਦੀ ਹੈ ਉਹ ਹੋਰ ਹੀ ਤਰ੍ਹਾਂ ਦੀਆਂ ਗਿਣਤੀਆਂ ਕਰ ਦਿੰਦੇ ਹੁਣ ਤਾਂ ਡਰੋਨ ਨਾਲ ਕਰਦੇ ਆ ਤੁਹਾਡਾ ਇੱਕ ਚਿੱਤਰ ਵੀ ਹੈਗਾ ਹਾਂ ਮੇਰਾ ਇੱਕ ਚਿੱਤਰ ਹੈ ਬਿਲਕੁਲ ਇਹਦੇ ਨਾਲ ਸੈਂਟਰ ਆਫ ਯੂਨੀਵਰਸ ਹੈ ਨਾ ਅਤੇ ਉੱਥੋਂ ਫਿਰ ਕੀ ਹੁੰਦਾ
कि वह जदों फिर सुहागा करके कुछ दिन पिया रहा उदू बाद फिर वह दाने कढ़ दे उत्थे जाके सेंटर च खड़े हो के ते हल अपने बलदा की जोड़ी ले जाते लंडा मीणा हाँ जी बिल्कुल उस सेंटर दे विच उत्थे जाके खड़ा कर देंगे उहदे पिछे कुप्पी ला के फिर दाने पाने ने हुण उस तो पहला ये थोड़ा कि एवं दाने पा देने आ एक मुठ्ठी मेरे पंछियों के ना और आ एक मुठ्ठी साढ़े सारे कीड़िया मकौड़िया के ना और आ एक मुठ्ठी साढ़े राइया के ना फिर जाके सौ जाना जट ने फिर हल वाहे हुए दाना पाते हुए ताकि दोबारा पैर ना पवे उत्ते देखो कमाल दी गल है फिर शुकराने दी अरदास फिर शुकराना ते अरदास है फिर जिहड़ा जिहड़ा हो जावे ठीक है दादा दाता एक है सबको देवनहार हुण उहनूं रब लावे कि ना लावे भाई ठीक है असीं तां दाणे पाते बिलकुल है ना भी असीं तां बीज ते हुण उहदी इरछा है हुण उहनूं उह फल लावे ना लावे कोई गल नहीं जाके घरे सौ जाणा जिहड़ा तुहाडे चित्रां दा जां तुहाडे पिंड दा तुहाडे माता पिता दीआं यादां दे विच जो तुहाडी अपनी तरतीब है नोएडा दे उस स्टूडियो दे अंदर अपने आपनूं कित्थे देखदे हो क्योंकि वो तो शहर फिर उसे तरह है मेरे वास्ते हुण कोई अंतर नहीं मैं भावें इंग्लैंड रहां मैं भावें स्कैंडिनेविया च रहां मैं भावें अफरीका दे जंगलों च तरे फिरदा मेरा पिंड मेरे नाल चलदा मेरी भाषा मेरे नाल चलदी आ हां जी जदों मैं चित्रकारी करनी शुरू करदा पंजाबी च हुंदी आ क्योंकि ਤੁਸੀਂ ਪਹਿਲਾਂ ਉਹਦੇ ਨਾਲ ਤੁਰੇ ਉਹਦੇ ਨਾਲ ਪਹਿਲਾਂ ਮੈਂ ਸ਼ੁਰੂ ਕਰੀ ਹੁਣ ਉਹ ਤੁਹਾਡੇ ਨਾਲ ਤੁਰਦੇ ਨੇ ਹੁਣ ਉਹਦੇ ਬਿਨਾਂ ਮੇਰੇ ਕੋ ਦੇਖੋ ਮੈਨੂੰ ਭਾਸ਼ਾਵਾਂ ਬਹੁਤ ਆਉਂਦੀਆਂ ਜੀ ਇਸ ਵਕਤ ਵਰਡ ਦੀਆਂ ਗਿਣੀਆਂ ਚੁਣੀਆਂ ਕਮਾਲ ਦੀਆਂ ਭਾਸ਼ਾਵਾਂ ਮੈਂ ਬੋਲਦਾ ਪਰ ਲਿਖਣੀ ਮੈਨੂੰ ਸਿਰਫ ਪੰਜਾਬੀ ਤੇ ਹਿੰਦੀ ਆਉਂਦੀ ਆ ਹੁਣ ਹਿੰਦੀ ਸਿੱਖੀ ਹੈ ਲਿਖਣੀ ਤੇ ਪੰਜਾਬੀ ਮੈਂ ਬੈਟਰ ਲਿਖਦਾ ਉਹ ਵੀ ਪੰਜਾਬੀ ਜੇ ਮੈਂ ਅੱਖਰ ਦੇ ਉੱਤੇ ਪੂਰੀ ਲਾਈਨ ਪਾ ਕੇ ਲਿਖਤਾਂ ਤੇ ਪੜ੍ਹਦਾ ਉਹ ਠੀਕ ਰਹਿੰਦੀ ਹੈ ਜੇ ਮੈਂ ਅਲੱਗ ਅਲੱਗ ਸ਼ਬਦ ਕਰ ਦਿੰਦਾ ਆਹ ਸਭ ਤੋਂ ਵੱਡੀ ਖਤਰਨਾਕ ਗੱਲ ਹੋਰ ਹੋਈ ਹੈ ਇੱਕ ਸਾਡੇ ਨਾਲ ਜੇ ਮੈਂ ਅਲੱਗ ਅਲੱਗ ਸ਼ਬਦ ਲਿਖਣਾ ਸ਼ੁਰੂ ਕਰ ਦੇਵਾਂ ਨਾ ਜਿਵੇਂ ਆਪਾਂ ਬੋਲਦੇ ਹਾਂ ਤਾਂ ਮੇਰੇ ਤੋਂ ਨਾ ਪੜ੍ਹਿਆ ਜਾਂਦਾ ਨਾ ਲਿਖਿਆ ਜਾਂਦਾ ਪੰਜਾਬੀ ਗੁਰਮੁਖੀ ਨਹੀਂ ਮੇਰੇ ਤੋਂ ਲਿਖੀ ਜਾਂਦੀ ਆਈਵਨ ਜਦੋਂ ਗੁਰੂ ਗ੍ਰੰਥ ਸਾਹਿਬ ਵੀ ਲਿਖੇ ਉਹ ਵੀ ਲੜੀਵਾਰ ਸੀ ਉਹ ਤਾਂ ਲੜੀਵਾਰ ਹੈ ਹਾਂ ਅਸੀਂ ਸਾਨੂੰ ਉਹੀ ਆਦਤ ਆ ਹੈ ਨਾ ਸਾਡਾ ਅਸੀਂ ਸਾਡਾ ਤਰੀਕਾ ਵੀ ਉਹੀ ਆ ਬੋਲਣ ਦਾ ਸਾਡੀ ਗ੍ਰਾਮਰ ਨਹੀਂ ਹੈ ਉਸ ਤਰ੍ਹਾਂ ਦੀ ਆਪਾਂ ਹੁਣ ਤਾਂ ਵੀ ਤੁਸੀਂ ਮੈਨੂੰ ਸੁਣ ਰਹੇ ਹੋ ਮੈਨੂੰ ਐਂ ਲੱਗ ਰਿਹਾ ਨਾ ਵੀ ਜਿਵੇਂ ਕੋਈ ਗਾ ਰਿਹਾ ਕੋਈ ਕਵਿਤਾ ਗਾ ਰਿਹਾ ਬੰਦਾ ਹੈ ਨਾ ਇਸ ਤਰ੍ਹਾਂ ਹੀ ਸਾਡੇ ਉੱਥੇ ਪਾਠ ਹੁੰਦਾ ਸੀਗਾ ਘਰ ਦੇ ਵਿੱਚ ਸਾਡੇ ਪਿਤਾ ਜੀ ਕਦੇ ਸੀਗਾ ਹੀ ਨਹੀਂ ਕਿ ਅੱਖਰ ਨੂੰ ਤੋੜ ਲੈਣ ਕਿਸੇ ਪਾਸੇ ਜਦੋਂ ਸਾਹ ਮੁੱਕਣਾ ਤਾਂ ਉਸ ਵਕਤ ਵੀ ਉਹਨਾਂ ਨੇ ਇੱਕ ਖਾਸ ਤਰ੍ਹਾਂ ਦੀ ਇੱਕ ਰਹਾਉ ਸੀਗੀ ਉਹ ਜਿਹੜੀ ਸੀਗੀ ਸਾਹ ਨੂੰ ਤੁਣਕਾ ਮਾਰਦੇ ਸੀ ਉਹ ਰਹਾਉ ਸੀਗੀ ਫਾਰ ਐਗਜ਼ਾਮਪਲ सोचे सोच न हो वही जे सोचे लखवार चुपया चुप न हो वही जे लाए रहा लिवतार लाए रहा लिवतार दे विच तो साह मुकना ते उन्होंने कहना लिवतार है बिलकुल भुख्या भुखना उतरे जे बन्ना पुरिया भार सह सियाण पालक होई ता एक न चले नाल तो ऐसे इस तरीके नाल बिल्कुल जिस तरह उत्ते लाइन पई जा रही है उत्ते उत्ते सीधी इस तरह पढ़ रहे ने एक लिरिसिज्म सिखा कमाल दा यही सारे मेरे चित्रां च आ गया मेरे चित्र किते नहीं टुटदे ਉੱਥੇ ਉਸੇ ਲੈਵਲ ਦੇ ਉੱਤੇ ਦਰਖਤ ਆ ਜੂਗਾ ਉਸੇ ਲੈਵਲ ਦੇ ਉੱਤੇ ਫਰੂਟ ਆ ਜੂਗਾ ਉਸੇ ਲੈਵਲ ਦੇ ਉੱਤੇ ਬੰਦਾ ਆ ਜੂਗਾ ਉਸੇ ਲੈਵਲ 'ਤੇ ਮਰਨ ਵਾਲਾ ਉਸੇ ਲੈਵਲ 'ਤੇ ਮਾਰਨ ਵਾਲਾ ਉਸੇ ਲੈਵਲ ਦੇ ਉੱਤੇ ਕੁੱਤਾ ਉਸੇ ਲੈਵਲ 'ਤੇ ਸ਼ੇਰ ਇਹ ਸਾਰੇ ਇੱਕੋ ਜਿਹੇ ਕੋਈ ਵੱਡਾ ਛੋਟਾ ਨਹੀਂ ਹੋ ਕੇ ਆਉਂਦਾ ਗੁਰੂ ਨਾਨਕ ਦੇ ਨਾਲ ਬੈਠਾ ਮਰਦਾਨਾ ਇੱਕੋ ਜਿਹਾ ਨਾ ਉੱਤੇ ਨਾ ਨੀਚੇ ਕਿਸੇ ਪਾਸੇ ਨਹੀਂ ਇੱਕੋ ਹੀ ਆਸਮਾਨ ਦੇ ਵਿੱਚ ਚੰਦ ਵੀ ਆਜੂਗਾ ਇੱਕ ਸੂਰਜ ਵੀ ਆਜੂਗਾ ਕਹਿਣਗੇ ਇਹ ਕੀ ਕਰੀ ਜਾਂਦਾ ਛੋਟੇ ਬੱਚਿਆਂ ਵਾਂਗੂ ਵੇਖ ਆਪਾਂ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਹਜੇ ਸਮਝ ਆ ਰਹੀ ਗੱਲ ਇਹ ਸਾਰੇ ਇੱਕ ਜਗ੍ਹਾ 'ਤੇ ਹੀ ਹੈ ਸਾਨੂੰ ਨਹੀਂ ਦਿਖਦੇ ਇੱਕ ਜਗ੍ਹਾ
है ना, एक जगह पर नहीं सारे। वो फिर मेरे चित्रां दे विच भी उस तरह ही आया हैगा। इहनूं मैं ये नहीं कह रहा कि मैं कोई बड़ा चित्रकार है जां कुछ हो गया, ये कुछ नहीं हैगा, है ना। आपां उत्थे इक आनंद ले रहे हां उस भाषा का, उस सुंदरता का, उस लिरिसिज़म का, कमाल है। मेरे वास्ते चित्र करना तो है ही है, जिवें पानी पीता, जिवें भुख लगे रोटी खा लई दी आ। ये तुहाड़ा अपना सफर है, तो अपना मेरा सफर है, मेरी अपनी लैंग्वेज है, वो है ना, अपना तरीका है। कोई कहे नहीं ये तो कॉन्टेंपरेरी नहीं है, अच्छा जी मैनू नहीं पता की कॉन्टेंपरेरी, ये तो जी मॉडर्न नहीं है, ना जी सी कि लेना मॉडर्न तो सानू पता नहीं। जो तुसी चित्र बनाउंदे हो, मतलब उहदे विच रंगां दी चोण किहो जी रखदे हो, क्यों रखदे हो? मतलब मैं ये भी जो आपां सुणदे आए हां, तुसी कुदरती रंगां दी चोण दी गल है, कुदरती रंगां। अच्छा हुण ओह वी तुसी सुनो, मेरी माई, मेरी बीबी, वह रंगा वाली माई शाम नू कहंदी सी भी आपां चल पुत्रा रंग मंगन चलीए, तो पिता का कुर्ता पहन ले, पा लै, पहन ले तो नहीं कहंदी सी, पिता का कुर्ता पहन ला, पा लै, उहदी झोली वड्डी है, ठीक है, मैं तो छोटू जिहा इन्ना वड्डा कुर्ता, इस तरह झोली देखो किन्नी वड्डी हो गई, मेरे पिता की झोली वड्डी है ना। तो वह कहती फिर चल आप हम चलीए, तुरे जा रहे हैं, तुरे जाते हैं, तुरे जाते हैं, सारा पिंड पार कर लिया, अगों टिब्बे आ गए, खेत पार कर ले, टिब्बे आ गए, शाम पै रही है, सुरमई हो रहा सारा आकाश, तो बिच एक काला किकर खड़ा, वो तो पीले रंग के फुलों ना लद्दे पिया, तो वो थले शाम के वक्त फुल डिगे पे ने पूरे भरे हुए, वह ऐ लगता जिवें आपका बिछौना बिछा के, आपकी कारपेट बिछा के वो खड़ा हो, खुश हो रहा, हस रहा। वो कहती पुत्रा ये ही गुरु नानक का सोने का रुकड़ा, वेख सोने का रुकड़ा, इनू कहते ने सोने का रुकड़ा। फिर वो दूर बैठ जाती है, कहती आप हम आप ना प्रार्थना करिए, इन तो रंग मंगीए। फिर वो गाती है, उन्हें लगभग वो मेरे ख्याल कोई 100-200 गीत तो मैनू याद है, जेडे दरख्तों के, कीड़िया के, पंछियों के, वो गीत गाया करती सी हर चीज़ नू देख के, रंगा वाली माई। फिर उन्हें गीत गाना, हो जिथे नीले टिब्बे वसदे, हो जिथे रेत जिथे रन मच्छियां, वेख्या ही वो समुंदर वर्गा लगता पे पिछे टिब्बे, मैंने तो मच्छियां दिखदियां पईआं ने तरदियां, हो जिथे काले किकरां ते पीलियां पत्तियां लगियां, हो जिथे फुल पत्तियां जया अखियां सेजल होजियां। अब ये देखो कितने रंग, अब रंग चुनने की क्या जरूरत रह गई। अरे भाई मैं कोई वेस्टर्न स्टाइल ट्रेंड आर्टिस्ट थोड़ा हूँ, कभी मुझे जो ग्रे लगाना है तो यहाँ पर बर्न टम्बर लगाना है, कि वहाँ बर्न साइना लगाना है, कि जहाँ काला रंग लगाना है, या मैं उन्होंने वर्गी ट्रेनिंग साड़ी थोड़ा है। साडा तो गीत है, साढ़े तो शब्द ने, वो कहते यू आर इलस्ट्रेटिव नैरेटिव, हास आता है, नहीं नहीं इलस्ट्रेटिव नैरेटिव नहीं है, हम सुनते हैं चित्र को, हम चित्र को देखते नहीं, हम चित्र को गाते हैं भाई, ये मेरा गीत है, चित्र मत कहो इसको, तो इसमें ओदे च रंगा दी सानू की जरूरत पएगी, साडे रंग तो आप ही आ जाने। आसा दी वार दे अंदर जिक्र है कि रंग हसा है, रंग रंग है। क्या कमाल है, तो सानू रंग चुनने की कोई जरूरत ही नहीं है जी, ये थोड़ा सी उथे मैचिंग करी जाना, असी कोई फैशन डिजाइनर है कि असी रंग हुण चुनीए कि भैया हरा ला लो ते इत्थे पीला ला लो ते इत्थे काला ला लो, ना जी ना, साडा तां गीत है रंगा दा भाई ना, ते ओ रंग तां आपे आ जाने उथे। एक जिक्र मैं जरूर सुनना चाहवांगा, मतलब बहुत कमाल लगता है जदों कहानियां सुनते हैं,
ਤੁਸੀਂ ਗੰਗਾ ਦੇ ਉੱਤੇ ਬਹੁਤ ਲੰਮੀ ਪੇਂਟਿੰਗ ਬਣਾਈ ਜੀ। ਇਹ ਕਿੰਨੀ ਲੰਮੀ ਪੇਂਟਿੰਗ ਹੈ? ਬਹੁਤ ਲੰਮੀ ਪੇਂਟਿੰਗ ਹੈ ਐਕਚੁਅਲੀ। ਮਤਲਬ ਗੰਗੋਤਰੀ ਤੋਂ ਸ਼ੁਰੂ ਹੋ ਕੇ ਕੋਲਕਾਤਾ ਦੇ ਡਿੱਗਣ ਤੱਕ, ਉਸ ਤੋਂ ਉੱਤੇ ਮੈਂ ਤੁਹਾਨੂੰ ਦੱਸਦਾ ਕਿਵੇਂ ਸ਼ੁਰੂ ਹੋਈ। ਅਸਲ 'ਚ ਕੀ ਹੈਗਾ ਵੀਰ, ਆਪਾਂ ਨਾ ਜਿਹੜੇ ਨਾ ਜਾਂ ਤਾਂ ਆਪਾਂ ਗਾਉਣ ਗੀਤ ਵਾਲੇ ਬੰਦੇ ਹਾਂ ਜਾਂ ਆਪਾਂ ਕਥਾ ਵਾਲੇ ਹਾਂ। ਜਿਹੜਾ ਸਾਡੀ ਧਰਤੀ ਹੈ ਨਾ, ਜਿਹੜੀ ਆ ਇਸ ਏਰੀਆ ਜਿਹੜਾ ਹੈਗਾ, ਵੈਸੇ ਸਾਰੇ ਸੰਸਾਰ 'ਚ ਮੈਂ ਦੇਖਿਆ ਕਿ ਕਥਾ ਬਹੁਤ ਤੁਰਦੀ ਹੈ ਲੰਬੀ। ਕਥਾ ਆਪਦਾ ਰੂਪ ਬਦਲਦੀ ਹੋਈ ਤੁਰਦੀ ਹੈ। ਆਪਾਂ ਫਿਰ ਜਿਹੜੇ ਸਾਡੇ ਇੱਥੇ ਕਹਿੰਦੇ ਨੇ ਸਾਖੀ ਹੋਰ ਅੱਗੇ ਚੱਲੀ, ਆਪਾਂ ਕਹਿੰਦੇ ਨਾ ਬਿਲਕੁਲ। ਅਨਫਾਰਚੁਨੇਟਲੀ ਸਾਡੀਆਂ ਸਾਖੀਆਂ ਰੁਕੀਆਂ ਹੋਈਆਂ, ਉਹ ਠੀਕ ਆ, ਅਲੱਗ ਗੱਲ ਅਲੱਗ ਆ, ਉਹ ਬਾਅਦ 'ਚ ਕਰ ਲਾਂਗਾ ਮੈਂ। ਸਾਡੀਆਂ ਸਾਖੀਆਂ ਚੱਲੀਆਂ ਨਹੀਂ, ਪਰ ਮੈਨੂੰ ਐਂ ਲੱਗਦਾ ਵੀ ਜਿਹੜੀ ਸਾਖੀ ਹੁੰਦੀ ਹੈ, ਜਿਹੜੀ ਕਥਾ ਹੈ, ਉਹ ਚੱਲਦੀ ਹੈ, ਉਹ ਤੁਰਦੀ ਹੈ ਅੱਗੇ, ਅਤੇ ਉਹ ਸਭ ਤੋਂ ਜ਼ਿਆਦਾ ਲੰਬਾ ਜਿਉਂਦੀ ਵੀ ਹੈ, ਗੀਤ ਨਾਲੋਂ ਵੀ ਜ਼ਿਆਦਾ, ਕਵਿਤਾ ਨਾਲੋਂ ਵੀ ਜ਼ਿਆਦਾ, ਉਹ ਜ਼ਿਆਦਾ ਲੰਬਾ ਚੱਲਦੀ ਹੈ, ਤੁਰਦੀ ਉਹ ਬਹੁਤ ਹੈ। ਉਹਦੇ 'ਚ ਇਹ ਮਨੁੱਖਾ ਮਨ ਐਸਾ ਹੈਗਾ ਕਿ ਕਥਾ ਦੇ ਵਿੱਚ ਉਹਦਾ ਜ਼ਿਆਦਾ ਜੋੜ ਹੈ, ਉਹਦਾ ਬਣਦਾ ਕਿਤੇ ਹੈ ਨਾ, ਅਤੇ ਉਹ ਇਨਸਾਨ ਦੇ ਜੀਵਨ ਦੀ ਗੱਲ ਕਰਦੀ ਹੈ। ਗੁਰਦੁਆਰੇ 'ਚ ਸੁਣੀ ਕਥਾ, ਬਾਬਾ ਨਾਨਕ ਗਿਆ ਹਰਿਦੁਆਰੇ ਗੰਗਾ ਕਿਨਾਰੇ, ਜਾ ਬੈਠਾ ਹਰ ਕੀ ਪੌੜੀ। ਅਤੇ ਸਵੇਰੇ ਸੁਬਹਾ ਸਵੇਰੇ ਪੰਡਿਤ ਆ ਕੇ ਸੂਰਜ ਨੂੰ ਪਾਣੀ ਚੜਾਉਂਦੇ ਸਨ, ਬੁੱਕਾਂ ਭਰ ਭਰ ਪਾਣੀ ਚੜਾਉਂਦੇ, ਅਤੇ ਬਾਬਾ ਨਾਨਕ ਦੂਜੇ ਪਾਸੇ ਪਿੱਠ ਕਰਕੇ, ਸੂਰਜ ਵੱਲ ਪਿੱਠ ਕਰਕੇ, ਅਤੇ ਲੱਗਾ ਪਾਣੀ ਛਿਟਕਾਣੇ ਬਾਹਰ। ਆਖਦੇ ਨੇ ਪੰਡੇ, ਬਾਬਾ ਕੀ ਕਰਨਾ ਹੈ, ਕੀ ਕਰਦਾ ਪਿਆ, ਇਹ ਉਲਟੇ ਪਾਸੇ ਪਾਣੀ ਕਿਹਨੂੰ ਦਿੰਦਾ ਹੈ? ਮੈਂ ਆਪਣੇ ਪਿੰਡ ਰਾਏ ਭੋਏ ਕੀ ਤਲਵੰਡੀ ਆਪਣੇ ਖੇਤਾਂ ਨੂੰ ਪਾਣੀ ਦਿੰਦਾ ਪਿਆ। ਅੱਛਾ, ਕਿੱਡੀ ਦੂਰ ਹੈ? ਉਹ ਤਾਂ ਪਤਾ ਨਹੀਂ, ਬੜੇ ਬੜੇ ਕਿੰਨੇ ਮੀਲੋ ਮੀਲ ਦੂਰ ਹੈ, ਅਤੇ ਉੱਥੇ ਤੇਰਾ ਪਾਣੀ ਕਿੱਧਰ ਤੋਂ ਪਹੁੰਚ ਸੀ ਬਾਬਾ? ਕਹਿੰਦਾ ਅੱਛਾ, ਅਤੇ ਤੁਸੀਂ ਕਿਹਨੂੰ ਪਾਣੀ ਦਿੰਦੇ ਹੋ? ਕਹਿੰਦਾ ਅਸਾਂ ਤਾਂ ਸੂਰਜ ਨੂੰ ਦਿੰਦੇ। ਅਤੇ ਤੁਹਾਡਾ ਸੂਰਜ ਤਾਂ ਲੱਖਾਂ ਖੂਹਾਂ ਇੰਨੇ ਵੱਡੀ ਦੂਰ, ਅਤੇ ਉੱਥੇ ਤੇਰਾ ਪਾਣੀ ਕਿਸ ਤਰ੍ਹਾਂ ਪਹੁੰਚ ਸੀ, ਇਹ ਮੈਨੂੰ ਸਮਝਾਓ। ਅਤੇ ਸਾਰੇ ਪੰਡੇ ਹੱਸਣ ਲੱਗ ਪਏ। ਇੱਕ ਸੁਣ ਕੇ ਮੈਂ ਆ ਗਿਆ, ਮੈਂ ਕਿਹਾ ਬੀਬੀ, ਉਹ ਮਾਈ, ਇਹ ਗੰਗਾ ਕਿੱਥੇ ਹੀ ਆਉਂਦੀ ਹੈ? ਉਹ ਪੁੱਤਰਾ, ਇਹ ਗੰਗੋਤਰੀ ਤਾਂ ਤੇਰੇ ਅੰਦਰ ਵਹਿੰਦੀ ਪਈ ਹੈ, ਇਹ ਤਾਂ ਸਦਾ ਸਦਾ ਵਹਿਸੀ ਤੇਰੇ ਅੰਦਰ, ਪਰ ਇੱਕ ਗੰਗਾ ਹੈ ਜਿੱਥੇ ਬਾਬਾ ਨਾਨਕ ਗਿਆ ਸੀ, ਬੜੀ ਦੂਰ ਹੀ, ਅਸਾਂ ਤਾਂ ਕਦੇ ਨਹੀਂ ਗਏ, ਵੇਖੀ ਕਾਹੀ ਨਹੀਂ, ਗੱਲ ਬੜੀ ਸੁਣੀ ਹੈ, ਅਤੇ ਜੇ ਤੂੰ ਕਦੀ ਉੱਥੇ ਜਾਵੀਂ ਤਾਂ ਆ ਮੁੜ ਦੱਸੀ। ਮੈਨੇ ਕਿਹਾ ਹਾਂ, ਮੈਂ ਜ਼ਰੂਰ ਜਾਊਂਗਾ ਉਸ ਗੰਗਾ, ਮੇਰਾ ਬਾਬਾ ਜਹਾਂ ਜਿੱਥੇ ਗਿਆ ਸੀ ਮੈਂ ਉੱਥੇ ਜ਼ਰੂਰ ਜਾਊਂਗਾ। ਮੈਂ ਛੋਟਾ ਜਿਹਾ ਸੀ ਜਦੋਂ ਲਾਮਿਆਂ ਦੇ ਨਾਲ ਫਿਰ ਉੱਥੇ ਗਿਆ, ਗੰਗਾ ਕਿਨਾਰੇ ਲੱਭਦਾ ਫਿਰ ਰਿਹਾ ਮੈਂ ਹਰ ਕੀ ਪੌੜੀ, ਅਤੇ ਉੱਥੇ ਸਭ ਨੂੰ ਪੁੱਛ ਰਿਹਾ ਕਿ ਬਈ ਇੱਥੇ ਬਾਬਾ ਨਾਨਕ ਕਿੱਥੇ ਬੈਠਿਆ ਸੀ ਆ ਕੇ, ਕੋਈ ਨਹੀਂ ਦੱਸ ਰਿਹਾ। ਬਸ ਇੱਕ ਜਗ੍ਹਾ ਲੰਗਰ ਚੱਲ ਰਿਹਾ, ਉੱਥੇ ਪੰਡੇ ਵੀ ਖਾ ਰਹੇ ਹੈ, ਉੱਥੇ ਆਮ ਸਧਾਰਨ ਜਨਤਾ ਵੀ ਖਾ ਰਹੀ ਹੈ, ਬਿਮਾਰ ਬੁੱਢੇ ਜਵਾਨ ਸਭ ਉੱਥੇ ਖਾ ਰਹੇ ਹੈ, ਸਾਧੂ ਵੀ ਉੱਥੇ ਬੈਠੇ ਖਾ ਰਹੇ ਹੈ, ਅਤੇ ਇੱਕ ਜਟਾ ਜੂਠ ਸਾਧੂ ਇੱਕ ਦਰਖਤ ਥੱਲੇ ਬੈਠਾ ਸੀ ਧੂਣੀ ਲਗਾ ਕੇ, ਅਤੇ ਮੈਂ ਉੱਥੇ ਪੁੱਛਦਾ ਫਿਰ ਰਿਹਾ ਅਤੇ ਮੈਨੂੰ ਕਹਿੰਦਾ ਇੱਧਰ ਆ, ਇੱਧਰ ਆਓ। ਮੈਂ ਚਲੇ ਗਿਆ, ਹਾਂ ਬਾਬਾ, ਲਾਮਾ ਸੁਣੋ, ਵੋ ਯਹਾਂ ਪਰ ਲੂਟਨੇ ਵਾਲੇ ਔਰ ਲੁੱਟਣੇ ਵਾਲੇ ਸਭ ਲੋਕ ਜਹਾਂ ਖਾ ਰਹੇ ਹੈ ਲੰਗਰ, ਵੋ ਮੇਰੇ ਬਾਬਾ ਕਾ ਨਾਨਕ ਵਾੜਾ ਹੈ, ਜਾ ਵਹਾਂ ਜਾ ਕੇ ਤੂੰ ਵੀ ਕੁਛ ਪਾ ਲੇ। ਮੈਨੇ ਕਿਹਾ ਜੀ ਬਹੁਤ ਧੰਨਵਾਦ। ਮੈਂ ਵਹਾਂ ਗਿਆ,
छोटा सा एक कमरा है 9x8 फुट का, उहदे विच गुरु ग्रंथ साहब रखा है। एक यंग बच्चा उत्थे पढ़ रहा सीगा गुरबाणी रेगुलर पढ़ रहा, एक बुढ़ी माँ पतीलियां चो कढ़ कढ़ के दाल सब्जी दे जा रही है लोगों, तो कुछ लोग होर सेवादार आए हुए हैं जेड़े लंगर पकाई जा रहे हैं, तो आँदी है पुत्रा ये लंगर कदे खत्म नहीं होया पिछले 200-300 साल तो, ये पता नहीं बाबे की करामात है, ये कितों आ जाता है सारा कुछ, तो आह वे पतीलियां दे विच रात नूं मैं पा दिंदी हाँ, तो मेरे पुरखे भी यही कर रहे सी, असी बड़े समय तो साडा परिवार ही बैठा है, तो हुणे मेरा पुत्र है तो ये हाले जवान है हुणे अगों वेख सी है ना, तो वह उत्थे लंगर चल रहा नानकवाड़े का, मैं भी लंगर खाया नानकवाड़े का बैठ के उत्थे बाबे नूं याद किया, ऐसा लगा आदेश होया कि इस सारी गंगा के किनारे किनारे जिथे जिथे बाबा नानक गया उत्थे उत्थे जाना चाहिए मैनू। मैं एक पासे बैठ के भोज पत्र कढ़िया, भोज पत्र दीयां कापियां हुंदियां सी उस वक्त लामियां कोले सारे कोले आपदे झोले विचों, उहदे विच एक पतला ब्रश जिहड़ा नाल ही रख्या हुंदा सीगा ते रैड कलर मिट्टी तो बनिया हुआ एक रैड कलर वह कढ़िया, उहदे विच मैं वह सारी गंगा दी उस वक्त की जिहड़ी तस्वीर ते नानकवाड़ा ते नाले लिख दिता पाली विच भी ते गुरमुखी विच भी दोनों स्क्रिप्ट, यह मेरा पहला चित्र से गुरु नानक का सन 1971। ओके फिर मैं लामिया दे नाल तुरता गया तुरता गया, तो उत्थों उन्होंने असी वासुकी धारा जाना सीगा बद्रीनाथ तो उत्ते होके, वासुकी धारा जो हिमालिया तो जिथे मानसरोवर है उत्थों एक नदी वहिंदी है मानसरोवर तो उहदे राइट साइड तो एक नदी वहिंदी है जिहड़ी एक झरना बन के उत्तों पहाड़ तो जिहनूं त्रिशूल कहिंदे आ उत्थों डिगदी है थले, वो इन्नी ऊंचाई हैगी कि वह पता नहीं लगता धारा कित्थों डिग रही है, तो वह इस तरह भिउंदी रहिंदी है हर वक्त 10 किलोमीटर का एरिया दे विच वह वाछड़ करदी रहिंदी है हर वक्त, वह धारा नहीं दिखती कित्थों डिग रही है इन्नी उच्ची है, तो थले वासुकी ताल नाम की एक जगह हैगी है जिहड़ा 20,000 फुट की ऊंचाई देते है पहाड़ों के समुद्र तल, उत्थों होंदे हुए फिर असी पहुंचे जी गौमुख, मैं नाल दी नाल चित्र बना रहा छोटे छोटे नाल नाल लिख रहा आ रहे हैं वापस, असी उत्थों आके वापस गंगोत्री तो बहुत थले है गौमुख दे विच पानी पीता है, नंदनवन क्रॉस किया है, जड़ी बूटियां ऐसी फैली पड़ी हैं दुनिया भर दी, गुरु जी जुड़ियां जड़ी बूटियां बारे दस रहे हैं, असी एक छोटी जी जड़ी बूटी खा के सारी दिहाड़ी सानू कुछ खाण की जरूरत नहीं पै रही, ना कोई प्यास लग रही है ना भुख हो रही है, असी उत्थों चलते हुए गौमुख ते आके वह कहिंदे हुण तू इस तरह करो लामा जी का आदेश कि इत्थे हुण इस बर्फ वर्गे ठंडे पानी च नहाना बहुत जरूरी है तां तुहाडी हेलूसीनेशन ते कई सारियां इस तरह दी जिहड़ियां चीज़ां होंदियां जिहड़ियां पिछे ऑक्सीजन की कमी नाल होईयां वह इत्थे पूरियां हो जाणगियां, जदों तुसी ठंडा पानी पाओगे अंदर पूरा साह लोगे विज्ञानिक गल है बिल्कुल, तो ऑक्सीजन पूरी हो जाएगी जिहड़ी घट गई है उत्थों आउंदे होंदे, तो इत्थे भी घट है ना, तो फिर मिट्टी खानी सिखाई उन्होंने सानूं उस गंगोत्री की मिट्टी खानी सिखाई, वो कमाल एक्सपीरियंस है, जे मैं तुहानूं हुण दसन लगा तो मैनूं लगता 2 घंटे इस गल च हो जाने, वो फिर उत्थों आके गंगोत्री उतरते जिथे पहला उन्हूं भगीरथी कहिंदे आ उत्थे, वह गंगा नहीं है भगीरथी कहिंदे, भगीरथी गंगा तां बनदी है जदों थले टीरी तो उतर के जदों देव प्रयाग आउंदी है, जदों 6 नदियां दे मेल तो बाद वो एक 2 नदियां दा एक नदी अलखनंदा दे विच मिल जाती है, तो अलखनंदा दे नाल जदों भगीरथी मिलती है उस जगह दे उत्ते आके पहले शंकराचार्य जिहड़े सीगे ते गुरु नानक साहब भी उत्ते आके बैठे शंकराचार्य की जगह दे उत्ते,
ਹੁਣ ਗੁਰੂ ਨਾਨਕ ਜੀ ਸ਼ੰਕਰਾਚਾਰੀਆ ਦੇ ਸਥਾਨ ਤੇ ਕਿਉਂ ਗਏ? ਆਖਿਰ ਕਾਰਨ ਕਿਆ ਸੀ? ਮੇਰਾ ਬਾਬਾ ਨਾਨਕ ਉਹਨਾਂ ਸਿੱਧ ਜੋਗੀਆਂ ਕੋਲ, ਸ਼ੈਵਾਈਟਸ ਕੋਲ ਕਿਉਂ ਗਿਆ? ਉਹਨਾਂ ਨਾਲ ਗੋਸ਼ਟੀਆਂ ਕਿਉਂ ਕੀਤੀਆਂ? ਮੇਰੇ ਬਾਬੇ ਨਾਨਕ ਨੇ ਤਿੱਬਤੀਆਂ ਕੋਲ ਜਾ ਕੇ ਲਾਮਿਆਂ ਨਾਲ ਗੱਲਬਾਤ ਕਿਉਂ ਕੀਤੀ? ਮੇਰੇ ਗੁਰੂ ਨਾਨਕ ਨੇ ਭੂਟਾਨੀਆਂ ਦੇ ਨਾਲ ਬੈਠ ਕੇ ਗੱਲਬਾਤ ਕਿਸ ਤਰ੍ਹਾਂ ਕੀਤੀ ਹੈ? ਉੱਥੇ ਜਾ ਕੇ ਸ਼ਬਦ ਗਾਇਨ ਕੀਤਾ, ਉੱਥੇ ਲਾਮਾ ਡੋਰਜੀ ਕਹਿੰਦੇ ਉਹਨੂੰ, ਗੁਰੂ ਡੋਰਜੀ ਦੀ ਉਪਾਧੀ ਹੈ ਉਸ ਜਗ੍ਹਾ ਦੇ ਉੱਤੇ। ਉੱਥੇ ਮਰਦਾਨਾ 'ਤੇ ਗੁਰੂ ਨਾਨਕ ਦਾ ਸ਼ਬਦ ਵੀ ਲਿਖਿਆ ਹੋਇਆਗਾ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜਿਹੜਾ, ਉਹ ਕਸਤੂਰੀ ਕੁੰਗੂ ਅਗਨ ਚੰਦਨ ਲੀਪ ਆਵੇ ਜਾਓ, ਮਤ ਦੇਖ ਭੂਲਾ ਬੀਸਰੇ ਤੇਰਾ ਚੀਤ ਨਾਵੇ ਨਾ ਹੈ। ਔਰ ਮੂਲ ਮੰਤਰ ਦਾ ਜਾਪ ਉੱਥੇ ਲਿਖਿਆ ਹੋਇਆ ਪਟਨੀ ਭਾਸ਼ਾ ਦੇ ਵਿੱਚ। ਮੇਰਾ ਬਾਬਾ ਨਾਨਕ ਜਦੋਂ ਸਾਰੀ ਜਗ੍ਹਾ 'ਤੇ ਜਾ ਰਿਹਾ ਸੀ, ਉਹ ਕਿਉਂ ਜਾ ਰਿਹਾ ਸੀ? ਉਹ ਸਾਰੀ ਵਿਜ਼ਡਮ ਨੂੰ ਇੱਕ ਕਰਕੇ, ਇਸ ਸਾਰੇ ਸੰਸਾਰ ਨੂੰ ਇੱਕ ਕਰਕੇ ਕਿਸ ਤਰ੍ਹਾਂ ਦੇਖ ਰਿਹਾ ਸੀਗਾ? ਕੀ ਉਹਦੇ ਨਾਲ ਕੋਈ, ਤੁਸੀਂ ਹਿੰਦੂ ਹੋ ਜਾਂਦੇ ਹੋ ਜਾਂ ਸਿੱਖ ਹੋ ਜਾਂਦੇ ਹੋ, ਜਾਂ ਤੁਸੀਂ ਕੋਈ ਸ਼ੈਵਾਈਟ ਹੋ ਜਾਂਦੇ ਹੋ, ਜਾਂ ਤੁਸੀਂ ਬੋਧੀ ਹੋ ਜਾਂਦੇ ਹੋ, ਜਾਂ ਕੀ ਹੋ ਜਾਂਦੇ ਤੁਸੀਂ? ਆਖਰ ਤੁਹਾਡੇ ਨਾਲ ਹੁੰਦਾ ਕੀ ਆ? ਬਾਬਾ ਕਹਿੰਦਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਅਤੇ ਕੱਲ੍ਹ ਇੱਕ ਬਹੁਤ ਖੂਬਸੂਰਤ ਬਾਤ ਹੋਈ ਰਾਤ। ਸਿੰਘ ਸਾਹਿਬ ਕਹਿੰਦੇ, ਕਿਸੇ ਨੇ ਇਹ ਪੁੱਛਿਆ, ਬਾਬਾ ਨਾਨਕ ਫਿਰ ਤੂੰ ਕੌਣ? ਕਿਸੇ ਨੇ ਪੁੱਛਿਆ ਕਿ ਬਾਬਾ ਨਾਨਕ ਤੂੰ ਕੌਣ? ਫਿਰ ਬਾਬਾ ਨਾਨਕ ਚੁੱਪ ਕਰ ਜਾਂਦਾ। ਇੱਕ ਜਗ੍ਹਾ ਇੱਕ ਸਿੱਧ ਗੋਸ਼ਟੀ ਹੈ ਸ਼੍ਰੀਲੰਕਾ ਦੇ ਵਿੱਚ, ਉੱਥੇ ਫਿਰ ਉਹ ਜਿਹੜੇ ਬੈਠੇ ਨੇ ਸਿੱਧ, ਉਹ ਪੁੱਛਦੇ ਨੇ, ਬਾਬਾ ਅਗਰ ਹਿੰਦੂ ਨਹੀਂ ਹੈ ਕੋਈ, ਸਿੱਖ ਨਹੀਂ ਹੈ ਕੋਈ, ਉਹ ਤੇਰਾ ਨਾਂ ਕੀ ਹੈ? ਇਹ ਬਾਬਾ ਜੀ ਨੇ ਸੁਣਾਈ ਕੱਲ੍ਹ ਸਿੰਘ ਸਾਹਿਬ ਨੇ ਕਥਾ। ਵਾਹ, ਧੰਨ ਹੋ ਗਿਆ ਮਤਲਬ ਇੱਥੇ ਆ ਕੇ, ਇਸ ਧਰਤੀ ਦੇ ਉੱਤੇ ਆ ਕੇ, ਔਰ ਐਸੇ ਮਹਾਂਪੁਰਖਾਂ ਦੇ ਨਾਲ ਮੁਲਾਕਾਤ ਹੋਈ। ਉਹ ਕਹਿੰਦੇ ਫਿਰ ਬਾਬੇ ਨਾਨਕ ਨੂੰ ਪੁੱਛਿਆ, ਤੇਰਾ ਨਾਂ ਕੀ ਅਤੇ ਤੂੰ ਕੌਣ? ਫਿਰ ਬਾਬਾ ਨਾਨਕ ਸਿਰਫ ਸਮਾਈਲ ਕਰਦੇ ਹਨ, ਫਿਰ ਬੁੱਧ ਹੋ ਜਾਂਦੇ ਮੇਰੇ ਬਾਬਾ, ਫਿਰ ਮੇਰਾ ਬਾਬਾ ਆਸਮਾਨ ਹੋ ਜਾਂਦਾ, ਨੀਲੋ ਆਸਮਾਨ। ਉਹ ਸਿਰਫ ਹੱਥ ਖੜੇ ਕਰਦਾ, ਕੁਛ ਨਹੀਂ ਬੋਲਦਾ, ਜਵਾਬ ਨਹੀਂ ਦਿੱਤਾ। ਇੱਕੋ ਹੀ ਕੁਐਸਚਨ ਹੈ ਤੇ ਜਦ ਜਵਾਬ ਨਹੀਂ ਦਿੱਤਾ, ਜਦੋਂ ਸਿੱਧ ਜੋਗੀਆਂ ਨੇ ਪੁੱਛਿਆ ਉਹ ਤੂੰ ਕੌਣ, ਤੇਰਾ ਨਾਂ ਕੀ, ਸਾਡਾ ਨਾਂ ਕੀ ਹੈ ਬਈ, ਮੈਂ ਕੌਣ ਹੂੰ, ਮੈਂ ਕੀ ਜਾਣਾ ਮੈਂ ਕੌਣ? ਬੁੱਲਾ ਵੀ ਕਹਿ ਰਿਹਾ, ਬੁੱਲਾ ਕੀ ਜਾਣਾ ਮੈਂ ਕੌਣ? ਮੇਰਾ ਬਾਬਾ ਚੁੱਪ ਹੀ ਕਰ ਗਿਆ, ਉਹ ਕਹਿੰਦਾ ਮੈਨੂੰ ਨਹੀਂ ਪਤਾ। ਉਧਰੋਂ ਭਿਖਣ ਸ਼ਾਹ ਗਾਉਂਦਾ, ਉਹਦਾ ਗੀਤ ਉਹ ਗਾਉਂਦਾ ਨਾ, ਕੀ ਨਾ ਆਪਣਾ, ਅਲਨ ਫਕੀਰ, ਕਹਿੰਦਾ ਅਸਾਂ ਤਦਣ ਮਿਲਾਂਗੇ ਹੋ ਅਲਾ ਉਰਬਾ, ਅਸਾਂ ਤਦਣ ਮਿਲਾਂਗੇ ਹੋ, ਜਦਾਂ ਖਿੜਨੈਨ ਫੁੱਲ ਗੁਲਾਲ, ਅਸਾਂ ਤਦਣ ਮਿਲਾਂਗੇ, ਅਸਾਂ ਤਦਣ ਮਿਲਾਂਗੇ, ਵਹਿ ਤੁਰਨਗੇ ਜਦਾਂ ਹੰਝ ਮੋਤੀਆਂ ਵਰਗੇ ਹੋ ਅਲਾਰਬਾ ਹੋ, ਅਸਾਂ ਤਦਣ ਮਿਲਾਂਗੇ, ਅਸਾਂ ਤਦਣ ਮਿਲਾਂਗੇ ਜਦਾਂ ਘਰ ਪਹੁੰਚਣ ਕੂੰਜੜੀਆਂ, ਉਹ ਜਦਾਂ ਘਰ ਪਹੁੰਚਣ ਕੂੰਜੜੀਆਂ, ਅਸਾਂ ਤਦਣ ਮਿਲਾਂਗੇ ਹੋ ਅਲਾ ਹੋ ਰੱਬਾ, ਅਸਾਂ ਤਦਣ ਮਿਲਾਂਗੇ, ਅਸਾਂ ਤਦਣ ਮਿਲਾਂਗੇ, ਅਸਾਂ ਆਣੇ ਕੁਝ ਨਹੀਂ
जानदे कुछ नहीं असायाने जदा जान लवांगे हो जदा जान लवांगे असा सदी भी एक ही सा असा एक ही सा सदा सदी भी असा एक ही सा असा तदन मिलांगे हो जदा जान लवांगे हो अल्लाह हो रब्बा असा तदन मिलांगे असा तदन मिलांगे और ओदा मिलांगे जिस दिन ये जान लगे सानू तो कुछ नहीं होता पई सानू कुछ नहीं होता असि कुछ नहीं जानते इट्स ऑल हैपनिंग जो जान लवांगे कि असि कदे विछड़े ही नहीं सी यार उस दिन आपां मिलांगे ते जिस दिन खिड़नगे फुल गुलाल उस दिन फुल गुलाल खिड़नगे फिर बस इन्ने थैंक यू इन्नी कोई गल है छोटी ਤੁਹਾਡਾ ਧੰਨਵਾਦ ਜੀ।